ਲਰਨਰ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਜਸਵਿੰਦਰ ਕੌਰ ਤੁਹਾਨੂੰ BPCC 132 ਬਲੋਕ 4 ਗਰੁੱਪ ਡਾਇਨਾਮਿਕ ਦਾ ਯੂਨਿਟ 9 ਸੋਸ਼ਲ ਇਨਫਲੂਐਂਸ ਜਿਹੜਾ ਆਪਾਂ ਪਿੱਛੇ ਸ਼ੁਰੂ ਕੀਤਾ ਹੋਇਆ ਸੀ ਕੱਲ੍ਹ, ਉਹਨੂੰ ਅੱਜ ਆਪਾਂ ਕੰਪਲੀਟ ਕਰਾਂਗੇ। ਬੱਚਿਓ, ਤੁਹਾਨੂੰ ਹੁਣ ਤਾਂ ਪਤਾ ਚੱਲ ਹੀ ਗਿਆ ਹੋਣਾ ਕਿ ਜਿਹੜਾ ਸੋਸ਼ਲ ਇਨਫਲੂਐਂਸ ਹੈ ਸਮਾਜ ਦਾ ਸਾਡੇ ਉੱਤੇ ਕੀ ਅਸਰ ਹੁੰਦਾ ਅਤੇ ਕਿਸ ਤਰ੍ਹਾਂ ਇਹ ਅਸਰ ਕਰਦਾ ਹੈ। ਇਹਦੀਆਂ ਤਿੰਨ ਕੰਡੀਸ਼ਨਸ ਨੇ ਜਿਹਦੇ ਵਿੱਚ ਅਸੀਂ ਤਿੰਨ ਬਾਰੇ ਪੜ੍ਹਾਂਗੇ, ਕਨਫਰਮਿਟੀ ਦੇ ਰੂਪ ਦੇ ਵਿੱਚ, ਕੰਪਲਾਈਂਸ ਦੇ ਰੂਪ 'ਚ ਅਤੇ ਓਬੀਡੈਂਸ ਦੇ ਰੂਪ 'ਚ। ਇਹਨਾਂ ਦਾ ਵੱਖ ਵੱਖ ਕੀ ਸਾਡੇ 'ਤੇ ਅਸਰ ਪੈਂਦਾ ਉਹਦੇ ਬਾਰੇ 'ਚ ਮੈਂ ਤੁਹਾਨੂੰ ਦੱਸਾਂਗੀ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਦਾਂ ਕਿ ਜਿਹੜਾ ਆਪਣਾ ਸੋਸ਼ਲ ਇਨਫਲੂਐਂਸ ਕੀ ਸੀਗਾ ਕਿ ਜਦੋਂ ਮਨੁੱਖ ਸਮਾਜ ਦੇ ਵਿੱਚ ਵਿਚਰਦਾ, ਸਮਾਜ ਦੇ ਵਿੱਚ ਕੋਈ ਵੀ ਵਿਵਹਾਰ ਕਰਦਾ ਅਤੇ ਸਮਾਜ ਦੇ ਸਾਡੇ ਮਨ ਦੇ ਉੱਤੇ ਅਸਰ ਪਾਉਂਦਾ, ਸਾਡੇ ਵਿਵਹਾਰ 'ਤੇ ਅਸਰ ਪਾਉਂਦਾ ਹੈ। ਜੋ ਵੀ ਅਸੀਂ ਕੁਛ ਸਿੱਖਦੇ ਹਾਂ ਉਹਦੇ ਵਿੱਚ ਸਮਾਜ ਦਾ ਇੱਕ ਬਹੁਤ ਵੱਡਾ ਰੋਲ ਹੁੰਦਾ ਹੈਗਾ। ਅਸੀਂ ਆਪਣੇ ਮਾਂ ਬਾਪ ਤੋਂ ਵੀ ਕੁਛ ਸਿੱਖਦੇ ਹਾਂ, ਕੁਛ ਆਪਣੇ ਵਾਤਾਵਰਣ ਵਿੱਚ ਰਹਿ ਕੇ ਆਪਣੇ ਦੋਸਤਾਂ ਤੋਂ ਕੁਛ ਸਿੱਖਦੇ ਹੈਗੇ ਹਾਂ ਅਤੇ ਕੁਛ ਅਸੀਂ ਆਪਣੇ ਨਾਲ ਦੀ ਆਪਣੀ ਉਮਰ ਤੋਂ ਵਿਅਕਤੀਆਂ ਤੋਂ ਸਿੱਖਦੇ ਹੈਗੇ ਹਾਂ। ਜਿਹੜਾ ਇੱਕ ਯੂਨਿਟ ਹੈ ਕਿ ਜਿਹੜੀ ਸੋਸ਼ਲ ਦਾ ਇਹ ਪਾਰਟ ਹੈਗਾ, ਜਿਹੜਾ ਕਨਫਰਮਿਟੀ ਯੂਨਿਟ ਹੈ ਸੋਸ਼ਲ ਇਨਫਲੂਐਂਸ ਦਾ, ਇਹ ਕਈ ਤਰ੍ਹਾਂ ਨਾਲ ਹੋ ਸਕਦਾ ਹੈਗਾ। ਜਿਸ ਤਰ੍ਹਾਂ ਕਿ ਤੁਸੀਂ ਕਦੇ ਕਿਸੇ ਦੀ ਰਿਕੁਐਸਟ ਦੇ ਰੂਪ ਦੇ ਵਿੱਚ ਵੀ ਬਿਹੇਵੀਅਰ ਚੇਂਜ ਕਰ ਲੈਂਦੇ ਹੋ, ਕਈ ਵਾਰ ਕਿਸੇ ਹਾਇਰ ਅਥਾਰਟੀ ਦੇ ਅੰਡਰ ਆ ਕੇ ਵੀ ਤੁਸੀਂ ਆਡਿਟ 'ਤੇ ਆ ਕੇ ਵੀ ਤੁਸੀਂ ਆਪਣਾ ਬਿਹੇਵੀਅਰ ਚੇਂਜ ਕਰ ਲੈਂਦੇ ਹੋ, ਜਾਂ ਫਿਰ ਕਈ ਵਾਰ ਤੁਸੀਂ ਕਿਸੇ ਦੇ ਇੰਨਾ ਜ਼ਿਆਦਾ ਅਸਰ ਹੇਠ ਆ ਜਾਂਦੇ ਹੋ ਕਿ ਤੁਸੀਂ ਆਟੋਮੈਟਿਕਲੀ ਆਪਣੇ ਆਪ ਹੀ ਉੱਦਾਂ ਦਾ ਹੀ ਵਿਵਹਾਰ ਕਰਨ ਲੱਗ ਜਾਂਦੇ ਹੋ। ਸੋ ਜਿਹੜਾ ਪਹਿਲਾਂ ਮੈਂ ਤੁਹਾਨੂੰ ਕਨਫਰਮਿਟੀ ਦਾ ਦੱਸਿਆ ਸੀ ਕਿ ਕਨਫਰਮਿਟੀ ਕੀ ਚੀਜ਼ ਹੈਗੀ ਹੈ, ਇਹਦੇ ਵਿੱਚ ਇਹ ਸੀ ਕਿ ਜਦੋਂ ਗਰੁੱਪ ਦੇ ਵਿੱਚ ਕੋਈ ਚੀਜ਼, ਜਿਹੜੀ ਅਨੁਰੂਪਤਾ ਜਿਹਨੂੰ ਅਸੀਂ ਕਹਿੰਦੇ ਹੈਗੇ ਹਾਂ, ਵੀ ਜਦੋਂ ਕੁਛ ਡਿਸਕਸ ਹੁੰਦਾ ਹੈਗਾ ਤਾਂ ਜਦੋਂ ਕਾਫੀ ਸਾਰਿਆਂ ਜ਼ਿਆਦਾ ਵਿਅਕਤੀਆਂ ਦੀ ਰਾਏ ਇੱਕ ਬਣ ਜਾਂਦੀ ਹੈ ਅਤੇ ਜਦੋਂ ਇੱਕ ਆਖਰੀ ਵਿਅਕਤੀ ਰਹਿ ਜਾਂਦਾ ਤਾਂ ਉਹ ਵੀ ਆਪਣੀ ਰਾਏ ਜਿਹੜੇ ਬਾਕੀ ਗਰੁੱਪ ਦੇ ਮੈਂਬਰਾਂ ਨਾਲ ਦੇ ਦਿੰਦਾ ਹੈਗਾ, ਤਾਂ ਉਦੋਂ ਕਨਫਰਮਿਟੀ ਹੋ ਜਾਂਦੀ ਹੈਗੀ ਹੈ, ਤਾਂ ਸਭ ਦਾ ਕਨਫਰਮ ਹੋ ਜਾਂਦਾ ਵੀ ਇਹ ਚੀਜ਼ ਉਹਨਾਂ ਨੇ ਹੈਗੀ ਹੈ, ਕਹੀ ਹੈ, ਮਤਲਬ ਕਨਫਰਮਿਟੀ ਆ ਜਾਂਦੀ ਹੈਗੀ ਹੈ। ਸੋ ਆਪਦੇ ਗਰੁੱਪ ਦੇ ਨਾਲ ਜਿਹੜਾ ਅਸੀਂ ਸਹਿਮਤੀ ਪ੍ਰਗਟ ਕਰ ਦਿੰਦੇ ਹਾਂ, ਕਦੇ ਕਦੇ ਦੱਸਦੇ ਹਾਂ ਕਿ ਸਾਰਿਆਂ ਦੀ ਇੱਕ ਰਾਏ ਹੋਣੀ ਚਾਹੀਦੀ ਹੈਗੀ ਹੈ, ਸਾਰੇ ਠੀਕ ਹੋ ਸਕਦੇ ਹਨ ਪਰ ਅਸੀਂ ਗਲਤ ਵੀ ਹੋ ਸਕਦੇ ਹਾਂ, ਪਰ ਉਸ ਟਾਈਮ ਵੀ ਕੀ ਹੈ, ਅਸੀਂ ਗਰੁੱਪ ਦੇ ਨਾਲ ਹੀ ਜੋ ਕੁਝ ਚੱਲਦੇ ਹੈਗੇ ਹਾਂ ਉਵੇਂ ਹੀ ਜਿਹੜਾ ਹੈਗਾ ਅਸੀਂ ਆਪਣਾ ਅਸਰ ਦੇਖਦੇ ਹੈਗੇ ਹਾਂ। ਸੋ ਸੋਲਮਨ ਨੇ ਐਸ਼ ਨੇ ਇੱਕ ਪ੍ਰੈਕਟੀਕਲ ਕੀਤਾ ਜਿਹਦੇ ਵਿੱਚ ਉਹਨੇ ਸਾਬਤ ਕਰ ਦਿੱਤਾ ਕਿ ਜਿਹੜੇ ਮਨੁੱਖ ਨੇ ਉਹਨਾਂ ਦੇ ਵਿੱਚ ਚੇਂਜ ਜਿਹੜੀ ਹੈਗੀ ਹੈ ਉਹ ਆਪਣੇ ਗਰੁੱਪ ਦੇ ਵਿੱਚ ਰਹਿ ਕੇ ਗਰੁੱਪ ਦੀ ਤਰ੍ਹਾਂ ਹੀ ਸੋਚਦੇ ਹਨ ਅਤੇ ਗਰੁੱਪ ਦੇ ਜਿਸ ਤਰ੍ਹਾਂ ਗਰੁੱਪ ਕਰਦਾ ਹੈ ਉਸ ਤਰ੍ਹਾਂ ਦੀ ਉਹ ਕਾਰਵਾਈ ਕਰਦੇ ਹਨ। ਸੋ ਇਹ ਚੀਜ਼ ਉਹਨੇ ਕਨਫਰਮ ਕਰ ਦਿੱਤੀ ਸੀ ਆਪਣੇ ਪ੍ਰੈਕਟੀਕਲ ਗਰੁੱਪ ਦੇ ਵਿੱਚ, ਉਹਨੇ ਇੱਕ ਐਕਸਪੈਰੀਮੈਂਟ ਕੀਤਾ ਵੀ ਪਬਲਿਕਲੀ ਓਪੀਨੀਅਨ ਜਿਹੜੀ ਹੈ ਉਹ ਬਹੁਤ ਮਨੁੱਖ ਦੇ ਵਿਵਹਾਰ 'ਤੇ ਅਸਰ ਕਰਦੀ ਹੈ। ਪਬਲਿਕ ਜਿਸ ਤਰ੍ਹਾਂ ਦੀ ਹੁੰਦੀ ਹੈ ਮਨੁੱਖ ਉਸ ਤਰ੍ਹਾਂ ਦਾ ਹੀ ਵਿਵਹਾਰ ਕਰਦਾ ਸਮਾਜ ਦੇ ਵਿੱਚ ਰਹਿ ਕੇ। ਇਸ ਤੋਂ ਬਿਨਾਂ ਅਸੀਂ ਇੰਪੈਕਟ ਦੇਖਿਆ ਸੀ ਕਨਫਰਮਿਟੀ ਦੇ ਵਿੱਚ, ਕਹਿੰਦੇ ਜਦੋਂ ਮਨੁੱਖ ਆਪਣੇ ਆਪ ਨੂੰ ਸਮਾਜ ਦੇ ਅਨੁਸਾਰ ਚਲਾਉਂਦਾ ਹੈਗਾ ਤਾਂ ਉਹਦੀਆਂ ਆਪਣੀਆਂ ਆਪ ਹੀ ਪ੍ਰੋਬਲਮਾਂ ਜਿਹੜੀਆਂ ਨੇ ਦੂਰ ਹੋ ਜਾਂਦੀਆਂ ਨੇ, ਪਰ ਜ਼ਿੰਦਗੀ ਵਿੱਚ ਆਪਣੇ ਆਪ ਦੇ ਵਿੱਚ ਕਹਿੰਦੇ ਬੜੀ ਮੁਸ਼ਕਲ ਆ ਜਾਂਦੀ ਹੈਗੀ, ਜਦੋਂ ਅਸੀਂ ਕਈ ਕੰਮ ਕਰਨ ਲੱਗਦੇ ਹਾਂ ਤਾਂ ਸਾਨੂੰ ਦੂਜੇ ਲੋਕਾਂ ਦੀ ਲੋੜ ਪੈਂਦੀ ਹੈਗੀ ਹੈ। ਕਨਫਰਮਿਟੀ ਜਿਹੜੀ ਹੈਗੀ ਜਦੋਂ ਕੋਈ ਵਿਅਕਤੀ ਜਿਹੜੇ ਨੇ ਗਰੁੱਪ ਵਿੱਚ ਰਹਿ ਕੇ ਇੱਕ ਸਹਿਯੋਗ ਦੇ ਵਿੱਚ ਜਿਹੜੇ ਹੈਗੇ ਆ ਸਮਾਜ ਦੇ ਵਿੱਚ ਸਹਿਯੋਗ ਕਰਕੇ ਸਮਾਜ ਦੇ ਵਿੱਚ ਸ਼ਾਂਤੀ ਬਣਾਉਣਾ ਚਾਹੁੰਦੇ ਹਨ,
ਇਸ ਲਈ ਇਹ ਬਹੁਤ ਜ਼ਿਆਦਾ ਕੰਮ ਆਉਂਦੀ ਹੈ ਸਮਾਜ ਦੇ ਵਿੱਚ ਸ਼ਾਂਤੀ ਬਣਾਉਣ ਦੇ ਲਈ, ਸਮਾਜ ਨੂੰ ਇੱਕ ਯੂਨਿਟੀ ਦੇ ਵਿੱਚ ਇਕੱਠਾ ਕਰਕੇ ਸਹਿਯੋਗ ਦੇ ਵਿੱਚ ਕੰਮ ਕਰਕੇ। ਕਨਫਰਮਿਟੀ ਬਹੁਤ ਜ਼ਰੂਰੀ ਹੈ, ਇਸਦਾ ਸਮਾਜ ਦੇ ਉੱਤੇ ਬਹੁਤ ਬਹੁਤ ਜ਼ਿਆਦਾ ਅਸਰ ਹੁੰਦਾ ਹੈ। ਸੋ ਲੋਕ ਇੱਕ ਸੱਭਿਆਚਾਰ ਦੇ ਨਾਲ ਸੰਬੰਧ ਰੱਖਦੇ ਨੇ, ਤੁਹਾਨੂੰ ਪਤਾ ਹਰ ਇੱਕ ਮਨੁੱਖ ਦਾ ਅਲੱਗ ਅਲੱਗ ਸੱਭਿਆਚਾਰ ਹੁੰਦਾ ਹੈ, ਹਰ ਇੱਕ ਮਨੁੱਖ ਅਲੱਗ ਅਲੱਗ ਤਰ੍ਹਾਂ ਨਾਲ ਰਹਿੰਦੇ ਨੇ। ਸੋ ਉਹਦੇ ਵਿੱਚ ਸੋਸ਼ਲ ਮੀਡੀਆ ਵੀ ਆ ਜਾਂਦਾ ਹੁੰਦਾ, ਉਹਦੇ ਵਿੱਚ ਤੁਹਾਡਾ ਡਰੈਸ ਮਨੁੱਖ ਦਾ ਕਿਸ ਤਰ੍ਹਾਂ ਪਾਉਂਦਾ ਹੈਗਾ, ਕਿਉਂਕਿ ਮਨੁੱਖ ਆਪਣੀ ਡਿਜ਼ਾਇਰ ਇਕੱਲੀ ਕਦੇ ਵੀ ਪੂਰੀ ਨਹੀਂ ਕਰ ਸਕਦਾ, ਉਸ ਨੂੰ ਸਮਾਜ ਦੇ ਵਿੱਚ ਰਹਿ ਕੇ ਵਾਤਾਵਰਣ ਦੇ ਵਿੱਚ ਰਹਿਣਾ ਪੈਂਦਾ ਹੀ ਪੈਂਦਾ ਹੈ, ਤਦ ਹੀ ਉਹ ਕੋਈ ਆਪਣੀ ਜਿਹੜੀਆਂ ਹੈਗੀਆਂ ਲੋੜਾਂ ਨੂੰ ਪੂਰਾ ਕਰ ਸਕਦਾ ਹੈਗਾ। ਸੋ ਜੇ ਦੇਖਿਆ ਜਾਏ ਜਿਹੜਾ ਬ੍ਰਾਊਨ ਸੀਗਾ ਉਹਨੇ 2007 ਦੇ ਵਿੱਚ ਦੱਸਿਆ ਕਿ ਅਸੀਂ ਕੌਨਸ਼ੀਅਸ ਲੈਵਲ ਦੇ ਉੱਤੇ ਹੋ ਕੇ ਅਨਕੌਨਸ਼ੀਅਸਲੀ ਅਸੀਂ ਸਮਾਜ ਦੇ ਨਿਯਮਾਂ ਨੂੰ ਨਹੀਂ ਮੰਨਦੇ ਹੈਗੇ, ਕੌਨਸ਼ੀਅਸ ਲੈਵਲ ਤੇ ਹੋ ਕੇ ਅਸੀਂ ਜਿਹੜੇ ਸਮਾਜ ਦੇ ਨਿਯਮਾਂ ਨੂੰ ਮੰਨਦੇ ਹਾਂ, ਤੇ ਹਰ ਇੱਕ ਵਿਅਕਤੀ ਜਿਹੜਾ ਹੈਗਾ ਉਹ ਸਮਾਜ ਦੇ ਅੰਦਰ ਰਹਿ ਕੇ ਹੀ ਕੰਮ ਕਰਦਾ ਹੈ ਤੇ ਉਹ ਸਮਾਜ ਤੋਂ ਬਾਹਰ ਰਹਿ ਕੇ ਕੰਮ ਨਹੀਂ ਕਰ ਸਕਦਾ ਹੈਗਾ। ਸੋ ਇਹਦੇ ਵਿੱਚ ਬਹੁਤ ਸਾਰੇ ਫੈਕਟਰ ਇਫੈਕਟਿੰਗ ਸੀਗੇ ਜਿਹੜੇ ਗਰੁੱਪ ਦੇ ਉੱਤੇ ਜਿਹੜਾ ਹੈਗਾ ਬਹੁਤ ਅਸਰ ਪਾਉਂਦੇ ਨੇ, ਔਰ ਜਿਹੜਾ ਸੋਸ਼ਲ ਇਨਫਲੂਐਂਸ ਦੇ ਪ੍ਰਭਾਵ ਦੇ ਵਿੱਚ ਆ ਕੇ ਜਿਹੜਾ ਉਹਨਾਂ ਦੇ ਉੱਤੇ ਵੀ ਬਹੁਤ ਜ਼ਿਆਦਾ ਜਿਹੜੇ ਹੈਗੇ ਆ ਅਸਰ ਪਾਉਂਦੇ ਹੈਗੇ ਆ। ਸੋ ਜੇ ਦੇਖਿਆ ਜਾਏ ਵੀ ਅਸੀਂ ਅਨੁਰੂਪਤਾ ਦੇ ਵਿੱਚ ਅਸਮਾਨਤਾ ਪਾਈ ਜਾ ਸਕਦੀ ਹੈ, ਇਹ ਤਾਂ ਹੈ ਗੱਲ, ਜ਼ਰੂਰੀ ਨਹੀਂ ਹੈਗਾ ਵੀ ਸਾਰੇ ਮਨੁੱਖ ਜਿਹੜੇ ਨੇ ਉਹ ਸਮਾਜ ਦੇ ਨਾਲ ਮਿਲ ਕੇ ਚੱਲਣ, ਕਈ ਵਾਰ ਅਸਮਾਨਤਾ ਵੀ ਮਿਲ ਜਾਂਦੀ ਹੈ, ਕੋਈ ਇੱਕ ਦੋ ਵਿਅਕਤੀ ਵੀ ਜਿਹੜੇ ਨੇ ਉਹ ਅਲੱਗ ਆਪਣੀ ਰਾਏ ਦੇ ਸਕਦੇ ਹਨ, ਪਰ ਫਿਰ ਉਹਨਾਂ ਦੀ ਇੱਕ ਆਪਣੀ ਸੋਚ ਹੁੰਦੀ ਹੈ, ਕਿਉਂਕਿ ਹਰ ਇੱਕ ਵਿਅਕਤੀ ਨੂੰ ਸਮਾਜ ਦੇ ਵਿੱਚ ਰਹਿ ਕੇ ਅਨੁਰੂਪਤਾ ਦੀ ਪਾਲਣਾ ਕਰਨੀ ਹੀ ਪੈਂਦੀ ਹੈ, ਕਿਉਂਕਿ ਇਹ ਜਿਹੜਾ ਹੈਗਾ ਇੱਕ ਨੋਰਮਸ ਬਣਾ ਲੈਂਦਾ ਸਮਾਜ ਦੇ ਵਿੱਚ। ਜਦੋਂ ਅਸੀਂ ਗਰੁੱਪ 'ਚ ਰਹਿੰਦੇ ਹਾਂ ਤਾਂ ਹਾਇਰ ਅਥਾਰਟੀਜ਼ ਕੁਛ ਨੋਰਮਸ ਬਣਾ ਲੈਂਦੀਆਂ ਨੇ, ਤਾਂ ਸਾਨੂੰ ਉਸ ਨੋਰਮਸ ਨੂੰ ਮੰਨਣਾ ਹੀ ਪੈਂਦਾ ਹੈ। ਸੋ ਜੇ ਗਰੁੱਪ ਰਿਲੇਟਡ ਅਸੀਂ ਕਹਿ ਦਈਏ ਕਿ ਗਰੁੱਪ ਰਿਲੇਟਡ ਮਨੁੱਖ ਹੀ ਕੁਝ ਦਾ ਪਾਰਟ ਹੈ, ਵੀ ਉਸ 'ਤੇ ਕੀ ਅਸਰ ਪਾਉਂਦੇ ਹੈਗੇ ਆ, ਮਨੁੱਖ ਨੇ ਆਪਣਾ ਕੰਮ ਕਰਨਾ ਹੁੰਦਾ, ਗਰੁੱਪ ਦੇ ਕੁਝ ਫੰਕਸ਼ਨਸ ਵੀ ਹੁੰਦੇ ਨੇ, ਸਮੂਹ ਦੇ ਵੀ ਕੁਝ ਫੰਕਸ਼ਨ ਹੁੰਦੇ ਨੇ, ਗਰੁੱਪ ਦਾ ਕੋਈ ਸਾਈਜ਼ ਹੁੰਦਾ, ਕੋਈ ਵੱਡਾ ਕੋਈ ਛੋਟਾ, ਸੋ ਮਨੁੱਖ ਉਸ ਦੇ ਅਕੋਰਡਿੰਗ ਕੰਮ ਕਰਦਾ ਹੈਗਾ। ਕਹਿੰਦੇ ਐਕਸਟ੍ਰੀਮਨੈਸ ਵਿੱਚ ਵਿਅਕਤੀ ਜਿਹੜਾ ਹੁੰਦਾ ਆਪਣੇ ਨੀਨੇ ਤੇ ਸਮੂਹ ਜਿਹੜਾ ਹੈਗਾ ਨੀਨੇ ਨੂੰ ਵੇਖ ਕੇ ਹੀ ਦੇਖਦਾ ਹੈ, ਜੇ ਵਿਅਕਤੀ ਆਪਣੇ ਦੇ ਵਿੱਚ ਸਮੂਹ ਨੂੰ ਸ਼ਾਮਿਲ ਕਰ ਲੈਂਦਾ ਹੈ ਤਾਂ ਅਨੁਰੂਪਤਾ ਹੁੰਦੀ ਹੈ, ਕਈ ਵਾਰ ਐਕਸਟ੍ਰੀਮਨੈਸ ਹੋ ਜਾਂਦਾ ਵੀ ਸਾਰੇ ਗਰੁੱਪ ਦੀ ਇੱਕ ਰਾਏ ਹੁੰਦੀ ਹੈ ਤਾਂ ਮਨੁੱਖ ਨੂੰ ਮੰਨਣੀ ਹੀ ਪੈਂਦੀ ਹੈਗੀ ਹੈ। ਸੋ ਯੂਨੀਫੈਮਿਟੀ ਜਿਹੜੀ ਹੁੰਦੀ ਹੈ ਸਰਬਸੰਮਤੀ ਵੀ ਦੇਣੀ ਪੈਂਦੀ ਹੈ ਮਨੁੱਖ ਨੂੰ, ਕਿਉਂਕਿ ਮਨੁੱਖ ਜਿਹੜਾ ਹੈਗਾ ਉਹ ਸਮਾਜ ਦੇ ਵਿੱਚ ਰਹਿੰਦਾ ਹੈ, ਅਤੇ ਸਮਾਜ ਜਿਹੜਾ ਹੈਗਾ ਇੱਕ ਗਰੁੱਪ ਹੁੰਦਾ ਜਿਹਦੇ ਵਿੱਚ ਦੋ ਦਾ ਗਰੁੱਪ ਵੀ ਬਣ ਸਕਦਾ ਹੈ, ਅਤੇ ਛੋਟੇ ਛੋਟੇ ਗਰੁੱਪ ਬਣੇ ਹੁੰਦੇ ਨੇ ਜਿਹੜੇ ਆਪਣੇ ਅਕੋਰਡਿੰਗ ਫੰਕਸ਼ਨ ਕਰਦੇ ਨੇ ਸਮਾਜ ਦੇ ਵਿੱਚ ਰਹਿ ਕੇ ਆਪਣੀਆਂ ਲੋੜਾਂ ਦੇ ਅਨੁਸਾਰ। ਸੋ ਜੇ ਅਸੀਂ ਦੇਖੀਏ ਕਿ ਵੀ ਜਿਹੜੀ ਲਾਰਜ ਸੋਸ਼ਲ ਕੰਟੈਕਸਟ ਦੇ ਵਿੱਚ ਜਿਹੜਾ ਹੈਗਾ ਆਪਾਂ ਕੀ ਰੋਲ ਅਦਾ ਕਰਦਾ ਸੋਸ਼ਲ ਲਾਰਜ ਕੰਟੈਕਸਟ ਦੇ ਵਿੱਚ ਕਨਫਰਮਿਟੀ ਦਾ ਜਿਹੜੀ ਪ੍ਰਤੀਕਿਰਿਆ ਹੈਗੀ ਆ ਉਹ ਕਿਸ ਤਰ੍ਹਾਂ ਹੈਗੀ ਹੈ, ਤਾਂ ਇਹਦੇ ਵਿੱਚ ਇਹ ਆਉਂਦਾ ਕਿ ਵੀ ਜਿਹੜੇ ਸਾਰੇ ਲੋਕ ਨੇ ਮਿਲ ਜੁਲ ਕੇ ਕੰਮ ਕਰਦੇ ਨੇ। ਸੋ ਜੇ ਦੇਖਿਆ ਜਾਵੇ ਵੀ ਹੁਣ ਜਿਵੇਂ ਅਮਰੀਕਾ ਹੈਗਾ ਉਹ ਇੱਕ ਐਡਵਾਂਸ ਕੰਟਰੀ ਹੈਗਾ, ਉਹ ਥੋੜ੍ਹਾ ਸਾਡੇ ਨਾਲੋਂ ਕੁਛ ਐਡਵਾਂਸ ਹੋ ਕੇ ਕੰਮ ਕਰਦਾ ਹੈ ਉੱਥੇ। ਸੋ ਇਹ ਆ ਜਾਂਦੇ ਵੀ ਟਾਸਕ ਨਾਲ ਰਿਲੇਟਡ ਜਿਹੜੇ ਨੇ ਫੈਕਟਰ ਵੀ, ਕਈ ਵਾਰ ਸਮੂਹ ਦੇ ਵਿੱਚ ਅਸੀਂ ਜਦੋਂ ਕੰਮ ਕਰਦੇ ਹੁੰਦੇ ਹੈਗੇ ਹਾਂ ਤਾਂ ਅਨੁਰੂਪਤਾ ਵੱਧ ਜਾਂਦੀ ਹੈਗੀ ਹੈ, ਇਹ ਚੀਜ਼ ਆ ਜਾਂਦੀ ਹੈ। ਜਿਹੜਾ ਕੋਈ ਕਈ ਵਾਰ ਕੰਮ ਡਿਫੀਕਲਟ ਕੰਮ ਦਿੱਤਾ ਜਾਂਦਾ ਅਤੇ ਜਦੋਂ ਮਨੁੱਖ ਉਸ ਕੰਮ ਨੂੰ ਕਰਦਾ ਹੈਗਾ ਤਾਂ ਉਸ ਕੰਮ ਦੇ ਵਿੱਚ ਐਕੋਰੇਸੀ ਜ਼ਿਆਦਾ ਆਉਂਦੀ ਹੈਗੀ ਹੈ। ਜਦੋਂ ਵਿਅਕਤੀ ਇਕੱਲਾ ਕੰਮ ਕਰਦਾ ਹੈ, ਰਿਸਪੋਂਸ ਕਰਦਾ ਹੈਗਾ, ਤਾਂ ਉਸ ਸਮੇਂ ਕਹਿੰਦੇ ਅਨੁਰੂਪਤਾ ਘੱਟ ਜਾਂਦੀ ਹੈਗੀ ਹੈ, ਪਰ ਜਦੋਂ ਗਰੁੱਪ ਦੇ ਵਿੱਚ ਕੋਈ ਰਿਸਪੋਂਸ ਦਿੰਦਾ ਹੈ ਤਾਂ ਗਰੁੱਪ ਦੇ ਵਿੱਚ ਹੋਰ ਮੈਂਬਰਾਂ ਦੇ ਪ੍ਰਤੀ ਦੇਖਦਾ ਹੈ ਤਾਂ ਅਨੁਰੂਪਤਾ ਵੱਧ ਜਾਂਦੀ ਹੈਗੀ ਹੈ।
ਕਈ ਵਾਰ ਵਿਅਕਤੀ ਉਪਭੋਗਤਾ ਦੇ ਅਸਰ ਦੇ ਵਿੱਚ ਜਦੋਂ ਪਬਲਿਸਿਟੀ ਕੁਝ ਕਹਿ ਦਿੰਦਾ ਹੈਗਾ ਤਾਂ ਕੀ ਹੈ ਵੀ ਉਹ ਪ੍ਰਾਈਵੇਟ ਤੌਰ ਤੇ ਜਿਹੜਾ ਹੈਗਾ ਮਨੁੱਖ ਜਿਹੜਾ ਹੈਗਾ ਈਜ਼ੀ ਕਹਿਣ ਨੂੰ ਕਰਦਾ, ਪਰ ਉਹ ਪ੍ਰਾਈਵੇਟ ਤੌਰ ਤੇ ਨਹੀਂ ਕਰ ਸਕਦਾ ਹੁੰਦਾ, ਜਿਹੜਾ ਪਬਲਿਕਲੀ ਗੱਲ ਕਹਿ ਦਿੰਦਾ ਹੁੰਦਾ। ਪਰ ਕਈ ਵਾਰ ਇਸ ਦੇ ਉਲਟ ਵੀ ਹੁੰਦਾ, ਕੁਝ ਮਨੁੱਖ ਜਿਹੜੇ ਹੁੰਦੇ ਨੇ ਪਬਲਿਕਲੀ ਕੁਝ ਨਹੀਂ ਕਹਿ ਸਕਦੇ, ਬਟ ਇਹ ਰੇਅਰ ਕੇਸ ਹੁੰਦਾ ਹੈਗਾ ਵੀ ਉਹ ਪਬਲਿਕਲੀ ਕੁਝ ਨਹੀਂ ਕਹਿ ਸਕਦੇ, ਪ੍ਰਾਈਵੇਟ ਤੌਰ ਤੇ ਪਰਸਨਲੀ ਜਿਹੜਾ ਹੈਗਾ ਉਹ ਆਪਣਾ ਸਾਰਾ ਕੁਝ ਖੋਲ ਲੈਂਦੇ ਨੇ। ਸੋ ਐਲਨ ਨੇ ਵੀ ਕਿਹਾ ਜਦੋਂ ਅਸੀਂ ਦੇਖਦੇ ਕੋਈ ਕੰਮ ਕਰਦੇ ਹਾਂ ਤਾਂ ਅਨੁਰੂਪਤਾ ਜਿਹੜੀ ਹੈਗੀ ਇਸ ਦੇ ਪ੍ਰਾਈਵੇਟ ਮਾਮਲੇ ਦੇ ਤੌਰ ਦੇ ਵਿੱਚ ਘੱਟ ਜਾਂਦੀ ਹੈਗੀ ਹੈ, ਪਰ ਜਦੋਂ ਅਸੀਂ ਇਕੱਠੇ ਹੋ ਕੇ ਕੋਈ ਕੰਮ ਕਰਦੇ ਹਾਂ ਤਾਂ ਅਨੁਰੂਪਤਾ ਵੱਧ ਜਾਂਦੀ ਹੈ। ਇਸ ਤਰ੍ਹਾਂ ਹੀ ਜੇ ਹੁਣ ਪਰਸਨੈਲਿਟੀ ਦੇ ਤੌਰ 'ਤੇ ਅਸੀਂ ਦੇਖਦੇ ਹਾਂ ਤਾਂ ਇਹ ਵੀ ਇੱਕ ਫੈਕਟਰ ਹੈਗਾ ਜਿਹੜੇ ਮਨੁੱਖ 'ਤੇ ਅਸਰ ਪਾਉਂਦਾ ਹੈਗਾ ਵੀ ਕਿਸ ਤਰ੍ਹਾਂ ਉਹਦਾ ਸੈਲਫ ਸਟੀਮ ਹੈ, ਕਿਸ ਤਰ੍ਹਾਂ ਉਹਦੀ ਸੋਚਣੀ ਹੈ, ਕਿਸ ਤਰ੍ਹਾਂ ਮਨੁੱਖ ਜਿਹੜਾ ਹੈਗਾ ਮੋਟੀਵੇਟ ਹੁੰਦਾ ਹੈਗਾ, ਕਿਸ ਤਰ੍ਹਾਂ ਉਹਦੇ ਪਰਸਨਲ ਕੰਟੈਕਟਸ ਨੇ ਵੀ ਕਿਸ ਤਰ੍ਹਾਂ ਸਮਾਜ ਦੇ ਵਿੱਚ ਉਹ ਵਿਚਰਦਾ ਹੁੰਦਾ ਹੈਗਾ, ਇਹ ਸਾਰੀਆਂ ਚੀਜ਼ਾਂ ਵੀ ਜਿਹੜੀਆਂ ਨੇ ਅਸਰ ਪਾਉਂਦੀਆਂ ਨੇ ਕਨਫਰਮਿਟੀ 'ਤੇ। ਹੁਣ ਜੇ ਅਸੀਂ ਦੇਖੀਏ ਅਨੁਪਤਾ ਘੱਟਦੀ ਹੈ ਅਤੇ ਵੱਧਦੀ ਹੈ, ਇਹਦੇ ਕਈ ਕਾਰਨ ਨੇ। ਕਹਿੰਦੇ ਅਨੁਪਤਾ 'ਚ ਘੱਟ ਹੈਗੀ ਅਤੇ ਰੀਜ਼ਨਸ ਵੀ ਬਹੁਤ ਜ਼ਿਆਦਾ ਨੇ ਇਹਦੇ। ਹੁਣ ਕਨਫਰਮਿਟੀ ਦਾ ਅਸਰ ਫੈਕਟਰ ਤੋਂ ਬਾਅਦ ਜਿਹੜਾ ਅਸੀਂ ਦੇਖਦੇ ਹੈਗੇ ਕਿ ਸਮਾਜ ਦੇ ਕੁਝ ਨਿਯਮ ਨੇ ਜਿਹੜੇ ਕਿ ਸਾਨੂੰ ਪਾਲਣੇ ਪੈਂਦੇ ਆ, ਪਰ ਜਦੋਂ ਮਨੁੱਖ ਸਮਾਜ ਦੇ ਵਿੱਚ ਰਹਿ ਕੇ ਉਹਨਾਂ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਇਸਦੇ ਕਈ ਕਾਰਨ ਆ ਜਾਂਦੇ ਨੇ। ਨੋਰਮੈਟਿਵ, ਇਹਦੇ ਵਿੱਚ ਇੱਕ ਨੋਰਮੈਟਿਵ ਜਿਹੜਾ ਹੈਗਾ ਸੋਸ਼ਲ ਇਨਫਲੂਐਂਸ ਆ ਜਾਂਦਾ ਵੀ ਡਿਜ਼ਾਇਰ ਟੂ ਬੀ ਲਾਈਕ। ਜਦੋਂ ਸਾਰਿਆਂ ਦੀ ਸਟਰੋਂਗ ਜਿਹੜੀ ਸਭ ਦੀ ਇੱਕ ਸੋਚ ਹੁੰਦੀ ਹੈ, ਇੱਛਾ ਹੁੰਦੀ ਹੈਗੀ ਹੈ ਕਿ ਮੈਂ ਸਭ ਦੀ ਇਹ ਸਭ ਦੀ ਇੱਕ ਸਟਰੋਂਗ ਡਿਜ਼ਾਇਰ ਹੈ ਕਿ ਮੈਂ ਚੰਗਾ ਲੱਗਾਂ ਗਰੁੱਪ ਦੇ ਵਿੱਚ, ਮੈਂ ਐਕਸਟਰਾ ਲੱਗਾਂ, ਮੈਂ ਇੱਕ ਅਲੱਗ ਲੱਗਾਂ, ਮੈਨੂੰ ਜਿਹੜੀ ਸਾਰੀ ਦੁਨੀਆ ਮੈਨੂੰ ਮੇਰੇ ਕਰਕੇ ਜਾਣੇ, ਇਹ ਮਨੁੱਖ ਦੇ ਵਿੱਚ ਹੁੰਦੀ ਹੈਗੀ। ਤਦ ਉਹ ਗਰੁੱਪ ਤੋਂ ਬਾਹਰ ਹੋ ਜਾਂਦਾ ਹੈਗਾ ਕਈ ਵਾਰੀ, ਤਾਂ ਫਿਰ ਉਹ ਅਨੁਪਤਾ ਘੱਟ ਜਾਂਦੀ ਹੈਗੀ ਹੈ ਅਤੇ ਉਹ ਡਿਜ਼ਾਇਰ ਫੋਰ ਇੰਡੀਵਿਜੁਅਲਾਈਜੇਸ਼ਨ ਆ ਜਾਂਦੀ ਹੈ ਵੀ ਮੈਂ ਜਿਹੜਾ ਹੈਗਾ ਜਦੋਂ ਲੋਕ ਨਹੀਂ ਚਾਹੁੰਦੇ ਕਿ ਸਾਰਿਆਂ ਦੀ ਤਰ੍ਹਾਂ ਇੱਕੋ ਜਿਹਾ ਦਿਖਣਾ ਚਾਹਾਂ, ਸਾਰਿਆਂ ਦੀ ਤਰ੍ਹਾਂ ਮੈਂ ਇੱਕੋ ਜਿਹਾ ਕੰਮ ਕਰਾਂ, ਮੈਂ ਚਾਹੁੰਦਾ ਮੈਂ ਕੁਝ ਵੀ ਯੂਨੀਕ ਦਿਖਾਂ ਤਾਂ ਕਿ ਮੈਨੂੰ ਲੋਕ ਮੈਂਬਰ ਜਿਹੜੇ ਮੈਨੂੰ ਅਲੱਗ ਤਰ੍ਹਾਂ ਨਾਲ ਜਾਣਨ, ਮੈਨੂੰ ਅਲੱਗ ਪਹਿਚਾਣਨ। ਸੋ ਇਹ ਜਿਹੜੀ ਇੰਡੀਵਿਜੁਅਲਾਈਜੇਸ਼ਨ ਆ ਜਾਂਦਾ, ਇੱਕ ਨਵਾਂ ਯੂਨੀਕ ਚੀਜ਼ ਆ ਜਾਂਦੀ ਹੈਗੀ ਆ। ਡਿਜ਼ਾਇਰ ਟੂ ਬੀ ਮੈਂਟੇਨ ਕੰਟਰੋਲ, ਬਹੁਤ ਸਾਰੇ ਲੋਕ ਇਹ ਮਹਿਸੂਸ ਕਰਦੇ ਹਨ ਕਿ ਉਹਨਾਂ ਦੇ ਆਪਣੇ ਜਿਹੜੇ ਡਿਸੀਜ਼ਨ ਹੋਣੇ ਚਾਹੀਦੇ ਆ, ਕੁਝ ਆਪਣਾ ਫੈਸਲਾ ਹੋਣਾ ਚਾਹੀਦਾ ਉਹਨਾਂ ਦਾ। ਸੋ ਜਿਹੜੀਆਂ ਉਹਨਾਂ ਦੀ ਮਤਲਬ ਸਾਨੂੰ ਉਹਨਾਂ ਦੀ ਡਿਜ਼ਾਇਰ ਨਹੀਂ ਹੁੰਦੀ ਕਿ ਸਾਨੂੰ ਕੋਈ ਕੰਟਰੋਲ ਕਰੇ, ਆਊਟ ਆਫ ਕੰਟਰੋਲ ਰਹਿਣਾ ਚਾਹੁੰਦੇ ਨੇ ਉਹ ਕੁਛ ਮਨੁੱਖ। ਤਦ ਵੀ ਅਨੁਪਤਾ ਘੱਟਦੀ ਹੈਗੀ ਹੈ। ਸੋ ਜੇ ਪ੍ਰਾਇਰ ਕਮਿਟਮੈਂਟ ਜਿਹੜੀ ਕਈ ਵਾਰ ਕੋਈ ਇਨਸਾਨ ਨਾ ਕਿਸੇ ਨਾਲ ਕਮਿਟਮੈਂਟ ਕਰ ਦਿੰਦਾ ਪਹਿਲਾਂ ਤੋਂ ਹੀ ਵਿਊਜ਼ ਦੇ ਨਾਲ ਵੀ ਹਾਂ ਮੇਰੀ ਇਹ ਕੰਫਰਮਿਟੀ ਹੈਗੀ ਵੀ ਮੈਂ ਤੇਰੇ ਨਾਲ ਰਹਾਂਗਾ, ਤਦ ਵੀ ਜਿਹੜੀ ਹੈਗੀ ਅਨੁਪਤਾ ਘੱਟ ਜਾਂਦੀ ਹੈਗੀ ਹੈ। ਸੋ ਟਾਈਮ ਟੂ ਥਿੰਕ ਐਂਡ ਫਾਈਂਡ ਸੋਸ਼ਲ ਸਪੋਰਟ, ਜਦੋਂ ਲੋਕਾਂ ਨੂੰ ਸਮੇਂ ਹੀ ਨਹੀਂ ਮਿਲਦਾ, ਕਈ ਵਾਰ ਮਨੁੱਖ ਇੰਨਾ ਮਸ਼ਰੂਫ ਹੁੰਦਾ, ਇੰਨਾ ਬਿਜ਼ੀ ਹੁੰਦਾ ਆਪਣੇ ਕੰਮ ਦੇ ਵਿੱਚ ਕਿ ਉਹਨੂੰ ਸਮੇਂ ਹੀ ਨਹੀਂ ਮਿਲਦਾ ਕਿ ਉਹ ਕਿਸ ਤਰ੍ਹਾਂ ਲੋਕਾਂ ਨਾਲ ਗੱਲਬਾਤ ਕਰੇ ਅਤੇ ਸਮਾਜ ਦੇ ਅਸਰ ਤੋਂ ਹੇਠੋਂ ਉਹ ਪਰਾ ਚਲਾ ਜਾਂਦਾ ਹੈਗਾ। ਕਈ ਵਾਰ ਉਹ ਬਿਜ਼ੀ ਹੁੰਦਾ ਮਨੁੱਖ ਜਿਹੜਾ ਹੈਗਾ। ਸੋ ਜੇ ਅਸੀਂ ਦੇਖੀਏ ਕਿ ਮਨੁੱਖ ਦੀ ਡਿਜ਼ਾਇਰ ਕੀ ਹੈ, ਸਮਾਜ ਦੇ ਵਿੱਚ ਸਭ ਉਹਨੂੰ ਪਸੰਦ ਕਰਨ, ਅਸੀਂ ਸਮਾਜ ਦੇ ਵਿੱਚ ਜਦੋਂ ਲਈਏ ਤਾਂ ਅਸੀਂ ਸਾਨੂੰ ਸਮਾਜ ਅਕਸੈਪਟੈਂਸ ਦੇਵੇ, ਸਾਡੀ ਇੱਕ ਆਪਣੀ ਆਈਡੈਂਟੀ ਹੋਵੇ। ਸੋ ਇਹ ਚੀਜ਼ਾਂ ਜਿਹੜੀਆਂ ਆ ਜਾਂਦੀਆਂ ਨੇ ਮਨੁੱਖ ਦੇ ਵਿੱਚ, ਤਾਂ ਫਿਰ ਉਸ ਨੂੰ ਅਨੁਰੂਪਤਾ ਜਿਹੜੀ ਹੈਗੀ ਆਟੋਮੈਟਿਕਲੀ ਘਟੇਗੀ। ਜਦੋਂ ਮਨੁੱਖ ਦੇ ਵਿੱਚ ਇਹ ਜੀ ਡਿਜ਼ਾਇਰ ਆਏਗੀ, ਲਾਈਕਿੰਗ ਆਏਗੀ, ਤਾਂ ਉਹਦੇ ਵਿੱਚ ਇਹ ਕਨਫਰਮਿਟੀ ਘਟਣੀ ਹੀ ਘਟਣੀ ਹੈਗੀ ਆ। ਸੋ ਕੁਝ ਡਿਸਐਡਵਾਂਟੇਜਸ ਵੀ ਹੈ ਅਤੇ ਕੁਝ ਐਡਵਾਂਟੇਜਸ ਵੀ ਨੇ। ਹੁਣ ਕੰਫਰਮਿਟੀ ਦੀ ਇਹਦੇ ਵਿੱਚ ਪੋਜ਼ਿਟਿਵ ਔਰ ਨੈਗੇਟਿਵ ਇਫੈਕਟ ਆ ਜਾਂਦੇ ਨੇ। ਜਦੋਂ ਅਸੀਂ ਡਿਸਐਡਵਾਂਟੇਜਸ ਔਰ ਐਡਵਾਂਟੇਜਸ ਦੇਖਦੇ ਹਾਂ ਤਾਂ ਉਸ ਟਾਈਮ ਪੋਜ਼ਿਟਿਵ ਔਰ ਨੈਗੇਟਿਵ ਇਫੈਕਟ ਆ ਜਾਂਦੇ ਨੇ ਕਿ ਕਨਫਰਮਿਟੀ ਮਦਦ ਕਰਦੀ ਹੈਗੀ ਹੈ ਜਦੋਂ ਲੋਕਾਂ ਦਾ ਵਿਵਹਾਰ ਅਨਸਰਟੀ ਦੂਰ ਕਰਦੀ ਹੈ, ਅਨਸਰਟਨਿਟੀ ਨੂੰ। ਅਨਸਰਟਨਿਟੀ ਆਪਣੇ ਆਪ ਹੀ ਦੂਰ ਚਲੀ ਜਾਂਦੀ ਹੈ ਜਦੋਂ ਮਨੁੱਖ ਇਹ ਕਨਫਰਮ ਕਰ ਲੈਂਦਾ ਕਿ ਮੈਂ ਸਮਾਜ ਦੇ ਵਿੱਚ ਰਹਿ ਕੇ
ਮੈਂ ਇੱਕ ਸੇਫ ਹਾਂ ਤੇ ਮੇਰੇ ਕੰਮ ਵੀ ਸਾਰੇ ਹੁੰਦੇ ਨੇ, ਮੇਰੀ ਇੱਕ ਆਪਣੀ ਪਰਸਨੈਲਿਟੀ ਵੀ ਹੈ, ਮੇਰੀਆਂ ਡਿਜ਼ਾਇਰ ਵੀ ਫੁਲਫਿਲ ਹੁੰਦੀਆਂ ਨੇ, ਤਦ ਪੋਜ਼ਿਟਿਵ ਹੋ ਜਾਂਦਾ ਹੈਗਾ। ਸੋ ਕਨਫਰਮਿਟੀ ਵਿੱਚ ਦੇਖਦੇ ਹਾਂ ਕਿ ਸਾਡਾ ਜਿਹੜਾ ਵਿਵਹਾਰ ਹੁੰਦਾ ਪ੍ਰੋਟੈਕਸ਼ਨ ਦੇ ਤੌਰ ਤੇ ਵੀ ਕਰ ਦਿੱਤਾ ਜਾਂਦਾ ਹੈਗਾ। ਜਦੋਂ ਅਸੀਂ ਕਈ ਵਾਰ ਕਹਿੰਦੇ ਹਾਂ ਵੀ ਹਾਂ ਅਸੀਂ ਕਾਰ ਦਾ ਲਾਇਸੈਂਸ ਲੈ ਲੈਂਦੇ, ਵੀ ਹਾਂ ਜੀ ਅਸੀਂ ਕਾਰ ਦਾ ਲਾਇਸੈਂਸ ਲਿੱਤਾ ਕਿਉਂਕਿ ਅਸੀਂ ਕਾਰ ਚਲਾ ਸਕਦੇ ਹਾਂ। ਅਸੀਂ ਲਾਲ ਬੱਤੀ ਨੂੰ ਦੇਖ ਕੇ ਰੁਕ ਜਾਂਦੇ ਹੈਗੇ ਹਾਂ ਤਾਂ ਅਸੀਂ ਸਮਾਜ ਦੇ ਵਿੱਚ ਕੁਛ ਰਹਿ ਕੇ ਜਿਹੜੀ ਹੈਗੀ ਅਸੀਂ ਕਨਫਰਮ ਕਰਦੇ ਵੀ ਸਾਨੂੰ ਉਹ ਰੂਲਸ ਕੁਛ ਫਾਲੋ ਕਰਨੇ ਪੈਣੇ ਹੀ ਪੈਣੇ ਨੇ। ਇਨਕੇਸ ਜੇ ਫਾਇਰ ਫਾਇਰ ਐਕਸਟੈਂਸ਼ਨ ਦੇ ਵਿੱਚ ਅਸੀਂ ਫਾਇਰ ਐਕਸਟੈਂਸ਼ਨ ਵੱਲ ਨੂੰ ਜਾਂਦੇ, ਜੇ ਫਾਇਰ ਲੱਗ ਜਾਂਦੀ ਹੈ ਕਿਤੇ ਤਾਂ ਕੁਛ ਗੱਲਾਂ ਪੱਕੀਆਂ ਹੁੰਦੀਆਂ ਨੇ ਸਮਾਜ ਦੇ ਵਿੱਚ ਵੀ ਹਾਂ ਇਹ ਇਸ ਤਰ੍ਹਾਂ ਕਰਨੀਆਂ ਕਰਨੀਆਂ ਨੇ। ਰੋਡ ਦੇ ਉੱਤੇ ਜੇ ਤੁਰਨਾ ਹੈ ਤਾਂ ਜ਼ੈਬਰਾ ਕ੍ਰੋਸ ਨੂੰ ਜੇ ਅਸੀਂ ਰੋਡ ਕ੍ਰੋਸ ਕਰੀਏ ਤਾਂ ਜ਼ੈਬਰਾ ਕ੍ਰੋਸ ਤੇ ਕਰੋ, ਲਾਈਨ ਤੋਂ ਹੀ ਅਸੀਂ ਰੋਡ ਕ੍ਰੋਸ ਕਰਨੀ ਹੈ, ਅਸੀਂ ਲੈਫਟ ਸਾਈਡ ਹੀ ਕਾਰ ਡਰਾਈਵ ਕਰਨੀ ਹੈ। ਤਾਂ ਕੁਛ ਰੂਲਸ ਜਿਹੜੇ ਨੇ ਸਮਾਜ ਦੇ ਬਣਾਏ ਹੋਏ ਉਹ ਲਾਭਦਾਇਕ ਹੁੰਦੇ ਨੇ, ਪਰ ਇਹਦੇ ਵਿੱਚ ਹੀ ਕੁਛ ਜੈਂਡਰ ਨੋਰਮਸ ਨੇ ਜਿਹਦੇ ਵਿੱਚ ਜਿਹੜੀ ਸਾਡੀ ਕਨਫਰਮਿਟੀ ਕਰ ਜਾਂਦੀ ਹੈ। ਹੁਣ ਜੈਂਡਰ ਨੋਰਮਸ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਜੇ ਅਸੀਂ ਕਹਿੰਦੇ ਹਾਂ ਵੀ ਮਨੁੱਖ ਨੇ ਜਿਹੜਾ ਲੜਕਾ ਹੈਗਾ ਉਸਨੇ ਛੋਟੇ ਬਾਲ ਰੱਖਣੇ ਹੈ ਤੇ ਲੜਕੀ ਨੇ ਬੜੇ ਬਾਲ ਰੱਖਣੇ ਨੇ, ਤਾਂ ਕੁਝ ਪੱਖਪਾਤ ਸਾਹਮਣੇ ਆਉਂਦਾ ਤਾਂ ਉਦੋਂ ਵੀ ਜਿਹੜੀ ਹੈਗੀ ਕਨਫਰਮਿਟੀ ਘੱਟਦੀ ਹੈਗੀ ਹੈ। ਇਸ ਤਰ੍ਹਾਂ ਹੀ ਜਿਹੜੀ ਹੁਣ ਜਿਹੜੇ ਆਪਾਂ ਕਹਿ ਦਿੰਦੇ ਹੈਗੇ ਆ ਰਸਿਸਟਿੰਗ ਵੀ ਹੁੰਦੀ ਹੈਗੀ, ਇਸ ਨੂੰ ਰੋਕਿਆ ਵੀ ਜਾ ਸਕਦਾ ਕਨਫਰਮਿਟੀ ਨੂੰ, ਔਰ ਮਾਇਨੋਰਿਟੀ ਤੌਰ ਤੇ ਜਿਹੜਾ ਹੈਗਾ ਇਸਦਾ ਇਨਫਲੂਐਂਸ ਵੀ ਜਿਹੜਾ ਅਸੀਂ ਦੇਖ ਸਕਦੇ ਹੈਗੇ ਆ ਦੂਜੇ ਲੋਕਾਂ ਦੇ ਉੱਤੇ ਪੈਂਦਾ ਹੀ ਪੈਂਦਾ ਹੈਗਾ, ਮਾਇਨੋਰਿਟੀ ਤੌਰ ਤੇ ਵੀ ਤੇ ਮੈਜੋਰਿਟੀ ਤੌਰ ਦੇ ਉੱਤੇ ਵੀ। ਸੋ ਜੇ ਅਸੀਂ ਦੇਖੀਏ ਕਿ ਸਾਨੂੰ ਇਹਦੇ ਵਿੱਚ ਬਹੁਤ ਜ਼ਿਆਦਾ ਰਿਜਿਡ ਨਹੀਂ ਹੋਣਾ ਚਾਹੀਦਾ ਹੈਗਾ ਕਨਫਰਮਿਟੀ ਦੇ ਵਿੱਚ, ਇਸ ਤੋਂ ਬਿਨਾਂ ਜਿਹੜਾ ਹੁਣ ਸੈਕਿੰਡ ਸੋਸ਼ਲ ਜਿਹੜਾ ਅਸੀਂ ਨੇ ਜਿਹੜਾ ਸਾਡੇ ਅਸਰ ਕਰਦਾ ਹੈਗਾ ਸੋਸ਼ਲ ਇਨਫਲੂਐਂਸ ਦੇ ਵਿੱਚ ਉਹ ਹੈਗਾ ਕੰਪਲਾਈਂਸ। ਹੁਣ ਕੰਪਲਾਈਂਸ ਨੂੰ ਅਸੀਂ ਕਹਾਂਗੇ ਕਬੂਲ, ਅਨੁਪਾਲਨ। ਕੰਪਲਾਈਂਸ ਦੀ ਪੰਜਾਬੀ ਚ ਅਸੀਂ ਇਹਨੂੰ ਕਹਾਂਗੇ ਕਬੂਲ, ਅਨੁਪਾਲਕ। ਮੀਨਸ ਜਦੋਂ ਅਸੀਂ ਗਰੁੱਪ ਦੇ ਵਿੱਚ, ਜਦੋਂ ਇਨਸਾਨ ਗਰੁੱਪ ਦੇ ਵਿੱਚ ਬਿਹੇਵੀਅਰ ਜਦੋਂ ਉਹਦਾ ਚੇਂਜ ਹੁੰਦਾ ਹੈਗਾ, ਜਦੋਂ ਉਹਨਾਂ ਦੇ ਕੋਲ ਇਹ ਪਾਵਰ ਨਹੀਂ ਹੁੰਦੀ ਕਿ ਅਸੀਂ ਆਪਣਾ ਬਿਹੇਵੀਅਰ ਚੇਂਜ ਕਰ ਸਕੀਏ, ਪਰ ਅਸੀਂ ਕਿਸੇ ਦੇ ਇਨਫਲੂਐਂਸ ਵਿੱਚ ਆ ਕੇ ਉਹ ਬਿਹੇਵੀਅਰ ਅਸੀਂ ਆਪਣਾ ਚੇਂਜ ਕਰ ਲੈਂਦੇ ਹਾਂ। ਮਤਲਬ ਤੁਹਾਨੂੰ ਐਗਜ਼ਾਮਪਲ ਦੇਣੀ ਹੈ, ਤੁਸੀਂ ਸਮਝੋਗੇ। ਜਦੋਂ ਅਸੀਂ ਕਿਤੇ ਘਰ ਬੈਠੇ ਹੁੰਦੇ ਸਾਡੇ ਕੋਲ ਕੀ ਆ, ਕੋਈ ਸੇਲਸਮੈਨ ਆ ਜਾਂਦਾ ਜੀ ਹਾਂ ਇਹ ਤੁਸੀਂ ਚੀਜ਼ ਲਓਗੇ ਤਾਂ ਤੁਹਾਨੂੰ ਇਹਦੇ ਨਾਲ ਬੈਨੀਫਿਟ ਮਿਲਣਗੇ, ਤੁਹਾਨੂੰ ਇਹ ਕੁਛ ਮਿਲੇਗਾ ਤਾਂ ਤੁਹਾਨੂੰ ਬੜਾ ਫਾਇਦਾ ਹੋਏਗਾ, ਜਾਂ ਇੰਸ਼ੋਰੈਂਸ ਵਾਲਾ ਕੋਈ ਆ ਜਾਂਦਾ ਵੀ ਤੁਸੀਂ ਅਗਰ ਇਹ ਇੰਸ਼ੋਰੈਂਸ ਲਓਗੇ ਤਾਂ ਤੁਹਾਨੂੰ ਇਹ ਲਾਭ ਹੋਏਗਾ, ਤੁਹਾਡੀ ਫੈਮਿਲੀ ਲਈ ਬੜਾ ਅੱਛਾ ਹੋਏਗਾ, ਤੁਹਾਨੂੰ ਇਹ ਲਾਈਫ ਟਾਈਮ ਇਹ ਅਵਾਰਡ ਇਹ ਮਿਲੇਗਾ ਤਾਂ ਤੁਸੀਂ ਫਾਇਦੇ 'ਚ ਰਹੋਗੇ, ਤਾਂ ਅਸੀਂ ਉਸ ਵਿਅਕਤੀ ਦੇ ਅਸਰ ਵਿੱਚ ਆ ਜਾਂਦੇ ਹਾਂ ਅਤੇ ਅਸੀਂ ਉਹ ਸਕੀਮ ਲੈ ਲੈਂਦੇ ਹੈਗੇ ਹਾਂ। ਇਹ ਜਿਹੜਾ ਹੁੰਦਾ ਕੰਪਲਾਈਂਸ ਹੁੰਦਾ ਵੀ ਜਦੋਂ ਤੁਹਾਨੂੰ ਵਿਅਕਤੀ ਸਮਾਜ ਦੇ ਵਿੱਚ ਰਹਿ ਕੇ ਜਦੋਂ ਦੂਜਾ ਵਿਅਕਤੀ ਤੁਹਾਨੂੰ ਆਪਣੇ ਅਸਰ ਹੇਠ ਲਿਆ ਕੇ ਤੁਹਾਡੇ ਵਿਵਹਾਰ ਨੂੰ ਬਦਲ ਦਿੰਦਾ ਹੈ। ਹੁਣ ਇਹਨਾਂ ਦੇ ਵਿੱਚ ਜਿਵੇਂ ਤੁਹਾਡੇ ਜਿਹੜੇ ਹੈਗੇ ਆ, ਸਪੋਜ਼ ਕਰੋ ਕਿਸੇ ਮਦਰ ਨੂੰ, ਆਪਾਂ ਤੁਹਾਡੇ ਮਦਰ ਜਿਹੜੇ ਨੇ ਕੋਈ ਅਸੀਂ ਜਾਂ ਅਸੀਂ ਉਹ ਕਹਿ ਲਈਏ ਕਿ ਅਗਰ ਬਾਜ਼ਾਰ ਦੇ ਵਿੱਚ ਅਸੀਂ ਕੋਈ ਸਬਜ਼ੀ ਕਰਾ ਲੈਂਦੇ ਹਾਂ ਤਾਂ ਅਸੀਂ ਉਹਨਾਂ ਬਾਰਗੇਨਿੰਗ ਕਰਦੇ ਹਾਂ, ਇਹ ਵੀ ਕੰਪਲਾਈਂਸ ਦੀ ਸਟ੍ਰੈਟੇਜੀ ਹੈਗੀ ਹੈ। ਜਦੋਂ ਅਸੀਂ ਬਾਰਗੇਨਿੰਗ ਕਰਕੇ ਅਸੀਂ ਉਹਨੂੰ ਇਹ ਕਹਿੰਦੇ ਵੀ ਨਹੀਂ ਅਸੀਂ 10 ਨਹੀਂ ਦੇਣੇ, ਅਸੀਂ 5 ਦੇਣੇ, ਤਾਂ ਅਸੀਂ 5 ਦੇ ਕੇ ਆ ਜਾਂਦੇ ਹਾਂ ਅਤੇ ਚੀਜ਼ ਲੈ ਆਉਂਦੇ ਹਾਂ, ਇਟ ਮੀਨਸ ਅਸੀਂ ਉਹਨੂੰ ਆਪਣੇ ਅਸਰ ਹੇਠ ਲੈ ਆਉਂਦੇ ਹਾਂ। ਠੀਕ ਹੈ, ਤੁਸੀਂ ਕਿਸੇ ਪਾਰਟੀ ਕਰਨਾ ਚਾਹੁੰਦੇ ਹੋ, ਆਪਣੇ ਦੋਸਤਾਂ ਨੂੰ ਪਾਰਟੀ ਲਈ ਮਨਾ ਲੈਂਦੇ ਹੋ, ਇਹ ਵੀ ਇੱਕ ਬਿਹੇਵੀਅਰ ਚੇਂਜ ਹੈ। ਇਹ ਹੈ ਪਰ ਥੋੜ੍ਹੀ ਦੇਰ ਲਈ ਕੰਪਲਾਈਂਸ ਹੈ, ਮਤਲਬ ਥੋੜ੍ਹੀ ਦੇਰ ਦੇ ਲਈ ਤੁਸੀਂ ਕਿਸੇ ਦਾ ਬਿਹੇਵੀਅਰ ਚੇਂਜ ਕਰ ਲਿਆ ਵੀ ਹਾਂ ਥੋੜ੍ਹੀ ਦੇਰ ਲਈ ਤੁਸੀਂ ਉਸਨੂੰ ਕਿਹਾ ਵੀ ਨਹੀਂ ਮੈਂ ਤਾਂ ਪਾਰਟੀ ਕਰਨੀ, ਆਪਾਂ ਚੱਲ ਆਪਾਂ ਇੱਕ ਵਨ ਡੇ ਕਰਦੇ ਹਾਂ, ਬਾਹਰ ਘੁੰਮਦੇ ਹਾਂ, ਖਾਂਦੇ ਪੀਂਦੇ ਹਾਂ, ਥੋੜ੍ਹੀ ਦੇਰ ਲਈ ਉਹਨੂੰ ਤੁਸੀਂ ਜਿਹੜਾ ਉਹਦਾ ਬਿਹੇਵੀਅਰ ਚੇਂਜ ਕਰ ਲੈਂਦੇ ਹੁੰਦੇ ਹੋ। ਸੋ ਇਹ ਚੀਜ਼ ਜਿਹੜੀ ਆ ਜਾਂਦੀ ਹੈਗੀ ਆ। ਹੁਣ ਟੋਬਰ ਜਿਹੜਾ ਗੈਲੈਂਡ ਸੀਗਾ, ਹੁਣ 2006 ਦੇ ਵਿੱਚ 6 ਪ੍ਰਿੰਸੀਪਲਸ ਦਿੱਤੇ ਸੀਗੇ। ਜੇ ਹੁਣ ਅਸੀਂ ਇਸਦੇ ਪ੍ਰਿੰਸੀਪਲ ਦੀ ਗੱਲ ਕਰੀਏ, ਪ੍ਰਿੰਸੀਪਲ ਆਫ ਸਟ੍ਰੈਟੇਜੀ ਯੂਜ਼ਡ ਇਨ ਕੰਪਲਾਈਂਸ, ਤਾਂ
ਉਹਨਾਂ ਨੇ 6 ਜਿਹੜੇ ਸੀਗੇ ਪ੍ਰਿੰਸੀਪਲ ਸਿਧਾਂਤ ਦਿੱਤੇ ਕੰਪਲਾਇੰਸ ਦੇ। ਉਹਨਾਂ ਨੇ ਦੱਸਿਆ ਵੀ 6 ਤਰ੍ਹਾਂ ਦੀਆਂ ਸਟੱਡੀਜ਼ ਜਿਹੜੀਆਂ ਨੇ ਯੂਜ਼ ਹੁੰਦੀਆਂ ਨੇ ਕੰਪਲਾਇੰਸ ਦੇ ਵਿੱਚ। ਸਭ ਤੋਂ ਪਹਿਲੀ ਹੈਗੀ ਹੈ ਰੈਸੀਪ੍ਰੋਸਿਟੀ। ਹੁਣ ਰੈਸੀਪ੍ਰੋਸਿਟੀ ਜਿਹੜੀ ਹੁੰਦੀ, ਜੋ ਜੇ ਅਸੀਂ ਕਿਸੇ ਦੀ ਹੈਲਪ ਕੀਤੀ, ਜੇ ਕਿਸੇ ਨੇ ਸਾਡੀ ਕੋਈ ਹੈਲਪ ਕੀਤੀ ਹੈ ਤਾਂ ਮੈਂ ਵੀ ਉਸਦੀ ਹੈਲਪ ਕਰਾਂ ਬਦਲੇ ਦੇ ਵਿੱਚ। ਹੁਣ ਸਪੋਜ਼ ਕਰੋ ਕਿਸੇ ਨੇ ਬਰਥਡੇ ਪਾਰਟੀ, ਜਿਵੇਂ ਇੱਕ ਮੈਂ ਐਗਜ਼ਾਮਪਲ ਦੇਣੀ, ਆਮ ਸਮਾਜ ਦੇ ਵਿੱਚ ਕੀ ਹੁੰਦਾ ਹੈਗਾ ਕਿ ਜਦੋਂ ਕੋਈ ਬਰਥਡੇ ਪਾਰਟੀ ਥਰੋ ਕਰਦਾ ਤਾਂ ਉਸ ਦੇ ਵਿੱਚ ਉਹ ਗਿਫਟ ਲੈ ਕੇ ਆ ਜਾਂਦੇ ਆ ਅਸੀਂ, ਤਾਂ ਅੱਗੇ ਉਹ ਰਿਟਰਨ ਗਿਫਟ ਦੇ ਦਿੰਦਾ ਹੈਗਾ। ਇਟ ਮੀਨਸ ਵੀ ਜੋ ਮੇਰੇ ਲਈ ਗਿਫਟ ਲੈ ਕੇ ਆਇਆ ਤਾਂ ਮੈਂ ਉਸਨੂੰ ਵੀ ਗਿਫਟ ਦੇ ਦਾਂਗਾ। ਇਟ ਮੀਨਸ ਰਿਟਰਨ ਗਿਫਟ ਦੇਣਾ ਹੀ ਕੰਪਲਾਇੰਸ ਦੀ ਇੱਕ ਫਾਰਮ ਹੋ ਜਾਂਦੀ, ਇੱਕ ਸਟ੍ਰੈਟੇਜੀ ਹੋ ਜਾਂਦੀ ਹੈ। ਜਦੋਂ ਅਸੀਂ ਕਿਸੇ ਦੇ ਇਮੀਡੀਏਟਲੀ ਕੋਈ ਸਾਡੇ ਲਈ ਕੁਝ ਕਰ ਰਿਹਾ ਤੇ ਅਸੀਂ ਵੀ ਆਪਣਾ ਬਿਹੇਵੀਅਰ ਚੇਂਜ ਕਰ ਦਿੰਦੇ ਆ, ਤਾਂ ਇਮੀਡੀਏਟਲੀ ਜਿਹੜਾ ਬਿਹੇਵੀਅਰ ਵਿੱਚ ਅਸਰ ਹੁੰਦਾ ਹੈਗਾ ਇਹ ਉਸ ਕਰਕੇ ਹੋ ਜਾਂਦਾ ਹੁੰਦਾ। ਰੈਸੀਪ੍ਰੋਸਿਟੀ ਕਰਕੇ ਹੀ ਜਿਹੜੀ ਸਟ੍ਰੈਟੇਜੀ ਕਰਕੇ ਸਾਡਾ ਬਿਹੇਵੀਅਰ ਚੇਂਜ ਹੁੰਦਾ ਹੈਗਾ। ਸੋ ਇੱਕ ਕਮਿਟਮੈਂਟ ਆਫ ਕੰਸਿਸਟੈਂਸੀ ਹੈ ਸੈਕਿੰਡ ਜਿਹੜੀ ਇਹਦੀ ਸਟ੍ਰੈਟੇਜੀ ਹੈਗੀ ਹੈ, ਕਮਿਟਮੈਂਟ ਆਫ ਕੰਸਿਸਟੈਂਸੀ ਹੈ। ਹੁਣ ਜਦੋਂ ਅਸੀਂ ਲੋਕ ਕਿਸੇ ਨਾਲ ਕਮਿਟਮੈਂਟ ਕਰਦੇ ਹੈਗੇ ਹਾਂ ਕਿ ਅਸੀਂ ਉਸ 'ਤੇ ਸਟੇਬਲ ਰਹਾਂਗੇ ਵੀ ਹਾਂ ਅਸੀਂ ਇਹ ਕਰਾਂਗੇ ਕਰਾਂਗੇ, ਤੇ ਉਸ ਤੋਂ ਬਾਅਦ ਕੀ ਹੈ, ਜਿਸ ਤਰ੍ਹਾਂ ਐਕਸਪੋਜ਼ ਕਰੋ ਕਿ ਆਪਾਂ ਕਹਿੰਦੇ ਆ ਵੀ ਤੁਹਾਨੂੰ ਕਮਿਟਮੈਂਟ ਕਰਕੇ ਤੁਹਾਨੂੰ ਕੰਸਿਸਟੈਂਟ ਉਸ 'ਤੇ ਪੱਕਾ ਰਹਿਣਾ ਪੈਂਦਾ। ਮੀਨਸ ਸਪੋਜ਼ ਕਰੋ ਤੁਹਾਡੇ ਕੋਲ ਕੋਈ ਫੰਡ ਲੈਣ ਆਉਂਦਾ ਹੈਗਾ ਤੇ ਤੁਸੀਂ ਉਹਨੂੰ ਕਹਿੰਦੇ ਮੈਂ ਤੈਨੂੰ ਫੰਡ ਦਿਆਂਗਾ, ਪਰ ਫਿਰ ਉਸ ਟਾਈਮ ਨਹੀਂ ਦਿੰਦੇ, ਤੁਹਾਨੂੰ 2 ਦਿਨ ਬਾਅਦ ਉਹ ਫੇਰ ਆ ਜਾਂਦਾ ਹੈਗਾ ਫੰਡ ਲੈਣ ਵੀ ਹਾਂ ਤੁਸੀਂ ਸਾਨੂੰ ਕਿਹਾ ਸੀਗਾ, ਤੁਹਾਡੀ ਪਹਿਲਾਂ ਸਟੇਟਮੈਂਟ ਸੀਗੀ ਕਿ ਤੁਸੀਂ ਸਾਡੀ ਹੈਲਪ ਕਰੋਗੇ ਤੇ ਤੁਸੀਂ ਹੁਣ ਜਿਹੜਾ ਹੈਗਾ ਔਰਫਨ ਬੱਚਿਆਂ ਵਾਸਤੇ ਤੁਸੀਂ ਥੋੜ੍ਹਾ ਜਿਹਾ ਕੁਛ ਵੀ ਫੰਡ ਦਿਓ, ਤਾਂ ਫਿਰ ਸਾਡੀ ਜੋ ਪਹਿਲੀ ਕਮਿਟਮੈਂਟ ਕੀਤੀ ਹੁੰਦੀ ਹੈ ਤਾਂ ਸਾਨੂੰ ਉਸ ਦੇ ਉੱਤੇ ਪੂਰਾ ਉਤਰਨਾ ਹੁੰਦਾ ਤਾਂ ਅਸੀਂ ਉਹਦੀ ਹੈਲਪ ਕਰ ਦਿੰਦੇ ਹੈਗੇ ਹਾਂ। ਸੋ ਜੋ ਪ੍ਰਾਇਰ ਕਮਿਟਮੈਂਟ ਕਰ ਲੈਂਦੇ ਉਹ ਸਾਨੂੰ ਨਿਭਾਉਣੀ ਪੈਂਦੀ ਹੈ, ਇਹ ਵੀ ਕੰਪਲਾਇੰਸ ਦੀ ਇੱਕ ਸਟ੍ਰੈਟੇਜੀ ਹੈ। ਹੁਣ ਸੋਸ਼ਲ ਪਰੂਫ ਹੈ ਇੱਕ ਥਰਡ ਜਿਹੜਾ ਅਸੀਂ ਲੈ ਲੈਂਦੇ ਹਾਂ, ਜਦੋਂ ਦੂਜੇ ਜੋ ਦੂਜੇ ਲੋਕ ਕਰਦੇ ਹਨ ਅਸੀਂ ਵੀ ਉਹੀ ਕਰਨ ਲੱਗ ਜਾਂਦੇ ਹਾਂ। ਇਹ ਗੱਲ ਹੈਗੀ ਹੈ ਵੀ ਜਦੋਂ ਇੱਕ ਬੰਦਾ ਕੋਈ ਸੜਕ ਤੇ ਚੱਲ ਰਿਹਾ, ਸੜਕ ਤੇ ਜਾਂਦਾ ਜਾਂਦਾ ਉਹ ਅਚਾਨਕ ਅਸਮਾਨ ਦੇ ਵਿੱਚ ਦੇਖਣ ਲੱਗ ਜਾਂਦਾ ਵੀ ਕੀ ਚੀਜ਼ ਹੈ। ਤੁਸੀਂ ਇਹ ਐਗਜ਼ਾਮਪਲ ਕਰਕੇ ਦੇਖਿਓ ਬੱਚਿਓ, ਜਦੋਂ ਤੁਸੀਂ ਕੋਈ ਦੇਖੋਗੇ ਵੀ ਇੱਕ ਇਨਸਾਨ ਜਿਹੜਾ ਹੈਗਾ ਜਾਂਦਾ ਸੜਕ ਤੇ ਉੱਪਰ ਦੇਖਣ ਲੱਗ ਜਾਂਦਾ, ਤਾਂ ਅਸੀਂ ਉਹਦੇ ਨਾਲ ਹੀ ਦੂਜੇ ਵਿਅਕਤੀ ਵੀ ਜਿਹੜੇ ਨਾਲ ਹੀ ਨਾਲ ਦੇਖਣ ਲੱਗ ਜਾਂਦੇ ਅਸਮਾਨ ਵਿੱਚ, ਪਤਾ ਨਹੀਂ ਕੀ ਸਪੈਸ਼ਲ ਚੀਜ਼ ਆ ਜੋ ਅਸਮਾਨ 'ਚ ਦੇਖ ਰਹੇ ਨੇ ਬਾਕੀ ਸਾਰੇ। ਇਹ ਸੋਸ਼ਲ ਪਰੂਫ ਹੋ ਜਾਂਦਾ ਜਦੋਂ ਇੱਕ ਵਿਅਕਤੀ ਜਿਹੜਾ ਹੈਗਾ ਉਹ ਬਿਹੇਵੀਅਰ ਦੂਜਿਆਂ ਦਾ ਵੀ ਇੰਪੈਕਟ ਵੀ ਜਾ ਕੇ ਚੇਂਜ ਕਰ ਦਿੰਦਾ, ਇਹ ਸੋਸ਼ਲ ਪਰੂਫ ਆ ਜਾਂਦਾ, ਇਹ ਸੋਸ਼ਲ ਪਰੂਫ ਦੇ ਕਰਕੇ ਹੀ ਹੁੰਦਾ ਹੈ। ਸੋ ਇੱਕ ਅਥਾਰਟੀ, ਜਿਹੜੇ ਲੋਕ ਅਥਾਰਟੀ 'ਚ ਹੁੰਦੇ ਨੇ, ਇਹ ਚੀਜ਼ ਹੈ ਹੀ ਹੈ, ਜਿਹੜੇ ਲੋਕ ਅਥਾਰਟੀ 'ਚ ਹੁੰਦੇ ਨੇ ਉਹ ਤੁਹਾਡਾ ਬਿਹੇਵੀਅਰ ਚੇਂਜ ਕਰਦੇ ਹੀ ਕਰਦੇ ਨੇ, ਉਹਨਾਂ ਦਾ ਤੁਹਾਡੇ ਬਿਹੇਵੀਅਰ ਦੇ ਉੱਤੇ ਅਸਰ ਪੈਂਦਾ ਹੀ ਪੈਂਦਾ ਹੈ। ਜਿਸ ਤਰ੍ਹਾਂ ਕੁਛ ਲੋਕ ਜਿਹੜੇ ਨੇ, ਜਿਸ ਤਰ੍ਹਾਂ ਆਪਾਂ ਕਹਿ ਦਈਏ ਸਪੋਜ਼ ਕਰੋ ਕੁਛ ਅਥਾਰਟੀ 'ਚ ਨੇ, ਜਿਵੇਂ ਤੁਹਾਡੇ ਬੌਸ ਨੇ ਜਾਂ ਕੋਈ ਅਧਿਆਪਕ ਹੈ ਤੁਹਾਡੇ ਜਾਂ ਮਾਪੇ ਨੇ, ਜਿਹੜੇ ਕਿ ਹਮੇਸ਼ਾ ਜਿਹੜੇ ਕਿ ਅਸੀਂ ਉਹਨਾਂ ਦਾ ਕਹਿਣਾ ਮੰਨਦੇ ਹਾਂ। ਜੇ ਤੁਹਾਡੇ ਅਧਿਆਪਕ ਨੇ ਕਹਿਤਾ ਵੀ ਹਾਂ ਬੱਚਿਓ ਕੱਲ੍ਹ ਇਹ ਹੋਮਵਰਕ ਕਰਕੇ ਆਉਣਾ ਹੀ ਆਉਣਾ, ਨਹੀਂ ਤੁਹਾਡੀ ਫਿਰ ਤੁਹਾਡਾ ਪਨਿਸ਼ਮੈਂਟ ਮਿਲੇਗੀ ਤੁਹਾਨੂੰ, ਫਿਰ ਅਸੀਂ ਕੰਮ ਕਰਦੇ ਕਰਦੇ ਕਿਉਂਕਿ ਸਾਡੀ ਹਾਇਰ ਅਥਾਰਟੀ, ਅਸੀਂ ਉਹਨਾਂ ਦਾ ਕਹਿਣਾ ਮੰਨਣਾ ਹੀ ਮੰਨਣਾ ਹੈ। ਇਸੇ ਤਰ੍ਹਾਂ ਪ੍ਰਿੰਸੀਪਲ ਹੁੰਦਾ ਸਕੂਲ ਦਾ ਵੀ, ਜਿਹੜਾ ਕਿ ਟਾਈਮ ਦਾ ਫਿਕਸ ਕਰ ਦਿੰਦਾ ਹੈਗਾ ਵੀ ਇਸ ਤਰ੍ਹਾਂ ਸਕੂਲ ਚੱਲਣਾ, ਕੁਛ ਲੋਅ ਬਣਾ ਦਿੰਦਾ ਹੈਗਾ ਆਪਣੀ ਸੰਸਥਾ ਦੇ ਵੀ, ਇਸ ਦੇ ਅਕੋਰਡਿੰਗ ਕੰਮ ਕਰਨਾ ਹੈਗਾ, ਤਾਂ ਜਿਹੜਾ ਸਾਰੀ ਸੰਸਥਾ ਉਸਦੇ ਅਕੋਰਡਿੰਗ ਕੰਮ ਕਰਦੀ ਹੈਗੀ ਹੈ। ਇਹ ਸਟ੍ਰੈਟੇਜੀ ਜਿਹੜੀ ਹੈਗੀ ਹੈ ਉਹਨੂੰ ਬਣਾਉਣੀ ਪੈਂਦੀ ਹੈ, ਸਾਨੂੰ ਵੀ ਮੰਨਣੀ ਪੈਂਦੀ ਹੈਗੀ ਹੈ। ਸੋ ਲਾਈਕਿੰਗ ਆ ਜਾਂਦੀ ਹੈਗੀ ਹੈ ਵੀ ਜਿਹੜੇ ਲੋਕ ਜਿਹੜੇ ਨੇ ਲੋਕ
ਪਸੰਦ ਕਰਦੇ ਨੇ, ਜਿਸ ਤਰ੍ਹਾਂ ਕਿ ਅਸੀਂ ਵੀ ਕਈ ਵਾਰ ਕਿਸੇ ਵੱਲ ਅਸੀਂ ਅਟਰੈਕਟ ਹੋ ਜਾਂਦੇ ਹੈਗੇ ਹਾਂ, ਅਸੀਂ ਕਿਸੇ ਮਾਡਲ ਵੱਲ ਅਟਰੈਕਟ ਹੋ ਜਾਂਦੇ ਹਾਂ, ਅਸੀਂ ਉਦੋਂ ਵੀ ਬਿਹੇਵੀਅਰ ਜਿਹੜਾ ਆਪਣਾ ਚੇਂਜ ਕਰ ਲੈਂਦੇ ਹੁੰਦੇ ਹਾਂ, ਅਸੀਂ ਕਿਸੇ ਵੱਲ ਆਕਰਸ਼ਿਤ ਹੋ ਕੇ ਜਿਹੜਾ ਵੀ ਆਪਣਾ ਬਿਹੇਵੀਅਰ ਚੇਂਜ ਕਰਦੇ ਹੈਗੇ ਆ, ਉਹ ਜਿਹੜਾ ਹੈਗਾ ਇਸ ਦੇ ਅੰਤਰਗਤ ਆ ਜਾਂਦਾ ਹੈਗਾ। ਵੀ ਇੱਕ ਸਟ੍ਰੈਟੇਜੀ ਹੈ, ਇੱਕ ਪ੍ਰਿੰਸੀਪਲ ਹੈਗਾ ਜਿਹੜਾ ਕੰਪਲਾਈਂਸ ਦਾ, ਕਿ ਅਸੀਂ ਕਿਸੇ ਦੇ ਅਟਰੈਕਟ ਹੋ ਕੇ ਆਪਣੀ ਪਰਸਨੈਲਿਟੀ ਬਦਲ ਲੈਂਦੇ ਹੈਗੇ ਆ। ਸੋ ਹੁਣ ਜੇ ਅਸੀਂ ਦੇਖੀਏ ਕਿ ਸਕੇਅਰਸਿਟੀ ਆਉਂਦੀ ਹੈ, ਹੁਣ ਸਕੇਅਰਸਿਟੀ ਜਦੋਂ ਕਿਸੇ ਚੀਜ਼ ਦੀ ਕਮੀ ਹੋਣ ਲੱਗਦੀ ਹੈ, ਸਕੇਅਰ ਹੁੰਦੇ ਆ ਉਹ ਕਿਤੇ ਚੀਜ਼ ਜਲਦੀ ਨਾ ਖਤਮ ਹੋ ਜਾਵੇ। ਜਿਸ ਤਰ੍ਹਾਂ ਹੁਣ ਦੁਕਾਨਦਾਰ ਕੀ ਕਰਦੇ ਨੇ, ਦੁਕਾਨਦਾਰ ਆਪਣਾ ਸਮਾਨ ਪ੍ਰੋਡਕਟ ਵੇਚਣ ਦੇ ਲਈ ਕੀ ਕਹਿੰਦੇ ਵੀ ਲਾਸਟ ਡੇਟ ਜਿਹੜੀ ਸੇਲ ਆ ਸਿਰਫ 2 ਦਿਨ ਦੇ ਲਈ ਹੈ। ਜਦੋਂ ਅਸੀਂ 2 ਦਿਨ ਦੇ ਲਈ ਸੇਲ ਪੜਦੇ ਹਾਂ ਤਾਂ ਅਸੀਂ ਬੜੀ ਜਲਦੀ ਆਪਣਾ ਬਿਹੇਵ ਚੇਂਜ ਕਰਦੇ ਹਾਂ, ਸੋਚਦੇ ਹਾਂ, ਮੈਂਟਲ ਤੌਰ 'ਤੇ ਵੀ ਸੋਚਦੇ ਹਾਂ ਕਿ ਵੀ ਨਹੀਂ ਸਾਨੂੰ ਉਹ ਚੀਜ਼ ਖਰੀਦ ਲੈਣੀ ਚਾਹੀਦੀ ਹੈ, ਨਹੀਂ ਤਾਂ ਉਹ ਚੀਜ਼ ਖਤਮ ਹੋ ਜਾਵੇਗੀ। ਤੋ ਇਸ ਲਈ ਅਸੀਂ ਆਪਣਾ ਬਿਹੇਵ ਚੇਂਜ ਕਰ ਲੈਂਦੇ ਹਾਂ ਅਤੇ ਅਸੀਂ ਰਿਐਕਟ ਕਰਦੇ ਹਾਂ, ਅਸੀਂ ਚੀਜ਼ ਖਰੀਦ ਲਿਆਉਂਦੇ ਹੈਗੇ ਹਾਂ। ਸੋ ਇਹ ਚੀਜ਼ਾਂ ਜਿਹੜੀਆਂ ਨੇ 6 ਸਟ੍ਰੈਟੇਜੀ ਜਿਹੜੀਆਂ ਨੇ ਉਹ ਮਨੁੱਖ ਦੀਆਂ ਜਿਹੜੀਆਂ ਪ੍ਰਿੰਸੀਪਲ ਜਿਹੜੇ ਨੇ ਉਹ ਕੰਪਲਾਈਂਸ ਦੇ ਵਿੱਚ ਕਰਨ ਦੇ ਵਿੱਚ ਬਹੁਤ ਸਹਾਇਕ ਹੁੰਦੇ ਨੇ। ਸੋ ਹੁਣ ਸਟ੍ਰੈਟੇਜੀ ਆਫ ਗੇਨਿੰਗ ਕੰਪਲਾਈਂਸ, ਕਿ ਅਸੀਂ ਜਿਹੜਾ ਹੈਗਾ ਸਿਰਫ ਕੰਪਲਾਈਂਸ ਲਈ ਨਹੀਂ, ਸਗੋਂ ਅਸੀਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਸਟ੍ਰੈਟੇਜੀਸ ਬਣਾਉਂਦੇ ਹਾਂ, ਗੇਨ ਕਰਦੇ ਹਾਂ। ਮਨੋਵਿਗਿਆਨ ਨੇ ਇਹ ਸਿੱਧ ਕਰ ਦਿੱਤਾ ਹੈਗਾ, ਬਹੁਤ ਸਾਰੀਆਂ ਰਿਸਰਚਾਂ ਹੋਈਆਂ ਇਹਨਾਂ ਦੇ ਉੱਤੇ, ਬਹੁਤ ਸਾਰੀ ਸਟੱਡੀ ਕੀਤੀ ਗਈ ਅਤੇ ਸਾਈਕੋਲੋਜਿਸਟ ਨੇ ਜਿਹੜਾ ਇਹ ਪ੍ਰੂਫ ਕਰ ਦਿੱਤਾ ਕਿ ਜਿਹੜੀ ਕੰਪਲਾਈਂਸ ਹੈ ਉਹ ਇਕੱਲੀ ਜਿਹੜੀ ਹੈਗੀ ਹੈ, ਅਸੀਂ ਇੱਕ ਕੰਪਲਾਈਂਸ ਜਿਹੜੀ ਇੱਕ ਜ਼ਿੰਦਗੀ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਬਣਾਉਣ ਲਈ ਨਹੀਂ ਕਰਦੇ, ਸਗੋਂ ਅਸੀਂ ਇੱਕ ਸਟ੍ਰੈਟੇਜੀ ਵੀ ਜਿਹੜੀ ਹੈਗੀ ਹੈ ਬਣਾ ਲੈਂਦੇ ਹੈਗੇ, ਉਸਦੇ ਅੰਤਰਗਤ ਵੀ ਜਿਹੜੀ ਹੈਗੀ ਹੈ ਅਸੀਂ ਕੰਪਲਾਈਂਸ ਦਾ ਅਸਰ ਹੁੰਦਾ। ਹੁਣ ਇਹਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਇਹਦੇ ਟੈਕਨੀਕ ਬੇਸਡ ਔਨ ਫਰੈਂਡਸ਼ਿਪ ਔਰ ਲਾਈਕ, ਜਦੋਂ ਕੋਈ ਚੀਜ਼ ਅਸੀਂ ਆਪਣੀ ਦੋਸਤੀ ਦੇ ਕਰਕੇ ਕਰਦੇ ਹਾਂ ਜਾਂ ਪਸੰਦ ਕਰਕੇ ਕਰਦੇ ਹਾਂ ਤਦ ਵੀ ਕੰਪਲਾਈਂਸ ਹੁੰਦੀ ਹੈ। ਸੋ ਇੱਕ ਇੰਟੀਗ੍ਰੇਸ਼ਨ ਆ ਜਾਂਦਾ ਹੁੰਦਾ, ਇਸ ਵਿੱਚ ਅਸੀਂ ਚਾਹੁੰਦੇ ਹਾਂ ਕਿ ਦੂਜੇ ਸਾਰੇ ਸਾਨੂੰ ਲਾਈਕ ਕਰਨ, ਇਸ ਲਈ ਅਸੀਂ ਕਈ ਤਰੀਕੇ ਅਪਣਾਉਂਦੇ ਹਾਂ ਕਿ ਤਾਂ ਜੋ ਉਹ ਐਗਰੀ ਕਰ ਜਾਣ। ਹੁਣ ਸਮਾਜ ਦੇ ਵਿੱਚ ਕਹਿੰਦੇ ਵੀ ਇੰਟੀਗ੍ਰੇਸ਼ਨ ਜਿਹੜੀ ਹੈਗੀ ਆ ਯੂਨਿਟ ਹੈ, ਜਾਂ ਅਸੀਂ ਇੱਕ ਦੂਜੇ ਦੇ ਨਾਲ ਕੁਛ ਵੀ ਕਰਕੇ ਦਿਖਾਉਣਾ ਚਾਹੁੰਦੇ ਹਾਂ ਵੀ ਹਾਂ ਅਸੀਂ ਵੀ ਆਪਣੀ ਮਨਾ ਸਕੀਏ, ਅਸੀਂ ਬਹੁਤ ਕੁਛ ਕਰਦੇ ਹਾਂ ਤਾਂ ਕਿ ਅਸੀਂ ਆਪਣਾ ਰੁਤਬਾ ਉੱਚਾ ਰੱਖ ਸਕੀਏ। ਕਈ ਵਾਰ ਫਲੱਡਰਿੰਗ ਵੀ ਕਰਦੇ ਹਾਂ, ਇਹ ਵੀ ਇੱਕ ਟੈਕਨੀਕ ਹੈਗੀ ਆ, ਕਿਸ ਤਰ੍ਹਾਂ ਪ੍ਰਾਪਤ ਕਰਦੇ ਹਾਂ ਅਸੀਂ ਕੰਪਲਾਈਂਸ, ਇੱਕ ਸਟ੍ਰੈਟੇਜੀ ਦੱਸ ਰਿਹਾ ਹੁਣ ਆਪਾਂ ਤੁਹਾਨੂੰ ਵੀ ਕੰਪਲਾਈਂਸ ਕਿਸ ਤਰ੍ਹਾਂ ਲਈ ਜਾਂਦੀ ਹੈ। ਹੁਣ ਇਹ ਬੜਾ ਹੀ ਕਾਮਨ ਹੈ ਕਿ ਫਲੱਡਰਿੰਗ ਕਰਨਾ, ਅਸੀਂ ਕਿਸੇ ਨੂੰ ਕਹਿੰਦੇ ਹਾਂ ਮਸਕਾ ਲਗਾਉਣਾ ਜਿਹਨੂੰ ਅਸੀਂ ਕਹਿੰਦੇ ਹੈਗੇ ਹਾਂ, ਕਿ ਜਦੋਂ ਦੂਜੇ ਇਨਸਾਨ ਦੀ ਬਹੁਤ ਜ਼ਿਆਦਾ ਹੱਦ ਤੋਂ ਵੱਧ ਪ੍ਰੇਜ਼ ਕੀਤੀ ਜਾਂਦੀ ਹੈ ਵੀ ਹਾਂ ਤੂੰ ਸਾਨੂੰ ਬਹੁਤ ਵਧੀਆ ਲੱਗਦਾ, ਤੇਰਾ ਡਰੈਸ ਸੈਂਸ ਬਹੁਤ ਅੱਛੀ ਹੈ, ਤੈਨੂੰ ਖਾਣ ਤੂੰ ਤੇਰੇ ਖਾਣ ਦੇ ਹੈਬਿਟਸ ਬੜੀਆਂ ਅੱਛੀਆਂ ਨੇ, ਅਤੇ ਤੇਰਾ ਸਾਰਾ ਹੈਗਾ ਬਹੁਤ ਵਧੀਆ ਰਹਿਣ ਸਹਿਣ ਹੈ, ਤੈਨੂੰ ਬਹੁਤ ਜ਼ਿਆਦਾ ਮੈਨਰਸ ਹੈ, ਟਿਕੇਟਸ ਹੈ, ਤੂੰ ਬਹੁਤ ਬਿਊਟੀਫੁੱਲ ਹੈ। ਮਤਲਬ ਅਸੀਂ ਕਈ ਵਾਰ ਕਿਸੇ ਵਿਅਕਤੀ ਨੂੰ ਬਹੁਤ ਜ਼ਿਆਦਾ ਮਸਕਾ ਲਗਾਉਂਦੇ ਹਾਂ ਜਦੋਂ, ਜਾਂ ਫਿਰ ਅਸੀਂ ਤਾਂ ਅਸੀਂ ਉਹ ਸਾਨੂੰ ਆਪਣੀ ਰਿਕੁਐਸਟ ਸੀ ਉਹਦੀ ਲੈਣਾ ਚਾਹੁੰਦੇ ਹਾਂ ਅਤੇ ਸਾਨੂੰ ਉਹ ਮਿਲ ਜਾਂਦੀ ਹੈ ਅਤੇ ਸਾਨੂੰ ਅਸੈਪਟ ਕਰ ਲੈਂਦਾ ਹੁੰਦਾ। ਤੁਸੀਂ ਦੇਖਿਆ ਹੋਣਾ ਕਿ ਸਕੂਲ ਦੇ ਵਿੱਚ ਜਾਂ ਕਿਤੇ ਹੋਰ ਆਫਿਸ ਦੇ ਵਿੱਚ ਬੌਸ ਦੀ ਬਹੁਤ ਮਸਕਾਗਿਰੀ ਕੀਤੀ ਜਾਂਦੀ ਹੈ, ਚਮਚਾਗਿਰੀ ਕੀਤੀ ਜਾਂਦੀ ਹੈ ਕਿ ਸਾਡੇ ਇੰਕਰੀਮੈਂਟ ਲੱਗ ਜਾਏ। ਸੋ ਇਹ ਚੀਜ਼ਾਂ ਆਮ ਬੜੀਆਂ ਕੋਮਨ ਨੇ ਸਮਾਜ ਦੇ ਵਿੱਚ ਰਹਿੰਦੇ ਹੋਏ, ਚਮਚਾਗਿਰੀ ਜਿਹਨੂੰ ਅਸੀਂ ਕਹਿੰਦੇ ਹੈਗੇ ਹਾਂ, ਬਟ ਇਸ ਚੀਜ਼ ਤੋਂ ਦੂਰ ਰਹਿਣਾ ਚਾਹੀਦਾ ਹੈ ਕਿਉਂਕਿ ਮਨੁੱਖ ਨੂੰ ਚਾਹੀਦਾ ਕਿ ਉਹ ਆਪਣੀ ਨੌਲੇਜ ਅਤੇ ਆਪਣੀ ਜਿਹੜੀ ਉਹਦੀ ਕਾਬਲੀਅਤ ਹੈ ਉਸ ਦੇ ਸਿਰ ਤੇ ਹੀ ਮਨੁੱਖ ਜਿਹੜੀ ਨੂੰ ਅੱਗੇ ਜਾਣਾ ਚਾਹੀਦਾ ਹੈ, ਨਾ ਕਿ ਕਿਸੇ ਦੀ ਫਲੱਡਰਿੰਗ ਕਰਕੇ। ਸੋ ਜੇ ਅਸੀਂ ਦੇਖੀਏ ਕਿ ਓਪੀਨੀਅਨ ਕਨਫਰਮੇਟੀ ਲੈ ਲੈਂਦੇ, ਕਿ ਜਦੋਂ ਅਸੀਂ ਕਿਸੇ ਦੂਜੇ ਵਿਅਕਤੀ ਓਪੀਨੀਅਨ ਨਾਲ ਸਹਿਮਤ ਹੁੰਦੇ ਹਾਂ,
ਜਦੋਂ ਅਸੀਂ ਕਿਸੇ ਹੋਰ ਵਿਅਕਤੀ ਦੀ ਓਪੀਨੀਅਨ ਨਾਲ ਸਹਿਮਤ ਹੋ ਜਾਂਦੇ ਹੈਗੇ ਆ ਵੀ ਹਾਂ ਇਹ ਠੀਕ ਹੈ ਤਾਂ ਉਹਦੀ ਹਾਂ ਚ ਹਾਂ ਵੀ ਮਿਲਾਉਂਦੇ ਹਾਂ ਕਿ ਜਿਵੇਂ ਅਸੀਂ ਅੱਜ ਕਹਿ ਦਿੰਦੇ ਵੀ ਅੱਜ ਮੌਸਮ ਬੜਾ ਖਰਾਬ ਹੈ ਤਾਂ ਤੁਹਾਡਾ ਦੂਜਾ ਵਿਅਕਤੀ ਵੀ ਕਹੇਗਾ ਵੀ ਹਾਂ ਵੀ ਸੱਚੀ ਅੱਜ ਤਾਂ ਮੌਸਮ ਬਹੁਤ ਖਰਾਬ ਹੈ। ਅਸੀਂ ਦੂਜੇ ਦੀ ਓਪੀਨੀਅਨ ਨੂੰ ਆਪਣੀ ਓਪੀਨੀਅਨ ਬਣਾ ਲੈਂਦੇ ਹਾਂ ਤਾਂ ਅਸੀਂ ਸੁਭਾਅ 'ਚ ਵੀ ਲੈ ਆਉਂਦੇ ਹਾਂ ਵੀ ਹਾਂ ਸਹੀ ਗੱਲ ਹੈ ਵੀ ਮੌਸਮ ਕਾਫੀ ਜ਼ਿਆਦਾ ਖਰਾਬ ਹੈਗਾ। ਇੰਪਰੂਵਿੰਗ ਇਹਨੂੰ ਸੈਲਫ ਇਮੇਜ ਵੀ ਕਹਿ ਜਾਂਦੇ ਹੈਗੇ ਆ ਵੀ ਜਦੋਂ ਅਸੀਂ ਸਾਨੂੰ ਕਿਸੇ ਦਾ ਡਰੈਸ ਬਹੁਤ ਅੱਛਾ ਲੱਗਦਾ ਹੈਗਾ ਤਾਂ ਅਸੀਂ ਉਸਦੇ ਡਰੈਸ ਦੇ ਅਕੋਰਡਿੰਗ ਵੀ ਹਾਂ ਵੀ ਤੇਰਾ ਡਰੈਸ ਸੈਂਸ ਬਹੁਤ ਵਧੀਆ ਹੈਗੀ ਹੈ ਤੇ ਜਿਹੜਾ ਹੈਗਾ ਅਸੀਂ ਉਸ ਤਰ੍ਹਾਂ ਦਾ ਜਿਹੜਾ ਹੈਗਾ ਆਪਣਾ ਬਦਲ ਕੇ ਵੀ ਹਾਂ ਵੀ ਤੇਰੇ 'ਚ ਕੁਛ ਹੈ, ਮਤਲਬ ਅਸੀਂ ਆਪਣਾ ਬਿਹੇਵੀਅਰ ਜਿਹੜਾ ਹੈਗਾ ਦੂਜੇ ਦੀ ਤਰ੍ਹਾਂ ਨਾਲ ਬਦਲ ਲੈਂਦੇ ਹੈਗੇ ਆ। ਸੋ ਇਹ ਜਿਹੜੀ ਹੈਗੀ ਆ ਆਮ ਗੱਲ ਹੈ ਓਪੀਨੀਅਨ ਜਿਹੜੀ ਹੈਗੀ ਹੈ ਬਦਲ ਲੈਣਾ ਆਪਣਾ ਓਪੀਨੀਅਨ ਕਿਸੇ ਦੇ ਹੋਰ ਦੇ ਅਕੋਰਡਿੰਗ ਓਪੀਨੀਅਨ ਅਸੀਂ ਆਪਣੀ ਦੇ ਲੈਣਾ ਇਹ ਆਮ ਕਾਮਨ ਗੱਲਾਂ। ਸੋ ਇੱਕ ਇੰਸੀਡੈਂਟ ਸਿਮਿਲੈਰਿਟੀ ਆ ਜਾਂਦੀ ਹੈ ਜਦੋਂ ਤੁਹਾਨੂੰ ਮੂਵੀ ਜਦੋਂ ਸਪੋਜ਼ ਐਗਜ਼ਾਮਪਲ ਹੈ ਜਦੋਂ ਤੁਹਾਨੂੰ ਕੋਈ ਮੂਵੀ ਪਸੰਦ ਆਉਂਦੀ ਹੈ ਇੰਸੀਡੈਂਟਲੀ ਅਸੀਂ ਕਹਿੰਦੇ ਹਾਂ ਤੁਸੀਂ ਕਹਿੰਦੇ ਹੋ ਜੇ ਤੁਸੀਂ ਗਰੁੱਪ 'ਚ ਬੈਠੇ ਹੋ ਮੈਨੂੰ ਉਹ ਮੂਵੀ ਪਸੰਦ ਆਈ, ਦੂਜੇ ਕਹਿੰਦੇ ਹਾਂ ਮੈਨੂੰ ਵੀ ਬੜੀ ਪਸੰਦ ਸੀ ਤਾਂ ਤੁਸੀਂ ਕਹਿੰਦੇ ਮੈਨੂੰ ਅਮਿਤਾਭ ਬੱਚਨ ਅੱਛਾ ਲੱਗਦਾ, ਹਾਂ ਮੈਂ ਦੂਸਰੇ ਦੀ ਵੀ ਕਈ ਵਾਰ ਕਹਿ ਦਿੰਦੇ ਗਰੁੱਪ ਦੇ ਵਿੱਚ ਜੇ ਮੈਨੂੰ ਵੀ ਅਮਿਤਾਭ ਬੱਚਨ ਅੱਛਾ ਲੱਗਦਾ ਹੈਗਾ ਕਿਉਂਕਿ ਜਦੋਂ ਤੁਸੀਂ ਕਹਿੰਦੇ ਹੋ ਵੀ ਮੈਜੋਰਿਟੀ ਕਹਿੰਦੀ ਹੈ ਵੀ ਹਾਂ ਉਹ ਸਾਨੂੰ ਮੂਵੀ ਪਸੰਦ ਸੀਗੀ ਉਹ ਸਾਨੂੰ ਪਹਾੜ ਪਸੰਦ ਸੀ ਜਾਂ ਸਾਨੂੰ ਕੋਈ ਵੀ ਇੰਸੀਡੈਂਟ ਕੁਝ ਹੋ ਜਾਏ ਸੀ ਉੱਥੇ ਗਏ ਸੀ ਘੁੰਮਣ ਸਾਡਾ ਬੜਾ ਵਧੀਆ ਰਿਹਾ, ਮੀਨਸ ਜਦੋਂ ਇੰਸੀਡੈਂਟ ਦੀ ਸਿਮਿਲੈਰਿਟੀ ਜਦੋਂ ਸ਼ੋਅ ਹੁੰਦੀ ਹੈਗੀ ਹੈ ਸਾਰਿਆਂ ਦੇ ਵਿੱਚ ਉਦੋਂ ਵੀ ਅਸੀਂ ਕੰਪਲਾਈਂਸ ਕਰਨਾ ਸਿੱਖਦੇ ਹੈਗੇ ਹਾਂ। ਸੈਲਫ ਪ੍ਰਮੋਸ਼ਨ ਆ ਜਾਂਦਾ ਇਸ ਦੇ ਵਿੱਚ ਕੀ ਹੁੰਦਾ ਜਦੋਂ ਅਸੀਂ ਆਪਣੇ ਆਪ ਨੂੰ ਵਧੀਆ ਦਿਖਾਉਂਦੇ ਹਾਂ, ਜਦੋਂ ਅਸੀਂ ਆਪਣੇ ਆਪ ਦੀ ਸੈਲਫ ਸਟੀਮ ਹਾਈ ਕਰਕੇ ਅਸੀਂ ਆਪਣੇ ਆਪ ਨੂੰ ਵਧੀਆ ਦਿਖਾਉਂਦੇ ਹੈਗੇ ਹਾਂ ਤੇ ਵਧੀਆ ਬਣ ਕੇ ਜਾਂਦੇ ਹੈਗੇ ਹਾਂ ਤੇ ਕੰਮ ਆਪਣਾ ਕਢਾਉਂਦੇ ਹਾਂ ਦੂਜਿਆਂ ਤੋਂ, ਇਸ ਨੂੰ ਅਸੀਂ ਸੈਲਫ ਜਿਹੜਾ ਹੈਗਾ ਪ੍ਰਮੋਸ਼ਨ ਦਾ ਨਾਮ ਦੇ ਦਿੰਦੇ ਹੈਗੇ ਵੀ ਜਦੋਂ ਅਸੀਂ ਸਮਾਜ ਦੇ ਵਿੱਚ ਰਹਿ ਕੇ ਕੁਛ ਐਸਾ ਅੱਛਾ ਕਰਦੇ ਹੈਗੇ ਹਾਂ ਵੀ ਹਾਂ ਸਾਨੂੰ ਜਿਹੜਾ ਹੈਗਾ ਸਮਾਜ ਆਪਣੇ ਰੁਤਬੇ ਦੇ ਉੱਪਰ ਉੱਪਰ ਬਿਠਾ ਦੇ ਤਾਂ ਕਿ ਅਸੀਂ ਇੱਕ ਸਮਾਜ ਦੇ ਵਿੱਚ ਆਪਣੀ ਇੱਕ ਹੈਸੀਅਤ ਇੱਕ ਜਗ੍ਹਾ ਬਣਾ ਲਈਏ, ਸੈਲਫ ਜਿਹੜਾ ਹੈਗਾ ਸਾਡਾ ਉੱਚਾ ਹੋ ਜਾਵੇ, ਅਸੀਂ ਉਹ ਵੀ ਕੰਪਲਾਈਂਸ ਲੈਂਦੇ ਹਾਂ। ਹੁਣ ਦੂਸਰੀ ਤੌਰ 'ਤੇ ਜਿਹੜੀ ਆਉਂਦੀ ਹੈ ਟੈਕਨੀਕਸ ਬੇਸਡ ਔਨ ਕਮਿਟਮੈਂਟ ਐਂਡ ਕੰਸਿਸਟੈਂਟ, ਇਹ ਤੁਹਾਨੂੰ ਮੈਂ ਪਹਿਲਾਂ ਵੀ ਸ਼ੋਰਟ 'ਚ ਦੱਸਿਆ ਸੀਗਾ ਕੰਫਰਮੇਟੀ 'ਚ ਵੀ ਆਇਆ ਸੀਗਾ ਵੀ ਜਦੋਂ ਅਸੀਂ ਕਿਸੇ ਨਾਲ ਕਮਿਟਮੈਂਟ ਕਰ ਲੈਂਦੇ ਹਾਂ ਵੀ ਹਾਂ ਅਸੀਂ ਇਹ ਚੀਜ਼ ਕਰਾਂਗੇ ਤੇਰੇ ਨਾਲ, ਸਾਨੂੰ ਫਿਰ ਉਹਦੇ ਉੱਤੇ ਪੱਕਾ ਹੋਣਾ ਪੈਂਦਾ ਅਤੇ ਉਹ ਸਾਨੂੰ ਕਰਨਾ ਪੈਂਦਾ ਹੈਗਾ ਵੀ ਜਦੋਂ ਅਸੀਂ ਪਹਿਲਾਂ ਕਿਸੇ ਨਾਲ ਕਮਿਟਮੈਂਟ ਕਰ ਲੈਂਦੇ ਹਾਂ ਤਾਂ ਅਸੀਂ ਆਪਣੀ ਕੀਤੀ ਹੋਈ ਕਮਿਟਮੈਂਟ ਕਰਕੇ ਹੀ ਉਸਨੂੰ ਪੂਰਾ ਕਰਨਾ ਚਾਹੁੰਦੇ ਹਾਂ। ਸਾਡਾ ਵਿਵਹਾਰ ਉਹ ਕਰਦਾ ਹੈ ਜੋ ਅਸੀਂ ਪਹਿਲਾਂ ਪੱਕੀ ਹੋਈ ਗੱਲ ਕਿਸੇ ਨਾਲ ਕੀਤੀ ਹੁੰਦੀ ਹੈਗੀ ਆ। ਹੁਣ ਜੇ ਅਸੀਂ ਫੁੱਟ ਇਨ ਦਾ ਡੋਰ ਕਹਿ ਲਈਏ, ਹੁਣ ਜੇ ਅਸੀਂ ਦੇਖੀਏ ਫੁੱਟ ਦਾ ਮਤਲਬ ਕੀ ਹੋਇਆ, ਛੋਟਾ ਜਿਹਾ ਕਦਮ, ਛੋਟੀ ਜਿਹੀ ਕਦਮ ਇੱਕ ਸਟੈਪ, ਔਰ ਡੋਰ ਇੱਕ ਪੂਰਾ ਡੋਰ ਵੱਡੀ ਚੀਜ਼। ਜਦੋਂ ਅਸੀਂ ਕੋਈ ਰਿਕੁਐਸਟ ਛੋਟੀ ਛੋਟੀ ਕਰਦੇ ਹਾਂ ਪਹਿਲਾਂ, ਉਸ ਤੋਂ ਬਾਅਦ ਫਿਰ ਕੋਈ ਅਸੀਂ ਆਪਣੀ ਵੱਡੀ ਰਿਕੁਐਸਟ ਮਨਵਾ ਲੈਂਦੇ ਹੈਗੇ ਹਾਂ, ਉਹ ਆ ਜਾਂਦਾ ਹੁੰਦਾ ਵੀ ਲਾਰਜ ਸਮਾਲ ਲੈਵਲ ਤੋਂ ਇੱਕ ਲਾਰਜ ਲੈਵਲ ਵੱਲ ਜਾਣਾ। ਮੀਨ ਸਪੋਜ਼ ਕਰੋ, ਇੱਥੇ ਮੈਂ ਤੁਹਾਨੂੰ ਇਗਜ਼ਾਮਪਲ ਦਿਆਂਗੀ, ਜੇ ਤੁਸੀਂ ਆਪਣੇ ਦੋਸਤਾਂ ਨਾਲ ਸਕੂਲ ਦੇ ਟ੍ਰਿਪ 'ਤੇ ਜਾਣਾ ਗੋਆ ਦੇ, ਤੁਸੀਂ ਆਪਣੇ ਫਾਦਰ ਨੂੰ ਮਨਾਉਣਾ ਚਾਹੁੰਦੇ ਹੋ, ਤੁਸੀਂ ਫਾਦਰ ਕੋਲ ਜਾਓਗੇ ਪਹਿਲਾਂ ਤੁਸੀਂ ਮਸਕਾ ਲਗਾਓਗੇ, ਪਹਿਲਾਂ ਤੁਸੀਂ ਕਹੋਗੇ ਫਾਦਰ ਆਪਣੇ ਪਾਪਾ ਨਾਲ ਗੱਲਬਾਤ ਕਰੋਗੇ, ਸਕੂਲ ਦੀ ਬਾਤ ਗੱਲਬਾਤ ਕਰੋਗੇ, ਆਪਣੇ ਨੰਬਰਾਂ ਬਾਰੇ ਦੱਸੋਗੇ, ਆਪਣੀ ਸਟੱਡੀ ਬਾਰੇ ਦੱਸੋਗੇ, ਫਿਰ ਤੁਸੀਂ ਪਰਮਿਸ਼ਨ ਲਓਗੇ ਭੂਮਿਕਾ ਬਣਾਉਣ ਤੋਂ ਬਾਅਦ ਕਿ ਮੈਂ ਪਾਪਾ ਗੋਆ ਚਲਾ ਜਾਵਾਂ। ਇਹਦੇ ਨਾਲ ਕੀ ਹੈ, ਤੁਹਾਨੂੰ ਪਰਮਿਸ਼ਨ ਵੀ ਮਿਲ ਜਾਂਦੀ ਹੈਗੀ ਹੈ। ਇਸ ਦੇ ਨਾਲ ਹੀ ਡੋਰ ਇਨ ਦਾ ਫੇਸ ਟੈਕਨੀਕਸ ਦੇ ਵਿੱਚ ਡੋਰ ਬੜਾ ਸਟੈਪ ਹੈ, ਠੀਕ ਹੈ, ਉਸ ਤੋਂ ਬਾਅਦ ਛੋਟਾ ਸਟੈਪ ਹੈ। ਮੀਨਸ ਇਸ ਵਿੱਚ ਤੁਸੀਂ ਪਹਿਲਾਂ ਲਾਰਜ ਵਾਲੀ ਰਿਕੁਐਸਟ ਰੱਖੋਗੇ, ਉਸ ਤੋਂ ਬਾਅਦ ਹੁੰਦੇ ਹੁੰਦੇ ਛੋਟੀ ਰਿਕੁਐਸਟ ਨੂੰ ਮਨਾ ਲਓਗੇ।
ਜਿਸ ਤਰ੍ਹਾਂ ਹੁਣ ਸਪੋਜ਼ ਕਰੋ ਤੁਸੀਂ ਨੇ ਜਾਣਾ ਤਾਂ ਵਨ ਡੇ ਪਾਰਟੀ ਹੈਗੀ ਹੈ, ਕਿਤੇ ਆਊਟਿੰਗ ਤੇ ਜਾਣਾ, ਪਰ ਤੁਸੀਂ ਕਹਿੰਦੇ ਹੋ ਵੀ ਪਾਪਾ ਮੈਨੇ ਗੋਆ ਜਾਣਾ, ਸਕੂਲ ਦਾ ਹੈਗਾ ਮੇਰਾ, ਇੱਦਾਂ ਹੈਗਾ, ਤੁਹਾਨੂੰ ਪਤਾ ਕਿ ਤੁਹਾਡੇ ਫਾਦਰ ਸਾਹਿਬ ਨੇ ਮੰਨਣਾ ਨਹੀਂ ਹੈਗਾ ਗੋਆ ਦੇ ਲਈ, ਫਿਰ ਤੁਸੀਂ ਉਹਨਾਂ ਨੂੰ ਇਹ ਕਹੋਗੇ ਵੀ ਚਲੋ ਠੀਕ ਹੈ ਜੇ ਤੁਸੀਂ ਮੈਨੂੰ ਗੋਆ ਨਹੀਂ ਭੇਜਦੇ ਤਾਂ ਤੁਸੀਂ ਮੈਨੂੰ ਆਹ ਚੀਜ਼ ਲੈ ਕੇ ਦਿਓ ਜਾਂ ਮੈਨੂੰ ਵਨ ਡੇ ਆਊਟਿੰਗ ਲਈ ਭੇਜ ਦਿਓ। ਇਸ ਤਰ੍ਹਾਂ ਕੀ ਹੁੰਦਾ ਕਿ ਵੀ ਤੁਸੀਂ ਵੱਡੇ ਸਟੈਪ ਤੋਂ ਛੋਟੇ ਸਟੈਪ ਵੱਲ ਜਾਂਦੇ ਹੋ। ਮੀਨਸ ਜਦੋਂ ਤੁਸੀਂ ਇੱਕ ਵੱਡੀ ਚੀਜ਼ ਤੋਂ ਡੋਰ ਇਨ ਦਾ ਫੇਸ ਟੈਕਨੀਕ ਦੇ ਵਿੱਚ ਜਦੋਂ ਇੱਕ ਵੱਡੀ ਚੀਜ਼ ਤੋਂ ਛੋਟੀ ਚੀਜ਼ ਵੱਲ ਤੁਸੀਂ ਕਿਸੇ ਨਾਲ ਕੰਪਲਾਈਂਸ ਹੁੰਦੀ ਹੈ, ਤੁਹਾਨੂੰ ਤੁਸੀਂ ਚੇਂਜ ਕਰ ਦਿੰਦੇ ਹੋ, ਉਸਨੂੰ ਆਪਣੇ ਅਕੋਰਡਿੰਗ ਚਲਾ ਦਿੰਦੇ ਹੋ, ਤਾਂ ਉਸ ਟਾਈਮ ਇਹ ਟੈਕਨੀਕ ਆਉਂਦੀ ਹੈ। ਹੁਣ ਲੋ ਬਾਲ ਟੈਕਨੀਕ ਹੈਗੀ ਹੈ, ਜਦੋਂ ਪਰਸਨ ਨੂੰ ਕੋਈ ਚੀਜ਼ ਬਹੁਤ ਵਧੀਆ ਤਰੀਕੇ ਦੇ ਨਾਲ ਪ੍ਰੈਜੈਂਟ ਕਰਦਾ ਹੈ, ਫਿਰ ਉਸ ਵਿਅਕਤੀ ਨੂੰ ਟਰਮਸ ਤੇ ਕੰਡੀਸ਼ਨਸ ਦਿਖਾਉਂਦੇ ਹੈਗਾ ਦਿਖਦੀਆਂ ਨੇ, ਫਿਰ ਰਿਲਾਇਸ ਹੁੰਦਾ ਕਿ ਵੀ ਇਨਸ਼ੀਅਲੀ ਜੋ ਪ੍ਰਪੋਜ਼ਲ ਸੀ ਉਸ 'ਤੇ ਤਾਂ ਹੈ ਹੀ ਨਹੀਂ ਸੀ। ਮੀਨਸ ਵੀ ਜੋ ਅਸੀਂ ਪ੍ਰੈਜੈਂਟ ਕਰਿਆ ਸੀ ਉਸ ਚੀਜ਼ 'ਤੇ ਤਾਂ ਅਸੀਂ ਉਹ ਚੀਜ਼ ਤਾਂ ਰਹੀ ਹੋ ਨਹੀਂ ਹੈ, ਕੁਛ ਹੋਰ ਹੀ ਚੀਜ਼ ਅਸੀਂ ਬਿਹੇਵੀਅਰ ਜਿਹੜੀਆਂ ਨੇ ਬਣ ਗਿਆ ਹੈਗਾ। ਵੀ ਜਿਵੇਂ ਅਸੀਂ ਕਾਰ ਲੈਣੀ ਸੀ, ਸਪੋਜ਼ ਕਰੋ ਹੁਣ ਤੇ ਵੀ ਜੀ ਇੱਕ ਕਾਰ ਲੈਣੀ ਹੈ, ਕਾਰ ਲੈਣ ਵੇਲੇ ਤੁਹਾਨੂੰ ਕੀ ਕਰਦਾ ਸ਼ੋਪਕੀਪਰ ਦੱਸਦਾ ਤੁਹਾਨੂੰ ਇਹ ਕੁਛ ਮਿਲੇਗਾ ਇਹ ਕੁਛ ਮਿਲੇਗਾ, ਤੁਹਾਨੂੰ ਉਹ ਆਪਣੇ ਵੱਲ ਖਿੱਚਦਾ। ਪਰ ਜੇ ਤੁਸੀਂ ਕਾਰ ਖਰੀਦਣ ਜਾਂਦੇ ਹੋ ਤਾਂ ਤੁਹਾਨੂੰ ਪਤਾ ਚੱਲਦਾ ਕਿ ਇਹਦੇ ਵਿੱਚ ਤਾਂ ਟੈਕਸ ਨਹੀਂ ਪਾਇਆ ਉਸਨੇ, ਇਸਨੇ ਉਸਦੇ ਔਫਰ ਜਦੋਂ ਮੈਨੂੰ ਕੀਤੀ ਸੀਗੀ ਇਹਨੇ ਮੈਨੂੰ ਇਹਦੀ ਐਕਸਟਰਾ ਨਸੈਸਰੀਜ਼ ਜੋ ਲੋੜ ਸੀਗੀਆਂ ਉਹ ਇਹਨੇ ਮੈਨੂੰ ਇਹਦੇ ਵਿੱਚ ਨਹੀਂ ਦਿੱਤੀਆਂ। ਮਤਲਬ ਤੁਹਾਨੂੰ ਪਤਾ ਚੱਲਦਾ ਕਿ ਪਹਿਲਾਂ ਲੋ ਬਾਲ ਟੈਕਨੀਕ ਦੇ ਵਿੱਚ ਪਹਿਲਾਂ ਜੋ ਪ੍ਰੈਜੈਂਟ ਕੀਤਾ ਜਾਂਦਾ ਸੀਗਾ ਉਸ ਟਾਈਮ ਟਰਮਸ ਅਤੇ ਕੰਡੀਸ਼ਨ ਕੁਛ ਹੋਰ ਸੀ, ਬਟ ਬਾਅਦ ਵਿੱਚੋਂ ਫਿਰ ਉਹ ਟਰਮਸ ਅਤੇ ਕੰਡੀਸ਼ਨ ਜਿਹੜੀਆਂ ਨੇ ਬਦਲ ਜਾਂਦੀਆਂ ਨੇ, ਫਿਰ ਤੁਸੀਂ ਜਿਹੜਾ ਹੈਗਾ ਆਪਣਾ ਬਿਹੇਵੀਅਰ ਉਸਦੇ ਅਕੋਰਡਿੰਗ ਕਰਦੇ ਹੋ। ਤੁਸੀਂ ਕਹਿੰਦੇ ਹੋ ਵੀ ਇਹ ਚੀਜ਼ ਤਾਂ ਸਾਡੇ ਨਾਲ ਧੋਖਾ ਹੋ ਗਿਆ, ਸਾਨੂੰ ਤਾਂ ਪਤਾ ਹੀ ਨਹੀਂ ਸੀ, ਸਾਨੂੰ ਪਹਿਲਾਂ ਕੁਛ ਹੋਰ ਦੱਸਿਆ ਗਿਆ ਸੀਗਾ, ਪਰ ਬਾਅਦ ਵਿੱਚੋਂ ਜਿਹੜੀ ਹੈ ਸਟ੍ਰੈਟੇਜੀ ਬਦਲ ਲਈ ਗਈ ਹੈ, ਅਤੇ ਇਹ ਵੀ ਕੰਪਲਾਈਂਸ ਜਿਹੜੀ ਹੈਗੀ ਹੈ ਇਸ ਤਰ੍ਹਾਂ ਦੀ ਕੰਪਲਾਈਂਸ ਦੇਖਣ ਨੂੰ ਆਮ ਮਿਲਦੀ ਹੈਗੀ ਹੈ। ਕਿਉਂਕਿ ਜਦੋਂ ਅਸੀਂ ਸੁਸਾਇਟੀ ਵਿੱਚ ਰਹਿੰਦੇ ਹਾਂ ਅਸੀਂ ਖਰੀਦੋ ਫਰੋਖਤ ਕਰਦੇ ਰਹਿੰਦੇ ਹਾਂ, ਅਤੇ ਅਸੀਂ ਜਿਹੜਾ ਹੈਗਾ ਦੂਜੇ ਲੋਕਾਂ ਨਾਲ ਸਾਡਾ ਆਦਾਨ ਪ੍ਰਦਾਨ ਹੁੰਦਾ ਹੀ ਰਹਿੰਦਾ ਹੈਗਾ, ਕਿਉਂਕਿ ਸਮਾਜ ਦੇ ਵਿੱਚ ਅਸੀਂ ਇਕੱਲੇ ਨਹੀਂ ਰਹਿ ਸਕਦੇ, ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਪੈਂਦੀ ਹੈ, ਸਾਨੂੰ ਚੀਜ਼ਾਂ ਲੈਣੀਆਂ ਦੇਣੀਆਂ ਪੈਂਦੀਆਂ ਨੇ ਬਾਹਰੋਂ। ਸੋ ਇਸ ਤਰ੍ਹਾਂ ਕੀ ਹੈ ਵੀ ਇਹ ਜਿਹੜੀ ਦੋ ਲੋ ਬਾਲ ਟੈਕਨੀਕ ਦੇ ਵਿੱਚ ਜਿਹੜਾ ਪਹਿਲਾਂ ਪ੍ਰੈਜੈਂਟੇਸ਼ਨ ਕੀਤੀ ਜਾਂਦੀ ਉਸ ਤੋਂ ਬਾਅਦ ਸਾਨੂੰ ਐਕਸਟਰਾ ਚਾਰਜਸ ਜਿਹੜੇ ਕਾਰ ਦੇ ਲਾਏ ਜਾਂਦੇ ਨੇ ਇਹ ਸਾਨੂੰ ਜਿਹੜਾ ਹੈਗਾ ਫਿਰ ਸਾਡਾ ਕੰਪਲਾਈਂਸ ਹੀ ਇੱਕ ਤਰ੍ਹਾਂ ਹੁੰਦੀ ਹੈ। ਇਸ ਤੋਂ ਬਾਅਦ ਪ੍ਰਿੰਸੀਪਲ ਆਫ ਜਿਹੜਾ ਹੈਗਾ ਕਮਿਟਮੈਂਟ ਐਂਡ ਜਿਹੜਾ ਹੈਗਾ ਕੰਸਿਸਟੈਂਸ ਜਿਹੜਾ ਤੁਹਾਨੂੰ ਬਰਗਰ ਨੇ ਔਰ ਕੋਲਿਨਸ ਨੇ ਮੈਂ 2003 ਵਿੱਚ ਦੱਸਿਆ ਸੀਗਾ, ਜਿਹੜਾ ਇਹ ਟੈਕਨੀਕ ਬਾਰੇ ਤੁਹਾਨੂੰ ਮੈਂ ਪਹਿਲਾਂ ਸਾਰਾ ਪੂਰੀ ਤਰ੍ਹਾਂ ਜਾਣਕਾਰੀ ਦੇ ਚੁੱਕੀ ਹਾਂ ਕਿ ਜਿਹੜਾ ਕਮਿਟਮੈਂਟ ਜਿਹੜੀ ਚੀਜ਼ ਪ੍ਰਾਇਰ ਤੌਰ 'ਤੇ ਅਸੀਂ ਕਮਿਟਮੈਂਟ ਕਰ ਲੈਂਦੇ ਹੈਗੇ ਹਾਂ ਤਾਂ ਉਸ ਨੂੰ ਸਾਨੂੰ ਜਿਹੜੀ ਹੈਗੀ ਹੈ ਕੰਸਿਸਟੈਂਸ ਅਸੀਂ ਸਾਨੂੰ ਪੱਕਾ ਰਹਿਣਾ ਪੈਂਦਾ ਹੈਗਾ। ਸੋ ਜਿਸ ਤਰ੍ਹਾਂ ਹੁਣ ਲੋ ਬਾਲ ਟੈਕਨੀਕ ਦੇ ਵਿੱਚ ਸਾਨੂੰ ਪਹਿਲਾਂ ਜੋ ਪ੍ਰੈਜੈਂਟ ਕਰਤਾ ਸੀਗਾ ਬਟ ਫਿਰ ਵੀ ਅਸੀਂ ਉਹਨਾਂ ਔਫਰ ਅਸੀਂ ਜਦੋਂ ਪੱਕਾ ਕੀਤਾ ਸੀ ਅਸੀਂ ਖਰੀਦਾਂਗੇ ਤਾਂ ਸਾਨੂੰ ਖਰੀਦਣੀ ਹੀ ਪੈਂਦੀ ਹੈ, ਅਸੀਂ ਚਾਹੇ ਐਕਸਟਰਾ ਦੇ ਕੇ ਕਰੀਏ ਜਾਂ ਅਸੀਂ ਕੁਛ ਵੀ ਕਰੀਏ, ਅਸੀਂ ਲੋਨ ਲਈਏ ਕੁਛ ਵੀ ਕਰੀਏ, ਪਰ ਸਾਨੂੰ ਉਹ ਚੀਜ਼ ਲੈਣੀ ਪੈਂਦੀ ਹੈਗੀ, ਅਸੀਂ ਫਸ ਜਾਂਦੇ ਹੈਗੇ ਉਸ ਕੰਡੀਸ਼ਨ ਦੇ ਵਿੱਚ, ਸਾਨੂੰ ਆਪਣਾ ਬਿਹੇਵੀਅਰ ਉਸ ਦੇ ਅਕੋਰਡਿੰਗ ਸਾਨੂੰ ਚੇਂਜ ਕਰਨਾ ਪੈਂਦਾ ਹੀ ਪੈਂਦਾ ਹੈਗਾ। ਸੋ ਫੁੱਟ ਇਨ ਦਾ ਡੋਰ ਸਟੈਪ ਦੇ ਵਿੱਚ ਅਸੀਂ ਛੋਟੀ ਰਿਕੁਐਸਟ ਤੋਂ ਬੜੀ ਰਿਕੁਐਸਟ ਮਨਾ ਲੈਂਦੇ ਹਾਂ, ਅਤੇ ਡੋਰ ਇਨ ਦਾ ਫੇਸ ਸਟੈਪ ਦੇ ਵਿੱਚ ਟੈਕਨੀਕਸ ਦੇ ਵਿੱਚ ਅਸੀਂ ਬੜੀ ਸਟੈਪ ਤੋਂ ਜਿਹੜਾ ਹੈਗਾ ਛੋਟਾ ਸਟੈਪ ਜਿਹੜਾ ਹੈਗਾ ਰਿਕੁਐਸਟ ਅਸੀਂ ਮਨਾ ਲੈਂਦੇ ਹੈਗੇ ਹਾਂ। ਇਸ ਤੋਂ ਬਿਨਾਂ ਟੈਕਨੀਕ ਬੇਸਡ ਔਨ ਰੈਸੀਪ੍ਰੋਸਿਟੀ ਆ ਜਾਂਦਾ ਹੁੰਦਾ, ਵੀ ਰੈਸੀਪ੍ਰੋਸਿਟੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਵੀ ਜਿਹਦੇ ਵਿੱਚ ਹੈਗਾ ਰਿਟਰਨਿੰਗ ਗਿਫਟ ਦਿੱਤਾ ਜਾਂਦਾ ਹੈਗਾ, ਵੀ ਜਿਹੜਾ ਕੋਈ ਬੰਦਾ ਵਿਅਕਤੀ ਤੁਹਾਡੇ ਲਈ ਕੁਛ ਕਰਦਾ ਤਾਂ ਤੁਸੀਂ ਬਦਲੇ ਵਿੱਚ ਤੁਸੀਂ ਉਸ ਲਈ ਕੁਛ ਕਰਨਾ ਚਾਹੁੰਦੇ ਹੈਗੇ ਹੋ। ਸੋ ਦਿਸ ਇਜ਼ ਨੋਟ ਆਲ ਟੈਕਨੀਕ, ਇਹਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਆਏਗੀ ਵੀ ਦਿਸ ਇਜ਼ ਨੋਟ ਆਲ ਟੈਕਨੀਕ। ਜਦੋਂ ਇਨਸਾਨ ਸਾਡਾ ਐਟੀਟਿਊਡ ਚੇਂਜ ਕਰਨ ਲੱਗਦਾ ਤਾਂ ਵਿਅਕਤੀ ਕਿਸੇ ਚੀਜ਼ ਬਾਰੇ ਵਧਾ ਚੜ੍ਹਾ ਕੇ ਦੱਸਦਾ,
ਠੀਕ ਹੈ, ਵੀ ਉਹ ਕੋਈ ਉਹ ਚੀਜ਼ ਕਿਸ ਤਰ੍ਹਾਂ ਮਿਲਦੀ ਹੈ, ਲੋ ਬੋਲ ਦੀ ਤਰ੍ਹਾਂ ਚੀਜ਼ ਛੁਪਾਉਂਦੇ, ਮਤਲਬ ਲੋ ਬੋਲ ਦੀ ਤਰ੍ਹਾਂ ਚੀਜ਼ ਛੁਪਾਈ ਨਹੀਂ ਜਾਂਦੀ। ਜਿੱਦਾਂ ਲੋ ਬੋਲ ਦੇ ਵਿੱਚ ਤਾਂ ਉਹਨਾਂ ਨੇ ਕੁਛ ਆਫਰ ਛੁਪਾ ਲਈਆਂ ਸੀਗੀਆਂ, ਬਟ ਇਸ ਦੇ ਵਿੱਚ ਕੀ ਹੈ ਵੀ ਇਸ ਦੇ ਵਿੱਚ ਤੁਸੀਂ ਕੀ ਕਰੋਗੇ, ਜਿਸ ਤਰ੍ਹਾਂ ਤੁਹਾਨੂੰ ਤੁਹਾਡੇ ਮਾਇੰਡ ਨੂੰ ਕਿਵੇਂ ਬਣਾਇਆ ਜਾਂਦਾ, ਤੁਹਾਨੂੰ ਕਿਸ ਤਰ੍ਹਾਂ ਚੇਂਜ ਕੀਤਾ ਜਾਂਦਾ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦੀ ਹਾਂ, ਜਦੋਂ ਤੁਸੀਂ ਕੋਈ ਟੋਪ ਖਰੀਦਣ ਜਾਂਦੇ ਹੋ ਦੁਕਾਨ 'ਤੇ, ਤੁਸੀਂ ਉਹਦਾ ਟੋਪ ਖਰੀਦ ਕੇ ਦੱਸਦੇ ਹੋ, ਦੇਖਦੇ ਹੋ ਵੀ ਤੁਹਾਨੂੰ ਮਨ ਤਾਂ ਤੁਹਾਡਾ ਬਣ ਰਿਹਾ ਹੁੰਦਾ, ਬਟ ਫਿਰ ਤੁਹਾਡੇ ਮਨ ਡਬਲ ਮਾਇੰਡ ਹੁੰਦਾ ਵੀ ਮੈਂ ਖਰੀਦਾਂ ਜਾਂ ਨਾ ਖਰੀਦਾਂ। ਉਸ ਮੇਨ ਟਾਈਮ ਦੇ ਵਿੱਚ ਤੁਹਾਨੂੰ ਦੁਕਾਨਦਾਰ ਕਹਿੰਦਾ ਵੀ ਜੇ ਤੁਸੀਂ ਇਹ ਟੋਪ ਖਰੀਦੋਗੇ ਤਾਂ ਜਿਹਦੇ 'ਚ ਸਕੀਮ ਵੀ ਹੈਗੀ ਹੈ, ਔਰ ਜਦਕਿ ਇਹਦਾ ਕੱਪੜਾ ਬੜਾ ਅੱਛਾ ਹੈਗਾ, ਰਿਟਰਨਿੰਗ ਵੀ ਹੈਗੀ ਵੀ ਜੇ ਤੁਹਾਡਾ ਕੱਪੜਾ ਖਰਾਬ ਹੋ ਗਿਆ ਤੁਸੀਂ ਵਾਪਸ ਵੀ ਕਰ ਸਕਦੇ ਹੋ। ਫਿਰ ਜਦੋਂ ਤੁਸੀਂ ਸੁਣਦੇ ਹੋ ਕਿ ਇਹਦੇ ਵਿੱਚ ਡਿਸਕਾਊਂਟ ਵੀ ਹੈਗਾ 10% ਔਰ ਤੁਹਾਨੂੰ ਪਸੰਦ ਤਾਂ ਹੈਗਾ ਹੀ ਇਹ ਟੋਪ, ਫਿਰ ਜਦੋਂ ਕੁਛ ਹੋਰ ਐਡ ਆਨ ਹੋ ਜਾਂਦਾ ਕਿ ਵੀ ਇਹ 10% ਉਹ ਵੀ ਹੈ ਅਤੇ ਮੈਂ ਵਾਪਸ ਵੀ ਕਰ ਸਕਦੀ ਹਾਂ, ਤੁਸੀਂ ਕਹੋਗੇ ਇਹ ਤਾਂ ਬੜੀ ਵਧੀਆ ਸਕੀਮ ਹੈ, ਤੁਸੀਂ ਆਪਣਾ ਬਿਹੇਵੀਅਰ ਚੇਂਜ ਕਰ ਲੈਂਦੇ ਅਤੇ ਤੁਸੀਂ ਉਹ ਟੋਪ ਖਰੀਦ ਲੈਂਦੇ ਹੋ। ਤਾਂ ਦੈਟ ਇਜ਼ ਨੋਟ ਆਲ ਟੈਕਨੀਕ, ਮੀਨਸ ਇਹ ਜਿਹੜਾ ਆ ਜਾਂਦਾ ਹੈਗਾ ਵੀ ਇਸ ਦੇ ਵਿੱਚ ਤੁਸੀਂ ਕਿਸੇ ਚੀਜ਼ ਨੂੰ ਇਸ ਤਰ੍ਹਾਂ ਵਧਾ ਚੜਾ ਕੇ ਦੱਸਦੇ ਇਸ ਸਮਾਜ ਦੇ ਵਿੱਚ ਕਿ ਤੁਸੀਂ ਉਹ ਚੀਜ਼ ਨੂੰ ਖਰੀਦ ਲੈਂਦੇ ਹੋ ਅਤੇ ਤੁਹਾਡੇ ਇੰਪੈਕਟ ਜਿਹੜਾ ਹੈਗਾ ਉਸ ਦਾ ਜ਼ਰੂਰ ਅਸਰ ਹੁੰਦਾ ਹੈਗਾ ਅਤੇ ਉਸ ਦੇ ਅੰਤਰਗਤ ਹੀ ਤੁਸੀਂ ਜਿਹੜਾ ਹੈਗਾ ਆਪਣਾ ਬਿਹੇਵੀਅਰ ਬਦਲ ਕੇ ਕੰਮ ਕਰਦੇ ਹੋ। ਇਹ ਟੈਕਨੀਕ ਜਿਹੜੀ ਹੈਗੀ ਬੜੀ ਕੰਮ ਆਉਂਦੀ ਹੈਗੀ ਹੈ ਕਿ ਜਦੋਂ ਅਸੀਂ ਸਮਾਜ ਦੇ ਵਿੱਚ ਜਦੋਂ ਰਹਿੰਦੇ ਹਾਂ ਅਤੇ ਜਦੋਂ ਕੋਈ ਚੀਜ਼ ਖਰੀਦਦੇ ਹਾਂ ਬਾਹਰੋਂ ਖਰੀਦ ਕੇ ਅਸੀਂ ਆਪਣੀਆਂ ਚੀਜ਼ਾਂ ਨੂੰ ਪੂਰਾ ਕਰਨਾ, ਲੋੜਾਂ ਨੂੰ ਪੂਰਾ ਕਰਨੀਆਂ ਚਾਹੁੰਦੇ ਹਾਂ ਵੀ ਹਾਂ ਅਸੀਂ ਇਸ ਤਰ੍ਹਾਂ ਕਰਨਾ ਹੈਗਾ, ਤਾਂ ਜਿਹੜੀ ਹੈਗੀ ਹੈ ਟੈਕਨੀਕ ਕਾਫੀ ਕੰਮ ਆਉਂਦੀ ਹੈਗੀ ਹੈ। ਇਸ ਦੇ ਨਾਲ ਜਿਹੜਾ ਹੈਗਾ ਸ਼ੌਪਕੀਪਰ ਨੂੰ ਜ਼ਿਆਦਾ ਫਾਇਦਾ ਹੁੰਦਾ ਕਿਉਂਕਿ ਉਹ ਆਪਣੀਆਂ ਗੱਲਾਂ ਨੂੰ ਮਨਾ ਲੈਂਦੇ ਨੇ ਕਿ ਤੁਸੀਂ ਕਿਹੜੀ ਚੀਜ਼ ਕਿਸ ਤਰ੍ਹਾਂ ਲੈਣੀ ਹੈ ਅਤੇ ਕਿਸ ਤਰ੍ਹਾਂ ਖਰੀਦਣੀ ਹੈ ਅਤੇ ਕਿਸ ਤਰ੍ਹਾਂ ਲੈਣੀ ਹੈਗੀ ਹੈ। ਹੁਣ ਟੈਕਨੀਕ ਬੇਸਡ ਔਨ ਸਕੇਅਰਸਿਟੀ, ਸਕੇਅਰਸਿਟੀ ਮੀਨਸ ਕਮੀ ਹੋਣਾ, ਕਿਸੇ ਚੀਜ਼ ਦੀ ਥੋੜ ਹੋਣਾ। ਤੁਸੀਂ ਆਮ ਆਪਣੇ ਵਾਤਾਵਰਨ ਵਿੱਚ ਆਲੇ ਦੁਆਲੇ ਦੇਖਿਆ ਹੋਣਾ ਕਿ ਜਦੋਂ ਕੋਈ ਚੀਜ਼ ਦੀ ਘਾਟ ਹੁੰਦੀ ਹੈ ਤਾਂ ਉਸ ਚੀਜ਼ 'ਤੇ ਹੱਲਾ ਬੋਲ ਹੋ ਜਾਂਦਾ, ਮੀਨਸ ਫਟਾਫਟ ਉਸ ਚੀਜ਼ ਨੂੰ ਲੈਣ ਦੀ ਦੌੜ ਪੈ ਜਾਂਦੀ ਹੈ ਵੀ ਕਿਤੇ ਅਸੀਂ ਨਾ ਪਿੱਛੇ ਰਹਿ ਜਾਈਏ, ਅਸੀਂ ਵੀ ਉਹ ਚੀਜ਼ ਖਰੀਦ ਲਈਏ, ਭਾਵੇਂ ਉਹ ਚੀਜ਼ ਦੀ ਕੁਆਲਿਟੀ ਮਾੜੀ ਹੈ ਚੰਗੀ ਹੈ ਚਾਹੇ ਉਹ ਮਹਿੰਗੀ ਹੈ, ਪਰ ਅਸੀਂ ਚੀਜ਼ ਦੇਖਦੇ ਹਾਂ ਵੀ ਜੇ ਥੋੜ੍ਹੀ ਦੇਰ ਲਈ ਹੈ ਤਾਂ ਅਸੀਂ ਉਹ ਚੀਜ਼ ਨੂੰ ਲੈ ਲੈਂਦੇ। ਸੋ ਇਸ ਵਿੱਚ ਜਿਹੜੀ ਹੈਗੀ ਆ ਚੀਜ਼ ਦਾ ਵੈਲਿਊਏਬਲ ਜਿਹੜੀ ਹੈਗੀ ਹੈ ਵਧਾ ਦਿੰਦਾ ਹੈਗਾ, ਇਸ ਚੀਜ਼ ਅਟਰੈਕਟ ਕਰਕੇ ਅਟੈਨਸ਼ਨ ਵੱਲ ਲੈ ਜਾਂਦੇ ਹੈਗੇ ਹਾਂ ਅਸੀਂ, ਮਤਲਬ ਚੀਜ਼ ਦੀ ਵੈਲਿਊ ਵਧਾਉਣਾ, ਚੀਜ਼ ਵੱਲ ਸਾਡਾ ਧਿਆਨ ਜ਼ਿਆਦਾ ਖਿੱਚਣਾ ਜਿਹੜਾ ਹੈਗਾ। ਅਤੇ ਇਹ ਪਲੇਇੰਗ ਹਾਰਡ ਟੂ ਗੈਟ, ਮਤਲਬ ਜਦੋਂ ਸਾਡੇ ਮਨ ਵਿੱਚ ਇਹ ਆਉਂਦਾ ਹੈਗਾ, ਇਨਸਾਨ ਜਦੋਂ ਸਮਝਦਾ ਇਹ ਜਿਤਾਇਆ ਜਾਂਦਾ ਹੈਗਾ ਕਿ ਉਹ ਆਪਣਾ ਇੰਪ੍ਰੈਸ਼ਨ ਜਿਹੜਾ ਇੰਨਾ ਵਧਾ ਲੈਂਦਾ ਹੈਗਾ ਕਿ ਦੂਜਾ ਇੰਪ੍ਰੈਸ ਹੋ ਕੇ ਜਿਹੜਾ ਹੈਗਾ ਰੋਮੈਂਟਿਕ ਹੋ ਕੇ, ਮਤਲਬ ਜਿਹੜਾ ਹੈਗਾ ਕੋਈ ਪਾਰਟ ਅਸੀਂ ਦੇਖੇ ਜਿਸ ਚੀਜ਼ ਵਾਲੇ ਪਾਸੇ ਨੂੰ ਕਿ ਵੀ ਮੈਂ ਇਹਨੂੰ ਲੂਜ਼ ਨਾ ਕਰ ਲਾਂ, ਇਮੋਸ਼ਨਲੀ ਹੋ ਕੇ ਵੀ ਮੈਂ ਇਸ ਚੀਜ਼ ਨੂੰ ਵੈਲਿਊਏਬਲ ਚੀਜ਼ ਹੈਗੀ ਹੈ ਵੀ ਕਿਤੇ ਮੈਂ ਇਸ ਚੀਜ਼ ਨੂੰ ਗੁਆ ਨਾ ਦੇਵਾਂ, ਤਾਂ ਕੀ ਹੈ ਕਿ ਮੈਂ ਉਸਨੂੰ ਖਰੀਦ ਲਾਂ। ਹੁਣ ਤੁਸੀਂ ਦੇਖਿਆ ਹੋਣਾ ਕਈ ਵਾਰੀ ਕੀ ਹੁੰਦਾ, ਕੋਈ ਇੰਪਲੋਈ ਬੜਾ ਅੱਛਾ ਹੁੰਦਾ ਤੁਹਾਡੇ ਉਹਦੇ ਵਿੱਚ ਸ਼ੋਪ ਦੇ ਵਿੱਚ, ਆਹ ਜੇ ਆਪਾਂ ਜੋਬ ਕਰਦੇ ਹਾਂ ਜਿੱਥੇ ਆਪਾਂ ਚਾਹੇ ਇੰਸਟੀਟਿਊਸ਼ਨ ਲਗਾ ਲਈਏ ਚਾਹੇ ਕਿਤੇ ਆਫਿਸ ਲਗਾ ਲਈਏ, ਇੱਕ ਤੁਹਾਡਾ ਜੋਬ ਬੜਾ ਕੁਆਲੀਫਾਈਡ ਆ, ਬੜਾ ਐਕਸਪੀਰੀਅੰਸ ਹੈ, ਪਰ ਤੁਸੀਂ ਉਹਨੂੰ ਖੋਣਾ ਨਹੀਂ ਚਾਹੁੰਦੇ ਹੈਗੇ ਅਤੇ ਤੁਸੀਂ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਤੁਸੀਂ ਉਸ ਚੀਜ਼ ਨੂੰ ਪਾਉਣਾ ਚਾਹੁੰਦੇ ਹੋ ਅਤੇ ਤੁਸੀਂ ਕਹਿੰਦੇ ਹੋ ਵੀ ਨਹੀਂ ਮੈਂ ਤਾਂ ਉਹ ਇੰਪਲਾਈ ਨੂੰ ਲੈਣਾ ਹੀ ਹੈ ਐਨੀ ਕੋਸਟ ਦੇ ਉੱਤੇ। ਇਸੇ ਤਰ੍ਹਾਂ ਜਦੋਂ ਕਿਸੇ ਚੀਜ਼ ਦੀ ਘਾਟ ਹੁੰਦੀ ਹੈਗੀ ਹੈ ਜਾਂ ਕਿਸੇ ਚੀਜ਼ ਦਾ ਸਟੋਕ ਥੋੜ੍ਹਾ ਹੁੰਦਾ, ਤੁਹਾਨੂੰ ਲੱਗਦਾ ਹੈਗਾ ਵੀ ਇਹ ਚੀਜ਼ ਨੂੰ ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਮੈਂ ਲੈ ਲਾਂ ਤਾਂ ਕਿ ਤਾਂ ਹੀ ਇਹ ਸਟੋਕ ਕਿਤੇ ਖਤਮ ਨਾ ਹੋ ਜਾਵੇ। ਸੋ ਇਹ ਵੀ ਕੰਪਲਾਈਂਸ ਜਿਹੜਾ ਹੈਗਾ ਕਰਦਾ ਹੈਗਾ। ਸੋ ਇਸ ਤੋਂ ਬਿਨਾਂ ਡੈਡਲਾਈਨ ਜਿਹੜੀ ਆਉਂਦੀ ਹੈ ਟੈਕਨੀਕ, ਜਦੋਂ ਕੋਈ ਚੀਜ਼ ਥੋੜ੍ਹੇ ਸਮੇਂ ਬਾਅਦ ਖਤਮ ਹੋ ਜਾਵੇ ਉਦੋਂ ਵੀ ਕੰਪਲਾਈਂਸ ਹੁੰਦਾ ਹੈਗਾ। ਵਿਅਕਤੀ ਕੀ ਹੈ ਜਲਦੀ ਨਾਲ ਚੀਜ਼ ਨੂੰ ਖਰੀਦਣਾ ਚਾਹੇਗਾ ਵੀ ਮੈਂ ਜਲਦੀ ਤੋਂ ਜਲਦੀ ਉਹ ਚੀਜ਼ ਖਰੀਦ ਲਾਂ।
ਜਿਸ ਤਰ੍ਹਾਂ ਲੱਗ ਜਾਂਦਾ ਕਿਵੇਂ ਆਫਰ ਫੋਰ ਲਿਮਿਟਡ ਬੈਕ, ਆਫਰ ਫੋਰ ਲਿਮਿਟਡ ਟਾਈਮ ਦੇ ਲਈ ਜਦੋਂ ਅਸੀਂ ਕੋਈ ਸ਼ੋਪਕੀਪਰ ਕੋਈ ਚੀਜ਼ ਲਾ ਦਿੰਦੇ ਹੈਗੇ ਵੀ ਲਿਮਿਟਡ ਸਮੇਂ ਦੇ ਲਈ ਇਹ ਆਫਰ ਹੈਗੀ ਹੈ ਵੀ ਉਸ ਤੋਂ ਬਾਅਦ ਜਿਹੜੀ ਹੈ ਕਿ ਤੁਹਾਨੂੰ ਚੀਜ਼ ਇਹ ਖਤਮ ਹੋ ਜਾਣੀ ਹੈ, ਤੁਹਾਨੂੰ ਮਿਲਣੀ ਨਹੀਂ ਹੈਗੀ, ਉਦੋਂ ਅਸੀਂ ਸੋਚਦੇ ਹਾਂ ਵੀ ਜਲਦੀ ਤੋਂ ਜਲਦੀ ਜਿਹੜੀ ਹੈਗੀ ਅਸੀਂ ਇਹ ਚੀਜ਼ ਨੂੰ ਖਰੀਦ ਲਈਏ ਤਾਂ ਕਿ ਕੀ ਹੈ ਵੀ ਜੇ ਮੈਂ ਇਹ ਚੀਜ਼ ਨਾ ਖਰੀਦੀ ਤਾਂ ਮੇਰੀ ਚੀਜ਼ ਜਿਹੜੀ ਹੈਗੀ ਖਤਮ ਹੋ ਜਾਏਗੀ ਤਾਂ ਮੈਂ ਕਿਸ ਤਰ੍ਹਾਂ ਕੰਮ ਕਰਾਂਗਾ। ਠੀਕ ਹੈ, ਤਾਂ ਮੇਰੀ ਤਾਂ ਚੀਜ਼ ਖਤਮ ਹੋ ਜਾਣੀ ਹੈ ਤਾਂ ਮੈਨੂੰ ਤਾਂ ਇਸ ਚੀਜ਼ ਦੀ ਅੱਜ ਲੋੜ ਹੈਗੀ ਹੈ ਅਤੇ ਇਹ ਟਾਈਮ ਜਿਹੜਾ ਹੈਗਾ ਬਹੁਤ ਡੈਡਲਾਈਨ ਜਿਹੜੀ ਇਹਦੀ ਖਤਮ ਹੋ ਜਾਏਗੀ, ਇੱਕ ਲਿਮਿਟਡ ਟਾਈਮ ਦੇ ਲਈ ਆਈ ਹੈਗੀ ਹੈ, ਸੋ ਇਸ ਚੀਜ਼ ਨੂੰ ਮੈਂ ਬਾਅਦ ਵਿੱਚੋਂ ਮੈਂ ਹੱਥ ਮਲਦਾ ਰਹਿਦਾਂਗਾ, ਮੈਂ ਕੁਛ ਨਹੀਂ ਕਰ ਸਕਾਂਗਾ, ਤਾਂ ਮੈਨੂੰ ਜਿਹੜੀ ਇਹ ਚੀਜ਼ ਖਰੀਦ ਲੈਣੀ ਚਾਹੀਦੀ ਹੈ। ਸੋ ਇਹ ਜਿਹੜੀਆਂ ਸੀਗੇ ਕੁਛ ਪ੍ਰਿੰਸੀਪਲਸ ਦੱਸੇ ਗਏ ਸੀ, 6 ਪ੍ਰਿੰਸੀਪਲ ਦੱਸੇ ਸੀਗੇ ਕੰਪਲਾਈਂਸ ਦੇ। ਸੋ ਸਟ੍ਰੈਟੇਜੀਜ਼ ਨੇ ਕੁਛ ਜਿਹੜੀਆਂ ਨੇ, ਸਾਨੂੰ ਉਹ ਸਟ੍ਰੈਟੇਜੀ ਅਪਣਾ ਕੇ ਜਿਹੜਾ ਅਸੀਂ ਕੰਪਲਾਈਂਸ ਜਿਹੜਾ ਹੈਗਾ ਪ੍ਰਾਪਤ ਕਰ ਲੈਂਦੇ ਹੈਗੇ ਹਾਂ, ਅਲੱਗ ਅਲੱਗ ਕੰਪਲਾਈਂਸ ਨੂੰ ਅਸੀਂ ਹਾਸਿਲ ਕਰ ਲੈਂਦੇ ਜੇ ਸਟ੍ਰੈਟੇਜੀ ਨੂੰ ਅਪਣਾ ਲੈਂਦੇ ਹੈਗੇ ਹਾਂ। ਸੋ ਇਸ ਤੋਂ ਬਿਨਾਂ ਜੇ ਹੁਣ ਅਗਲਾ ਜਿਹੜਾ ਥਰਡ ਸਟੈਪ ਆ ਜਾਂਦਾ ਸਮਾਜ ਦੇ ਅਸਰ ਦੇ ਹੇਠ, ਉਹ ਆ ਜਾਂਦਾ ਓਬੀਡੈਂਸ। ਹੁਣ ਓਬੀਡੈਂਸ ਦਾ ਮਤਲਬ ਕੀ ਹੁੰਦਾ? ਕਹਿਣਾ ਮੰਨਣਾ, ਓਬੇ ਕਰਨਾ, ਬੜਿਆਂ ਦਾ ਆਦਰ ਕਰਨਾ। ਇਹਦੇ ਵਿੱਚ ਵੀ ਮੈਲਗ੍ਰਮ ਦਾ ਐਕਸਪੈਰੀਮੈਂਟ ਪੜ੍ਹਾਂਗੇ ਅਸੀਂ, ਰੀਜ਼ਨ ਫੋਰ ਡਿਸਟਰਕਟਿਵ ਓਬੀਡੈਂਸ, ਰਿਸਿਸਟਿੰਗ ਡਿਸਟਰਕਟਿਵ ਓਬੀਡੈਂਸ, ਇਹਦੇ ਬਾਰੇ 'ਚ ਮੈਂ ਤੁਹਾਨੂੰ ਪੂਰੀ ਤਰ੍ਹਾਂ ਦੱਸਾਂਗੀ। ਪਰ ਪਹਿਲਾਂ ਤੁਹਾਨੂੰ ਮੈਂ ਦੱਸਾਂ ਕਿ ਓਬੀਡੈਂਸ ਹੁੰਦਾ ਕੀ ਹੈ। ਇੱਕ ਸੋਸ਼ਲ ਇਨਫਲੂਐਂਸ ਦੀ ਉਹ ਕਿਸਮ ਕਹਿ ਸਕਦੇ ਹਾਂ ਜਦੋਂ ਅਸੀਂ ਕਿਸੇ ਦੂਜੇ ਨੂੰ ਕਹੇ ਹੋਏ ਪਰਟੀਕੁਲਰ ਜਿਹੜਾ ਹੈਗਾ ਕੋਈ ਕਹਿੰਦਾ, ਜਦੋਂ ਉਸ ਟਾਈਮ ਬਿਹੇਵੀਅਰ ਪਰਟੀਕੁਲਰ ਜਿਹੜਾ ਹੈਗਾ ਬਿਹੇਵੀਅਰ ਕੀਤਾ ਜਾਂਦਾ ਹੈਗਾ, ਉਸ ਟਾਈਮ ਜਿਹੜਾ ਹੁੰਦਾ ਇਹਨੂੰ ਓਬੀਡੈਂਸ ਕਿਹਾ ਜਾਂਦਾ ਹੈ। ਆਰਡਰ ਸਾਨੂੰ ਕਿਸੇ ਹਾਇਰ ਅਥਾਰਟੀ ਫਿਗਰ ਤੋਂ ਆਉਂਦਾ ਹੈ, ਇਹਦੇ ਵਿੱਚ ਜਿਸ ਤਰ੍ਹਾਂ ਸਾਡੇ ਮਾਪੇ ਨੇ ਜਾਂ ਕੋਈ ਫੈਮਿਲੀ ਦਾ ਵੱਡਾ ਮੈਂਬਰ ਹੈ, ਜਦੋਂ ਸਾਨੂੰ ਕੋਈ ਆਰਡਰ ਦਿੰਦਾ ਹੈਗਾ, ਜਦੋਂ ਜੇ ਅਸੀਂ ਕਹੀਏ ਕਨਫਰਮੇਟੀ ਜਿਹੜੀ ਹੁੰਦੀ ਹੈਗੀ ਹੈ ਉਹ ਇੱਕ ਆਰਡਰ ਵਿੱਚ ਬਦਲ ਜਾਂਦੀ ਹੈਗੀ ਹੈ, ਪਰ ਅਥਾਰਟੀ ਤੋਂ ਆ ਰਿਹਾ, ਇਹ ਜ਼ਰੂਰੀ ਹੋਣਾ ਚਾਹੀਦਾ ਓਬੀਡੈਂਸ 'ਚ ਵੀ। ਜੋ ਵੀ ਓਬੀਡੈਂਸ ਅਸੀਂ ਕਰਨਾ ਹੈ ਆਰਡਰ ਦੇ ਵਿੱਚ, ਹਾਇਰ ਅਥਾਰਟੀ ਦਾ ਹੋਣਾ ਬਹੁਤ ਜ਼ਰੂਰੀ ਹੈ। ਇਹ ਬਹੁਤ ਹੀ ਹਾਈਲੀ ਡਿਸਟਰਕਟਿਵ ਚੀਜ਼ ਹੁੰਦੀ ਹੈ ਵੀ ਜਦੋਂ ਸਾਨੂੰ ਕੋਈ, ਇਸ ਦੇ ਉੱਤੇ ਵੀ ਕਹਿੰਦੇ ਬਹੁਤ ਸਾਰੇ ਐਕਸਪੈਰੀਮੈਂਟ ਕੀਤੇ ਗਏ ਕਿ ਓਬੀਡੈਂਸ 'ਤੇ ਮਿਲਗ੍ਰਾਮ ਨੇ ਕੀਤਾ ਐਕਸਪੈਰੀਮੈਂਟ 1963 ਦੇ ਵਿੱਚ, ਅਤੇ ਉਹਨੇ ਦੱਸਿਆ ਕਿ ਵੀ ਜਦੋਂ ਵਰਲਡ ਵਾਰ ਸੈਕਿੰਡ ਹੋਈ ਸੀ ਤਾਂ ਉਹਨੇ ਪ੍ਰੂਵ ਕਰਿਆ ਕਿ ਵੀ ਜਦੋਂ ਵਰਲਡ ਵਾਰ ਸੈਕਿੰਡ ਹੋਈ ਸੀ ਤਾਂ ਕਾਫੀ ਦੇਰ ਤੱਕ ਜਿਹੜੇ ਸਾਰੇ ਜਿਹੜੇ ਫੌਜੀ ਸੀ ਉਹ ਇੱਕ ਆਪਣੇ ਕਮਾਂਡਰ ਦੇ ਕਹੇ 'ਤੇ ਕੰਮ ਕਰੀ ਜਾ ਰਹੇ ਸੀ, ਕਿ ਕਮਾਂਡਰ ਜਿਹੜਾ ਸੀ ਉਹਦਾ ਹਾਇਰ ਅਥਾਰਟੀ ਸੀ, ਚਾਹੇ ਹਾਲਾਤ ਉਹਨਾਂ ਦੇ ਫੇਵਰ 'ਚ ਨਹੀਂ ਸੀ, ਚਾਹੇ ਗੋਲੀਆਂ ਚੱਲ ਰਹੀਆਂ ਸੀ, ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦੀ ਮੌਤ ਸਾਹਮਣੇ ਹੈ, ਬਟ ਉਹ ਫਿਰ ਵੀ ਕਿਸ ਤਰ੍ਹਾਂ ਹਾਈ ਕਮਾਂਡ ਦਾ ਆਰਡਰ ਮੰਨੀ ਜਾ ਰਹੇ ਸਨ। ਸੋ ਇਹ ਚੀਜ਼ ਮਿਲਗ੍ਰਮ ਨੇ ਸੋਚਿਆ ਅਤੇ ਦੱਸਿਆ ਕਿ ਕਿਸ ਤਰ੍ਹਾਂ ਇੱਕ ਲੋਕ ਲਾਅ ਆਰਡਰ ਨੂੰ ਫੋਲੋ ਕਰ ਰਹੇ ਨੇ। ਤਦ ਉਹਨੇ ਦੇਖਿਆ ਕਿ ਉਸਨੇ ਐਕਸਪੈਰੀਮੈਂਟ ਕੀਤਾ ਕਿ ਐਕਸਪੈਰੀਮੈਂਟ ਵਿੱਚ ਮਿਲਗ੍ਰਮ ਨੇ ਦੱਸ ਦਿੱਤਾ ਕਿ ਇੱਕ ਟੀਚਰ ਅਤੇ ਇੱਕ ਸਟੂਡੈਂਟ ਜਿਹੜੇ ਨੇ ਜਿਹੜਾ ਹੈਗਾ ਸਟੂਡੈਂਟ ਜਿਹੜਾ ਹੈਗਾ ਉਹ ਟੀਚਰ ਦਾ ਕਹਿਣਾ ਮੰਨਦਾ ਹੀ ਮੰਨਦਾ ਹੈਗਾ, ਉਹਦਾ ਆਰਡਰ ਮੰਨਦਾ ਹੀ ਮੰਨਦਾ ਹੈ। ਟੀਚਰ ਅਤੇ ਸਟੂਡੈਂਟ ਦੇ ਜਿਹੜੇ ਹੈਗੇ ਨੇ, ਆਪਾਂ ਕਹਿ ਦਈਏ ਸਪੋਜ਼ ਕਰੋ ਵੀ ਐਕਸਪੈਰੀਮੈਂਟ ਜਿਹੜਾ ਹੈਗਾ, ਜਦੋਂ ਉਸਨੇ ਐਕਸਪੈਰੀਮੈਂਟ ਕੀਤਾ ਉਹਦੇ ਉਹਨੂੰ ਦੱਸਿਆ ਮਿਲਗ੍ਰਮ ਦਾ ਜਿਹੜਾ ਐਕਸਪੈਰੀਮੈਂਟ ਸੀਗਾ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦਿੰਦੀ ਹਾਂ ਕਿ ਓਬੀਡੈਂਸ ਜਿਹੜਾ ਹੈਗਾ ਉਹ ਮਾਪਿਆਂ, ਅਧਿਆਪਕਾਂ ਅਤੇ ਆਫਿਸ ਦੇ ਵਿੱਚ ਜਿਹੜਾ ਹੈਗਾ ਹਾਇਰ ਅਥਾਰਟੀ ਜਿਹੜੀ ਹੈਗੀ ਤੁਹਾਡੀ ਕੋਈ ਵੀ ਬੋਸ ਹੈ ਉਹ ਹੈ ਉਸਦੇ ਵੱਲੋਂ ਜਿਹੜਾ ਹੈਗਾ ਮਿਲਿਆ ਜਾਂਦਾ ਹੈਗਾ, ਔਰ ਇਹਦੇ ਵਿੱਚ ਹਾਇਰ ਅਥਾਰਟੀ ਹੋਣੀ ਬਹੁਤ ਜ਼ਰੂਰੀ ਹੈਗੀ ਹੈ।
ਇਸ ਤੋਂ ਬਿਨਾਂ ਜਿਹੜਾ ਹੈਗਾ ਉਹ ਨਹੀਂ ਪੂਰਾ ਹੁੰਦਾ ਆਰਡਰ। ਹੁਣ ਇਹਦੇ ਵਿੱਚ ਕੀ ਕੀਤਾ ਸਤਾਰੀ ਮਿੰਟੋ ਨੇ ਜਦੋਂ ਮਿਲ ਗਿਆ ਉਹਨੇ ਕੀਤਾ, ਜਦੋਂ ਉਹਨੇ ਉਹਨੇ ਸੈਕਿੰਡ ਵਰਲਡ ਵਾਰ ਵਿੱਚ ਦੇਖਿਆ ਵੀ ਇੱਕ ਵਿਅਕਤੀ ਆਰਡਰ ਕਰ ਰਿਹਾ ਤੇ ਸਾਰੇ ਜਿਹੜੇ ਫੌਜੀ ਨੇ ਉਹਦੀ ਕਹੇ ਤੇ ਸਭ ਮਰਨ ਨੂੰ ਵੀ ਤਿਆਰ ਨੇ, ਕਿਵੇਂ ਹੁੰਦਾ? ਫਿਰ ਉਹਨੇ ਐਕਸਪੈਰੀਮੈਂਟ ਕਰਨਾ ਚਾਹਿਆ। ਉਹਨੇ ਜਦੋਂ ਐਕਸਪੈਰੀਮੈਂਟ ਕੀਤਾ ਤਾਂ ਉਸਨੇ ਇੱਕ ਉਹ ਆਪ ਤਾਂ ਐਕਸਪੈਰੀਮੈਂਟ ਪ੍ਰਯੋਗਕਰਤਾ ਬਣ ਗਿਆ, ਇੱਕ ਉਹਨੇ ਟੀਚਰ ਲੈ ਲਿਆ, ਹੁਣ ਉਹਨੇ ਟੀਚਰ ਲੈ ਲਿਆ ਤੇ ਇੱਕ ਉਹਨੇ ਸਟੂਡੈਂਟ ਲੈ ਲਿਆ। ਹੁਣ ਟੀਚਰ ਦੇ ਉੱਤੇ ਉਹਨੇ ਦੇਖਿਆ ਵੀ ਸਟੂਡੈਂਟ ਜਿਹੜਾ ਟੀਚਰ ਸੀਗਾ ਉਹਨੇ ਉੱਤੇ ਉਹਨੂੰ ਐਕਸਪੈਰੀਮੈਂਟ ਕੀਤਾ। ਟੀਚਰ ਕੋਲ ਇੱਕ ਬੋਕਸ ਦੇ ਦਿੱਤਾ ਤੇ ਉਸ ਤੋਂ ਬਾਅਦ ਜਿਹੜਾ ਸੀਗਾ ਇਲੈਕਟ੍ਰਿਸਿਟੀ ਬੋਕਸ ਉਹਨੂੰ ਫੜਾ ਦਿੱਤਾ ਗਿਆ ਤੇ ਨਾਲ ਹੀ ਉਹਨੂੰ 20 ਵਰਡਸ ਜਿਹੜੇ ਨੇ ਟੀਚਰ ਨੇ ਕਿਹਾ ਕਿ ਤੂੰ ਸਬਜੈਕਟ ਨੂੰ ਦੇ ਦੇ। ਜਿਹੜਾ ਸਬਜੈਕਟ ਸੀਗਾ ਸਟੂਡੈਂਟ ਦੂਜੇ ਪਾਸੇ ਬੈਠਾ ਸੀ, ਥੋੜਾ ਕਮਰੇ ਦੇ ਵਿੱਚ ਦੀਵਾਰ ਕਰ ਦਿੱਤੀ ਗਈ ਜਿੱਥੋਂ ਜਿਹੜਾ ਸੀਗਾ ਸਟੂਡੈਂਟ ਜਿਹੜਾ ਸੀਗਾ ਉਹ ਨਜ਼ਰ ਨਹੀਂ ਆ ਰਿਹਾ ਸੀਗਾ, ਪਰ ਜਿਹੜਾ ਸੀਗਾ ਉਹਨੂੰ 20 ਵਰਡਸ ਕਰ ਦਿੱਤੇ ਗਏ, ਪਰ ਉਹ ਸੁਣ ਸਕਦਾ ਸੀਗਾ ਜੋ ਵੀ ਦੱਸਿਆ ਜਾ ਰਿਹਾ ਸੀਗਾ, ਜੋ ਵੀ ਉਹਨਾਂ ਨੂੰ ਇੰਡੀਕੇਟ ਕੀਤਾ ਜਾ ਰਿਹਾ ਸੀ ਉਸ ਤੋਂ ਉਹਨੂੰ ਸੁਣਾਈ ਦਿੱਤਾ ਜਾ ਰਿਹਾ ਸੀਗਾ। ਤੇ ਕੀ ਸੀਗਾ ਕਿ ਜਦੋਂ ਟੀਚਰ ਦੇ ਕੋਲ ਜਿਹੜੇ ਸੀਗਾ ਹੁਣ ਆ ਗਿਆ ਕਿ ਵੀ ਇਲੈਕਟ੍ਰਿਸਿਟੀ ਸ਼ੌਕ ਦਾ ਉਹਨੂੰ ਵੀ ਦੇ ਦਿੱਤਾ ਗਿਆ ਬੋਕਸ। ਤੇ ਜਦੋਂ ਲਰਨਰ ਨੂੰ ਜਿਹੜਾ ਹੈਗਾ ਕਦੇ ਵੀ ਕੋਈ ਕਹਿੰਦੇ ਵੀ ਗਲਤ ਬੋਲੇਗਾ, ਕੋਈ ਵੀ ਵਰਡ 20 ਵਰਡ ਦੇ ਵਿੱਚੋਂ ਗਲਤ ਬੋਲੇਗਾ ਤਾਂ ਉਸਨੇ ਜਿਹੜਾ ਸੀਗਾ ਉਹਨੂੰ ਸ਼ੌਕ ਦੇਣਾ ਹੁੰਦਾ ਸੀਗਾ। ਇੰਨੀ ਕੁ ਮਾਤਰਾ ਦੇਣੀ ਹੁੰਦੀ ਸੀਗੀ ਕਿ ਵੀ ਉਹ ਥੋੜ੍ਹੀ ਪਹਿਲਾਂ ਥੋੜ੍ਹੀ ਮਾਤਰਾ ਫਿਰ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਤਾਂ ਕਿ ਲਰਨਰ ਜਿਹੜਾ ਰੌਲਾ ਨਾ ਪਾਵੇ, ਕਿਉਂਕਿ ਜੇ ਉਹ ਮਾਤਰਾ ਵਧਾਉਂਦਾ ਸੀ ਤਾਂ ਉਹਨੂੰ ਕੋਈ ਹਾਰਮ ਵੀ ਹੁੰਦਾ ਸੀ ਉਹ, ਇਸ ਲਈ ਬਸ ਸਿਰਫ ਉਨੀ ਕੁ ਮਾਤਰਾ ਦਿੱਤੀ ਜਾਂਦੀ ਸੀ ਤਾਂ ਕਿ ਉਹਨੂੰ ਸਮਝ ਹੋ ਜਾਵੇ ਵੀ ਤੂੰ ਗਲਤ ਕਰ ਰਿਹਾ ਹੈਗਾ, ਕਿਉਂਕਿ ਜੇ ਜ਼ਿਆਦਾ ਦੇਣ ਦੇ ਤਾਂ ਖਤਰਨਾਕ ਵੀ ਹੋ ਸਕਦਾ ਸੀਗਾ। ਪਰ ਫਿਰ ਨਾਲ ਨਾਲ ਇਹ ਟੀਚਰ ਸੋਚਦਾ ਵੀ ਜੇ ਮੈਨੂੰ ਜ਼ਿਆਦਾ ਸ਼ੌਕ ਦਿੱਤਾ ਤਾਂ ਖਤਰਨਾਕ ਹੈ, ਪਰ ਫਿਰ ਐਕਸਪੈਰੀਮੈਂਟ ਪਿੱਛੋਂ ਉਹਨੂੰ ਬਾਰ ਬਾਰ ਕਹੀ ਜਾ ਰਿਹਾ ਸੀ ਪ੍ਰਯੋਗਕਰਤਾ ਵੀ ਤੈਨੂੰ ਡਰਨ ਦੀ ਕੋਈ ਲੋੜ ਨਹੀਂ, ਤੂੰ ਇਹਦੇ ਵਿੱਚ ਕੋਈ ਜ਼ਿੰਮੇਵਾਰ ਨਹੀਂ ਹੈ, ਤੂੰ ਇਹਦੇ ਵਿੱਚ ਕੋਈ ਰਿਸਪੋਂਸੀਬਿਲਟੀ ਨਹੀਂ ਹੈ, ਜਸਟ ਯੂ ਟੇਕ ਦ ਟੈਸਟ, ਵੀ ਤੂੰ ਇੱਕ ਟੈਸਟ ਲੈ ਔਰ ਟੂ ਗਿਵ ਦੈਮ ਸ਼ੋ ਗਿਵ ਦੈਮ ਸ਼ੌਕ। ਉਹਨੂੰ ਬਾਰ ਬਾਰ ਕਿਹਾ ਜਾ ਰਿਹਾ ਸੀ, ਪੁਸ਼ ਕੀਤਾ ਜਾ ਰਿਹਾ ਸੀ ਟੀਚਰ ਨੂੰ ਵੀ ਨਹੀਂ ਤੂੰ ਉਹਨੂੰ ਇਲੈਕਟ੍ਰਿਸਿਟੀ ਸ਼ੌਕ ਦੇਣਾ ਜੇ ਉਹ ਗਲਤ ਬੋਲੇਗਾ, ਤੂੰ ਉਹਨੂੰ ਸ਼ੌਕ ਦੇਣਾ ਹੈਗਾ, ਤੇਰੀ ਇਹ 'ਚ ਕੋਈ ਰਿਸਪੋਂਸੀਬਿਲਟੀ ਨਹੀਂ ਹੈ ਜੇ ਉਹਨੂੰ ਕੁਛ ਵੀ ਹੋ ਜਾਂਦਾ ਹੈ। ਮਿਲਗ੍ਰਮ ਨੇ ਕਿਹਾ ਕਿ ਸਾਰੀ ਮੇਰੀ ਜ਼ਿੰਮੇਵਾਰੀ ਹੈਗੀ ਹੈ, ਤਾਂ ਇਸ ਤਰ੍ਹਾਂ ਦਾ ਕੋਈ ਵੀ ਕਿਸ ਤਰ੍ਹਾਂ ਕੋਈ ਕਰ ਸਕਦਾ ਹੈ, ਮਤਲਬ ਕਈ ਵਾਰ ਟੀਚਰ ਦੇ ਮਨ 'ਚ ਆਉਂਦਾ ਵੀ ਕਿਸ ਤਰ੍ਹਾਂ ਕੋਈ ਕਿਸੇ ਨੂੰ ਸ਼ੌਕ ਦੇ ਸਕਦਾ ਹੈਗਾ ਲਰਨਰ। ਪਰ ਫਿਰ ਕੀ ਕੀਤਾ ਜਾਂਦਾ ਹੈਗਾ ਈਵਨ ਕਿ 450 ਤੱਕ ਜਿਹੜੀ ਹਾਈ ਵੋਲਟੇਜ ਦੇਣ ਨੂੰ ਵੀ ਕਿਹਾ ਜਾਂਦਾ ਟੀਚਰ ਨੂੰ, ਪਰ ਟੀਚਰ ਜਿਹੜਾ ਹੈਗਾ ਦੇਣ ਦੇ ਲਈ ਇੱਕ ਦੋ ਵਾਰੀ ਪਰ ਮਨ ਵਿੱਚ ਵੀ ਉਹਦੇ ਆਉਂਦਾ ਵੀ ਮੈਂ ਕਿਸ ਤਰ੍ਹਾਂ ਸ਼ੌਕ ਦੇਦਾ, ਪਰ ਫਿਰ ਜਦੋਂ ਸੋਚਦਾ ਵੀ ਨਹੀਂ ਜਦੋਂ ਮੈਨੂੰ ਮੈਂ ਇਹਦੇ ਲਈ ਰਿਸਪੋਂਸੀਬਲ ਨਹੀਂ ਹਾਂ, ਕਿਉਂਕਿ ਐਕਸਪੈਰੀਮੈਂਟ ਕਰਤਾ ਜਿਹੜਾ ਸਾਨੂੰ ਪ੍ਰਯੋਗ ਕਰਤਾ ਉਹ ਰਿਸਪੋਂਸੀਬਲ ਹੈ, ਉਹ ਨਹੀਂ ਮੈਨੂੰ ਬਿਠਾਇਆ ਐਕਸਪੈਰੀਮੈਂਟ ਕਰਨ ਲਈ, ਮੈਂ ਐਕਸਪੈਰੀਮੈਂਟ ਕਰਦਾ ਹੈਗਾ। ਬਟ ਇਹਦੇ ਵਿੱਚ ਕੀ ਹੁੰਦਾ ਕੇਸ ਦੇ ਵਿੱਚ ਜਿਹੜਾ ਸਬਜੈਕਟ ਹੁੰਦਾ ਲਰਨਰ ਹੁੰਦਾ ਨਾ ਉਹ ਪ੍ਰਯੋਗਕਰਤਾ ਨਾਲ ਮਿਲਿਆ ਹੋਇਆ ਹੁੰਦਾ, ਐਕਚੁਅਲ ਦੇ ਵਿੱਚ ਕੋਈ ਵੀ ਕਿਸੇ ਨੂੰ ਸ਼ੌਕ ਨਹੀਂ ਦੇ ਰਿਹਾ ਹੁੰਦਾ, ਐਕਚੁਅਲ ਵਿੱਚ ਕੋਈ ਵੀ ਸਾਰਾ ਇਹ ਕੁਛ ਦਿਖਾਵਾ ਕੀਤਾ ਜਾਂਦਾ ਹੈਗਾ, ਕੋਈ ਵੀ ਸ਼ੌਕ ਨਹੀਂ ਦਿੱਤਾ ਜਾਂਦਾ ਰਿਹਾ। ਈਵਨ ਕਿ ਜਿਹੜੀ ਵਾਰਨਿੰਗ ਵੀ ਦਿੱਤੀ ਜਾਂਦੀ ਸੀ ਦਿਖਾਵੇ ਲਈ ਦਿੱਤੀ ਜਾਂਦੀ ਸੀ, ਇਹ ਪ੍ਰਯੋਗ ਜਿਹੜਾ ਸੀਗਾ ਓਬੀਡੈਂਸ ਦੇਖਣ ਨੂੰ ਕੀਤਾ ਜਾਂਦਾ ਸੀਗਾ। ਇਸ ਦੇ ਵਿੱਚ 70% 65% ਟੀਚਰ ਜਿਹੜੇ ਨੇ ਤੋਂ ਲੈ ਕੇ 70% ਤੱਕ ਜਿਹੜੇ ਟੀਚਰ ਨੇ ਉਹ ਓਬੇ ਕਰਦੇ ਨੇ, ਤੇ ਉਹ ਮਿਲਗ੍ਰਮ ਨੇ ਦੱਸਿਆ ਕਿ ਉਹ ਐਕਸਪੈਕਟ ਕਰ ਦਿੰਦੇ ਨੇ ਵੀ ਹਾਂ ਅਸੀਂ ਓਬੇ ਕਰਨਾ ਹੈਗਾ ਜਿਹੜਾ ਹੈਗਾ, ਤੇ ਉਸ ਤਰ੍ਹਾਂ ਕੀ ਹੈ ਉਹ ਸ਼ੌਕ ਦੇ ਦਿੰਦੇ ਨੇ, ਕਿਉਂਕਿ ਉਹ ਕਹਿੰਦੇ ਵੀ ਸਾਡੀ ਕੋਈ ਰਿਸਪੋਂਸੀਬਿਲਟੀ ਨਹੀਂ ਹੈਗੀ, ਪਰਟੀਕੁਲਰਲੀ ਪਰਸਨੈਲਿਟੀ ਕੋਈ ਜਿਹੜੀ ਰਿਸਪੋਂਸੀਬਿਲਟੀ ਨਹੀਂ ਹੈਗੀ। ਸੋ ਟੀਚਰ ਜਿਹੜਾ ਹੈਗਾ ਸੋਚਦਾ ਹੈਗਾ ਐਕਸਪੈਰੀਮੈਂਟ ਕਰਤਾ ਹੀ ਰਿਸਪੋਂਸੀਬਲ ਹੈਗਾ, ਤੇ ਮੈਂ ਤਾਂ ਜਿਹੜਾ ਹੈਗਾ ਐਕਸਪੈਰੀਮੈਂਟ ਕਰਤਾ ਹੀ ਹੈ, ਮੈਂ ਤਾਂ ਕੋਈ ਰਿਸਪੋਂਸੀਬਲ ਹੀ ਨਹੀਂ ਹੈ ਇਸ ਲਈ।
ਆਰਡਰ ਹੌਲੀ ਹੌਲੀ ਜਿਹੜਾ ਹੈਗਾ ਦਿੱਤਾ ਜਾ ਰਿਹਾ ਸੀਗਾ। ਇਹ ਵੀ ਇੱਕ ਦਾ ਕਾਰਨ ਸੀਗਾ ਕਿ ਇੱਕਦਮ ਸ਼ੌਕ ਤਾਂ ਨਹੀਂ ਦਿੱਤਾ ਜਾਂਦਾ ਸੀ, ਜਦੋਂ ਮਨੁੱਖ ਗਲਤ ਕਰਦਾ ਸੀਗਾ ਤਦ ਉਸਨੂੰ ਹੌਲੀ ਦੇਣ ਸ਼ੌਕ ਦਿੱਤਾ ਜਾਂਦਾ ਸੀ, ਜਦੋਂ ਦੂਜਾ ਵਰਡ ਗਲਤ ਕਰਦਾ ਸੀ ਤਦ ਉਹਨੂੰ ਥੋੜਾ ਹੋਰ ਵਧਾਇਆ ਜਾਂਦਾ ਸੀ। ਇਸ ਤਰ੍ਹਾਂ ਹੌਲੀ ਹੌਲੀ ਦੇਣ ਕਰਕੇ ਵੀ ਜਿਹੜੀ ਵੋਲਟੇਜ ਵਧਾਈ ਜਾ ਰਹੀ ਸੀਗੀ, ਇਸ ਕਰਕੇ ਵੀ ਜਿਹੜੇ ਇਹਦੇ ਨੁਕਸਾਨ ਦੇ ਚਾਂਸਸ ਘੱਟ ਸੀਗੇ। ਸੋ ਇਸ ਲਈ ਮਿਲਗ੍ਰਮ ਦਾ ਜਿਹੜਾ ਐਕਸਪੈਰੀਮੈਂਟ ਬਹੁਤ ਮਸ਼ਹੂਰ ਹੋਇਆ ਸੀਗਾ। ਸੋ ਓਬੀਡੈਂਸ ਦਾ ਟੈਸਟ ਕਰਨ ਦੇ ਲਈ ਕਈ ਵਾਰੀ ਇਹ ਟੈਸਟ ਕਰਕੇ ਪ੍ਰੂਵ ਕੀਤਾ ਗਿਆ ਕਿ ਮਨੁੱਖ ਜਿਹੜਾ ਹੈਗਾ ਕਿਸ ਤਰ੍ਹਾਂ ਓਬੀਡੈਂਸ ਕਰਕੇ ਕੰਮ ਕਰਦਾ ਹੈਗਾ, ਕਿਸ ਤਰ੍ਹਾਂ ਆਪਣਾ ਉਹ ਬਿਹੇਵੀਅਰ ਚੇਂਜ ਕਰਦਾ ਹੈਗਾ। ਇਸ ਤੋਂ ਬਾਅਦ ਜਿਹੜਾ ਆ ਗਿਆ ਇੱਕ ਹੌਲਿੰਗ ਨੇ ਵੀ ਕੀਤਾ, ਕਹਿੰਦੇ ਇਸ ਦੇ ਉੱਤੇ ਪ੍ਰਯੋਗ ਜਿਹੜਾ ਸੀਗਾ ਹੌਲਿੰਗ ਨੇ 1966 ਦੇ ਵਿੱਚ ਜਿਹੜਾ ਹੈਗਾ AI ਜਿਹੜਾ ਅਸੀਂ ਕਹਿੰਦੇ ਹਾਂ ਅਮੈਰੀਕਾ ਦੇ ਵਿੱਚ ਇੱਕ ਹਸਪਤਾਲ ਦੇ ਵਿੱਚ ਨਾ ਇਹ ਐਕਸਪੈਰੀਮੈਂਟ ਕੀਤਾ ਗਿਆ। ਪਹਿਲਾਂ ਮਿਲਗ੍ਰਮ ਨੇ ਕੀਤਾ, ਫਿਰ ਉਹਨੇ ਹਸਪਤਾਲ ਦੇ ਵਿੱਚ ਜਿਹੜਾ ਹੈਗਾ ਐਕਸਪੈਰੀਮੈਂਟ ਕੀਤਾ। ਕਿਸੇ ਨੇ ਵੈਸੇ ਹੀ ਕਹਿੰਦੇ ਕਿਸੇ ਨੇ ਨਾ ਕੋਈ ਡਾਕਟਰ ਬਣ ਕੇ ਨਾ ਇੱਕ ਕਾਲ ਕੀਤੀ ਨਰਸ ਨੂੰ, ਫੋਨ ਕੀਤਾ ਕਿ ਇਸ ਨੰਬਰ ਇੰਨੇ ਇੰਨੇ ਜਿਹੜਾ ਹੈਗਾ ਪੇਸ਼ੈਂਟ ਦੀ ਜਿਹੜੀ ਡੋਜ਼ ਹੈਗੀ ਹੈ ਨਾ ਉਹ ਵਧਾ ਦਿੱਤੀ ਜਾਵੇ। ਤੇ ਜਦੋਂ 95% ਨਰਸਾਂ ਨੇ ਕੀ ਕੀਤਾ, ਕੋਈ ਜਾਂਚ ਪੜਤਾਲ ਨਹੀਂ ਕੀਤੀ ਵੀ ਡਾਕਟਰ ਕਿੱਥੋਂ ਸੀ, ਕਿਹੜਾ ਸੀ, ਕਿੱਥੋਂ ਫੋਨ ਆਇਆ, ਨੋ, ਕਿਸੇ ਨੇ ਕੋਈ ਜਾਣਕਾਰੀ ਨਾ ਕੀਤੀ, ਡਾਕਟਰਾਂ ਨੂੰ ਨਾ ਪਹਿਚਾਣਿਆ, ਕੋਈ ਵੈਰੀਫਾਈ ਨਹੀਂ ਕੀਤਾ ਤੇ ਉਹਨਾਂ ਨੇ ਡੋਜ਼ ਵਧਾ ਦਿੱਤੀ। ਤੇ ਇੱਥੋਂ ਪਤਾ ਲੱਗਦਾ ਕਿ ਲੋਕ ਬਲਾਈਂਡਲੀ ਇੱਕ ਦੂਜੇ ਦੇ ਉੱਤੇ ਕਿੰਨਾ ਯਕੀਨ ਕਰਦੇ ਹਨ ਅਤੇ ਕਿਸ ਤਰ੍ਹਾਂ ਉਹ ਆਰਡਰ ਓਬੇ ਕਰਦੇ ਹਨ। ਅਤੇ ਤੀਸਰਾ ਪ੍ਰਯੋਗ ਜਿਹੜਾ ਕੀਤਾ ਗਿਆ ਸੀ ਉਹ ਬੜਾ ਹੀ ਮਸ਼ਹੂਰ ਹੋਇਆ ਬਿਕ ਮੈਨ ਦਾ, 1964 ਈਸਵੀ ਵਿੱਚ ਜਿਹੜਾ ਕੀਤਾ ਗਿਆ ਸੀ। ਉਹਨਾਂ ਨੇ ਇੱਕ ਨਿਊਯਾਰਕ ਦੀ ਸਟਰੀਟ ਦੇ ਵਿੱਚ ਓਬੀਡੈਂਸ ਨੂੰ ਦੇਖਣਾ ਚਾਹਿਆ ਤਾਂ ਉਹਨਾਂ ਨੇ ਕੀ ਕੀਤਾ, ਐਕਸਪੈਰੀਮੈਂਟਲ ਕਰਤਾ ਨੇ ਕੀ ਕੀਤਾ, ਉਹ ਗਾਰਡ ਦੀ ਯੂਨੀਫਾਰਮ ਪਾ ਕੇ ਖੜੇ ਹੋ ਗਏ। ਤੇ ਜਦੋਂ ਸਟਰੀਟ ਦੇ ਵਿੱਚ ਗਾਰਡ ਦੀ ਯੂਨੀਫਾਰਮ ਪਾ ਕੇ ਖੜੇ ਹੋ ਗਏ ਤੇ ਉਹਨਾਂ ਨੇ ਪਾਸੇ ਬਾਅਦ ਜੋ ਵੀ ਸਟ੍ਰੇਂਜਰ ਜਿਹੜੇ ਲੋਕ ਜਾ ਰਹੇ ਸੀਗੇ ਉਹਨਾਂ ਨੂੰ ਕੁਆਇਨ ਦੇਣ ਲੱਗ ਪਏ ਅਤੇ ਉਹਨਾਂ ਨੂੰ ਕਿਹਾ ਵੀ ਜੋ ਵੀ ਚੀਜ਼ਾਂ ਪਈਆਂ ਨੇ ਉੱਥੇ ਇਹਨਾਂ ਨੂੰ ਚੱਕ ਲਓ। ਤੇ ਜਦੋਂ ਗਾਰਡ ਦੇ ਰੂਪ ਦੇ ਵਿੱਚ ਲੋਕਾਂ ਨੇ ਦੇਖਿਆ ਇੱਕ ਡਰੈਸਅਪ ਦੇ ਵਿੱਚ ਹਾਇਰ ਅਥਾਰਟੀ ਸਾਨੂੰ ਕੁਛ ਕਹਿ ਰਹੀ ਹੈ ਤਾਂ 80% ਓਬੀਡੈਂਸ ਦੇਖਣ ਨੂੰ ਮਿਲਿਆ। ਤੇ ਜਦੋਂ ਐਕਸਪੈਰੀਮੈਂਟ ਕਰਤਾ ਨੇ ਇੱਕ ਇਹ ਵੀ ਕੀਤਾ ਵੀ ਆਪਣੀ ਯੂਨੀਫਾਰਮ ਲਾ ਦਿੱਤੀ ਤਾਂ ਉਸਨੇ ਫਿਰ ਜਿਹੜੀ ਆਮ ਡਰੈਸ ਦੇ ਵਿੱਚ ਜਿਹੜਾ ਲੋਕਾਂ ਨੂੰ ਜਿਹੜਾ ਪਾਸਲ ਜਿਹੜੇ ਜਾ ਰਹੇ ਸੀਗੇ ਪੈਸੰਜਰ ਉਹਨਾਂ ਨੂੰ ਕਿਹਾ ਵੀ ਤੁਸੀਂ ਇਹ ਚੀਜ਼ ਨੂੰ ਕੁਆਇਨ ਦੇਣ ਦਿਆਂਗਾ ਵੀ ਤੁਸੀਂ ਇਹ ਚੀਜ਼ ਦਾ ਚੱਕ ਦਿਓ ਤਾਂ 40% ਜਿਹੜੇ ਲੋਕਾਂ ਨੇ ਓਬੀਡੈਂਸ ਕੀਤਾ। ਮੀਨਸ ਜਦੋਂ ਉਹਨਾਂ ਨੇ ਡਰੈਸ ਪਾ ਕੇ ਕਿਸੇ ਨੂੰ ਕੁਛ ਕੰਮ ਕਰਨ ਨੂੰ ਕਿਹਾ ਲੋਕਾਂ ਨੂੰ ਜਾਂਦੇ ਹੋਏ ਸੜਕ ਤੇ ਤਦ ਉਹਨਾਂ ਨੇ ਉਹਨਾਂ ਦਾ 80% ਜਿਹੜਾ ਸੀਗਾ ਪੋਜ਼ਿਟਿਵ ਰਿਸਪੋਂਸ ਸੀਗਾ। ਪਰ ਜਦੋਂ ਉਹਨਾਂ ਨੇ ਗਾਰਡ ਦੀ ਯੂਨੀਫਾਰਮ ਉਤਾਰ ਦਿੱਤੀ ਤਾਂ ਲੋਕਾਂ ਨੂੰ ਉਹਨਾਂ ਦੀ ਸੈਂਸ ਜਿਹੜੀ ਸੀਗੀ ਸਮਝ ਆ ਗਈ ਕਿ ਕਿਸੇ ਇਹ ਕੋਈ ਹਾਇਰ ਅਥਾਰਟੀ ਨਹੀਂ ਹੈਗੇ। ਵੀ ਇਹ ਕੋਈ ਹਾਇਰ ਅਥਾਰਟੀ ਨਹੀਂ ਹੈ ਇਸ ਲਈ ਸਾਨੂੰ ਇਹਨਾਂ ਦਾ ਓਬੇ ਕਰਨ ਦੀ ਵੀ ਲੋੜ ਨਹੀਂ ਹੈਗੀ। ਤੋ ਇਸ ਤਰ੍ਹਾਂ ਇਹ ਚੀਜ਼ ਦੇਖਣ ਨੂੰ ਮਿਲੀ ਅਤੇ 40% ਜਿਹੜਾ ਓਬੇ ਕਰਨਾ ਰਹਿ ਗਿਆ ਸੀਗਾ। ਇਹ ਅਸੀਂ ਆਮ ਵੀ ਦੇਖਦੇ ਹਾਂ ਵੀ ਜਦੋਂ ਕੋਈ ਕੋਈ ਸੀਟ ਤੇ ਬੈਠਾ ਹੁੰਦਾ, ਕੋਈ ਹਾਇਰ ਅਥਾਰਟੀ ਤੇ ਹੁੰਦਾ ਹੈਗਾ ਤਾਂ ਜਿਹੜਾ ਉਹਨਾਂ ਦਾ ਹੁਕਮ ਜਿਹੜਾ ਮੰਨਣਾ ਹੋਇਆ ਜ਼ਰੂਰੀ ਹੋ ਜਾਂਦਾ ਹੈਗਾ ਸਮਾਜ ਦੇ ਵਿੱਚ ਔਰ ਲੋਕਾਂ ਦੇ ਵਿੱਚ। ਤੋ ਜਿਹੜੇ ਜਦੋਂ ਹਾਇਰ ਅਥਾਰਟੀ ਤੋਂ ਥੱਲੇ ਰਹਿ ਜਾਂਦੇ ਨੇ ਤਾਂ ਲੋਕਾਂ ਦਾ ਜਿਹੜਾ ਹੈਗਾ ਸੋਚ ਜਿਹੜੀ ਹੈਗੀ ਉਹ ਬਦਲ ਜਾਂਦੀ ਹੈ ਵੀ ਨਹੀਂ ਹੁਣ ਇਹ ਹਾਇਰ ਅਥਾਰਟੀ ਤੇ ਨਹੀਂ ਹੈਗੇ ਤਾਂ ਅਸੀਂ ਇਹਨਾਂ ਦਾ ਕਹਿਣਾ ਨਹੀਂ ਮੰਨਣਾ। ਇੱਕ ਯੂਨੀਫਾਰਮ ਵੀ ਇੰਡੀਕੇਟ ਕਰਦੀ ਹੈਗੀ ਹੈ ਇੱਕ ਪੋਜੀਸ਼ਨ। ਸੋ ਇਹ ਸਾਰੇ ਪ੍ਰਯੋਗ ਕੀਤੇ ਗਏ ਸੀਗੇ। ਪਹਿਲਾਂ ਪ੍ਰਯੋਗ ਦੇ ਦੌਰਾਨ ਪਤਾ ਵੀ ਕੀਤਾ ਗਿਆ ਵੀ ਕਿਸ ਤਰ੍ਹਾਂ ਜਿਹੜਾ ਹੈਗਾ ਸਮਝਣਾ ਹੈਗਾ ਕਿ ਲੋਕ ਓਬੀਡੈਂਸ ਕਿਉਂ ਕਰਦੇ ਨੇ, ਕਿਉਂ ਕਰਦੇ ਨੇ, ਇਸ ਦੀ ਕੀ ਲੋੜ ਹੁੰਦੀ ਹੈਗੀ ਹੈ। ਇਹਦੇ ਵਿੱਚ ਤੁਹਾਨੂੰ ਦੱਸ ਦਿੱਤਾ ਕਿ ਵੀ ਪਹਿਲਾਂ ਇੱਕ ਜਿਹੜਾ ਸਭ ਤੋਂ ਪਹਿਲਾਂ ਮਿਲਗ੍ਰਾਮ ਨੇ ਜਿਹੜਾ ਐਕਸਪੈਰੀਮੈਂਟ ਕੀਤਾ ਸੀਗਾ ਲੋਕਾਂ ਨੇ ਓਬੀਡੈਂਸ ਜਿਹੜਾ ਸੀਗਾ ਉਹ ਫੋਲੋ ਕਰਕੇ ਕਰਦੇ ਨੇ ਇੱਕ ਦੂਜੇ ਨੂੰ।
ਠੀਕ ਹੈ ਨਾ, ਉਹਨੇ ਫੋਲੋ ਕੀਤਾ ਕਿਉਂਕਿ ਮਿਲਗ੍ਰਾਮ ਜਿਹੜਾ ਸੀਗਾ ਉਹਦੇ ਵਿੱਚ ਉਹ ਕਹਿ ਰਿਹਾ ਸੀ ਬਾਰ ਬਾਰ ਟੀਚਰ ਨੂੰ ਵੀ ਹਾਂ ਤੂੰ ਇਹ ਕਰਨਾ ਹੀ ਕਰਨਾ, ਤੇਰੀ ਰਿਸਪੋਂਸੀਬਿਲਟੀ ਨਹੀਂ ਹੈਗੀ ਇਹਦੇ ਵਿੱਚ, ਮੈਂ ਹੈਗਾ ਮੈਂ ਹੀ ਦੇਖਾਂਗਾ, ਤੂੰ ਜ਼ਿੰਮੇਵਾਰ ਨਹੀਂ ਹੈ, ਤੂੰ ਸ਼ੌਪ ਦੇ ਦੇ। ਔਰ ਇੱਕ ਸ਼ੌਪ ਨੂੰ ਵੀ ਥੋੜ੍ਹੀ ਥੋੜ੍ਹੀ ਦੇਰ ਬਾਅਦ ਦਿੱਤਾ ਜਾਂਦਾ ਸੀਗਾ। ਹੁਣ 1974 ਦੇ ਵਿੱਚ ਮਿਲਗ੍ਰਾਮ ਨੇ ਦੇਖਿਆ ਕਿ ਜਦੋਂ ਦੋ ਵਿਅਕਤੀ ਵੀ ਜਦੋਂ ਵਿਅਕਤੀ ਸਮਝਦਾ ਹੈਗਾ ਕਿ ਐਕਟੀਵਿਟੀ ਜਿਹੜੀ ਹੈਗੀ ਮੇਰੀ ਜ਼ਿੰਮੇਵਾਰੀ ਹੈਗੀ ਹੈ, ਫਿਜ਼ੀਕਲ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਹੈ, ਜਦੋਂ ਉਹਨੇ ਦੁਬਾਰਾ ਵੀ ਕਈ ਵਾਰ ਪ੍ਰਯੋਗ ਕਰਾਂ, ਇੱਕ ਵਾਰ ਪਹਿਲਾਂ ਉਹਨੇ ਦੇਖਿਆ ਵੀ ਮੇਰਾ ਫੋਲੋ ਕਰ ਰਿਹਾ, ਫਿਰ ਜਦੋਂ ਦੁਬਾਰਾ ਦੇਖਿਆ ਤਾਂ ਉਹਨੇ ਦੇਖਿਆ ਕਿ ਵੀ ਉਹ ਸਮਝਦਾ ਵੀ ਮੇਰਾ ਤਾਂ ਜ਼ਿੰਮੇਵਾਰੀ ਨਹੀਂ ਹੈਗੀ, ਜ਼ਿੰਮੇਵਾਰੀ ਤਾਂ ਪ੍ਰਯੋਗਕਰਤਾ ਦੀ ਹੈਗੀ ਹੈ, ਤਦ ਵੀ ਜਿਹੜਾ ਉਹ ਓਬੀਡੈਂਸ ਜਿਹੜਾ ਹੈਗਾ ਦੇਖਣ ਨੂੰ ਮਿਲਦਾ ਹੈਗਾ। ਸੋ ਇਸ ਤਰ੍ਹਾਂ ਅਸੀਂ ਪ੍ਰਯੋਗ ਨੇ ਸਿੱਧ ਕਰ ਦਿੱਤੇ ਸੀਗੇ ਕਿ ਜਿਹੜਾ ਮਨੁੱਖ ਹੁੰਦਾ ਉਹ ਵੱਖ ਵੱਖ ਜਿਹੜੀਆਂ ਕੰਡੀਸ਼ਨ ਦੇ ਵਿੱਚ ਜਦੋਂ ਕਿਸੇ ਹਾਇਰ ਅਥਾਰਟੀ ਦੇ ਵਿੱਚ ਕੋਈ ਪੋਜੀਸ਼ਨ ਦੇ ਵਿੱਚ ਹੁੰਦਾ ਹੈਗਾ ਜਾਂ ਕੋਈ ਐਡਰੈਸ ਇੱਦਾਂ ਦੀ ਪਾਈ ਹੁੰਦੀ ਹੈ ਜਿਹੜੀ ਕੋਈ ਪੋਜੀਸ਼ਨ ਨੂੰ ਇੰਡੀਕੇਟ ਕਰਦੀ ਹੈ, ਤਾਂ ਮਨੁੱਖ ਜਿਹੜਾ ਹੈਗਾ ਆਟੋਮੈਟਿਕਲੀ ਓਬੀਡੈਂਸ ਜਿਹੜਾ ਹੈਗਾ ਆ ਜਾਂਦਾ ਹੈਗਾ। ਹੁਣ ਇਹਦੇ ਵਿੱਚ ਜਿਹੜੇ ਆਉਂਦੇ ਆਪਾਂ ਕਹਿ ਦਈਏ ਵੀ ਕਈ ਰੀਜ਼ਨਸ ਨੇ, ਰੀਜ਼ਨਸ ਕਰਕੇ ਵੀ ਜਿਹੜਾ ਡਿਸਟਰਕਟਿਵ ਜਿਹੜਾ ਹੈਗਾ ਓਬੀਡੈਂਸ ਆਉਂਦਾ ਹੈਗਾ। ਹੁਣ ਫੁੱਟ ਐਂਡ ਡੋਰ ਟੈਕਨੀਕਸ ਕਿਆ ਲੈਂਦੇ ਹੈਗੇ ਆ, ਹੁਣ ਕੰਪਲਾਈਂਸ ਵਿੱਚ ਦੇਖਿਆ ਗਿਆ ਸੀ ਕਿ ਅਸੀਂ ਸਮਾਲ ਰਿਕੁਐਸਟ ਸ਼ੁਰੂ ਕੀਤੀ ਸੀ, ਉਸ ਤੋਂ ਬਾਅਦ ਅਸੀਂ ਇੱਕ ਵੱਡੀ ਰਿਕੁਐਸਟ ਵੱਲ ਜਾਂਦੇ ਹੈਗੇ ਆ। ਟੀਚਰ ਨੂੰ ਵੀ ਇਹੀ ਲੱਗਦਾ ਕਿ ਪਹਿਲਾਂ ਮੈਂ ਉਹਦਾ ਛੋਟਾ ਆਰਡਰ ਮੰਗ ਲਿਆ ਵੀ ਇੱਕ ਆਰਡਰ ਹੈ, ਚਲੋ ਇੱਕ ਵਾਰ ਸ਼ੌਕ ਦੇ ਲੈਣਾ ਹੈਗਾ। ਤੇ ਜਦੋਂ ਉਹਨੂੰ ਇੱਕ ਆਰਡਰ ਮੰਨ ਲੈਂਦਾ ਉਹ ਕਹਿੰਦਾ ਮੈਂ ਤਾਂ ਉਹ ਪਹਿਲੀ ਵਾਰ ਸ਼ੌਕ ਦਿੱਤਾ ਤਾਂ ਉਹ ਕੀ ਹੈ, ਫਿਰ ਹਾਇਰ ਅਥਾਰਟੀ ਮੰਨਦੀ ਹੈ ਤਾਂ ਫਿਰ ਉਹ ਦੂਜਾ ਆਰਡਰ ਵੀ ਮੰਨਦਾ, ਫਿਰ ਉਹ ਹੋਰ ਵੀ ਸ਼ੌਕ ਦੀ ਜਿਹੜੀ ਹੈਗੀ ਹੈ ਵੋਲਟੇਜ ਵਧਾ ਦਿੰਦਾ ਹੈਗਾ। ਇਸ ਤਰ੍ਹਾਂ ਇੱਕ ਤੋਂ ਇੱਕ ਜਿਹੜਾ ਸ਼ੌਕ ਜਿਹੜਾ ਹੈਗਾ ਉਹਦਾ ਵਧਾਉਂਦਾ ਜਾਂਦਾ ਹੈਗਾ, ਸ਼ੌਕ ਜਿਹੜਾ ਹੈਗਾ ਉਹਦਾ ਜਿਹੜਾ ਕੀ ਹੈ ਇਹ ਫੁੱਟ ਐਂਡ ਡੋਰ ਸਟੈਪ ਵਿੱਚ ਆ ਜਾਂਦਾ ਵੀ ਪਹਿਲਾਂ ਛੋਟਾ ਆਰਡਰ ਮੰਨਦਾ ਹੈਗਾ, ਫਿਰ ਉਸ ਤੋਂ ਬਾਅਦ ਉਹ ਵੱਧਦਾ 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 ਵੱਡੇ ਆਰਡਰ ਵੱਲ ਚਲਾ ਜਾਂਦਾ ਹੈਗਾ, ਜਿਸ ਤਰ੍ਹਾਂ ਕੰਪਲਾਈਂਸ ਵਿੱਚ ਦੱਸਿਆ ਗਿਆ ਸੀਗਾ। ਦੂਜਾ ਜਿਹੜਾ ਆਰਡਰ ਆਉਂਦਾ ਵੀ ਜਿਹੜਾ ਹੈਗਾ ਸੀ ਸਿਸਟਮ ਵੀ ਡਿਸਟਰਕਟਿਵ ਓਬਜੈਕਟਿਵ ਓਬੀਡੈਂਸ ਆ ਜਾਂਦਾ ਵੀ ਅਸੀਂ ਕਦੋਂ ਜਿਹੜਾ ਆਰਡਰ ਨਹੀਂ ਮੰਨਦੇ ਵੀ ਨਾ ਅਸੀਂ ਓਬੇ ਕਰੀਏ, ਠੀਕ ਹੈ। ਦੂਜਾ ਦੂਜਾ ਜਿਹੜਾ ਕਾਰਨ ਆਉਂਦਾ ਆਰਡਰ ਨੂੰ ਡਿਸਪੇ ਨਾ ਕਰਨ ਦਾ ਉਹ ਇਹ ਹੁੰਦਾ ਕਿ ਯੂਜਲੀ ਜਿਹੜੇ ਲੋਕ ਹਾਇਰ ਅਥਾਰਟੀ ਦੇ ਜਿਹੜੇ ਹੈਗੇ ਆ ਪਾਵਰ ਨੂੰ ਦੇਖ ਕੇ ਓਬੇ ਕਰਦੇ ਨੇ, ਇਹ ਚੀਜ਼ ਤਾਂ ਹੈਗੀ ਹੈਗੀ ਹੈ ਵੀ ਲੋਕ ਜਿਹੜਾ ਓਬੇ ਵੀ ਤਦ ਹੀ ਕਰਦੇ ਨੇ ਹਾਇਰ ਅਥਾਰਟੀ ਨੂੰ ਦੇਖ ਕੇ, ਜਿਵੇਂ ਗਾਰਡ ਦੀ ਯੂਨੀਫਾਰਮ ਜਿਹੜੀ ਸੀ ਪੋਜੀਸ਼ਨ ਸੀ ਇੱਕ ਸਿੰਬਲ ਸੀ ਕਿ ਉਹ ਇੱਕ ਪੋਜੀਸ਼ਨ ਤੇ ਹੈ, ਉਸਦਾ ਕਹਿਣਾ ਮੰਨਣਾ ਜ਼ਰੂਰੀ ਹੈ ਅਤੇ ਜਿਹੜਾ ਹੈਗਾ ਓਬੀਡੈਂਸ ਕਰਨਾ ਬਹੁਤ ਜ਼ਰੂਰੀ ਹੈ। ਇਹਨੂੰ ਅਸੀਂ ਅਥੋਰਟੇਰੀਅਨ ਜਿਹੜੀ ਪਰਸਨੈਲਿਟੀ ਦੇ ਅੰਦਰ ਵੀ ਲੈ ਲੈਂਦੇ ਹੈਗੇ ਹਾਂ ਵੀ ਹਾਇਰ ਅਥੋਰਟੀ ਜਦੋਂ ਤੁਹਾਨੂੰ ਕੁਝ ਕਹਿੰਦੀ ਹੈ ਕਰਨ ਵਾਸਤੇ ਵੀ ਨਹੀਂ ਤੁਸੀਂ ਤਾਂ ਇਹ ਕਰਨਾ ਹੀ ਕਰਨਾ ਹੈਗਾ ਤਾਂ ਤੁਹਾਨੂੰ ਕਰਨਾ ਹੀ ਪੈਂਦਾ ਕਿਉਂਕਿ ਤੁਸੀਂ ਉਸਦੇ ਪੋਜੀਸ਼ਨ ਦੇ ਇੰਪੈਕਟ ਵਿੱਚ ਆ ਜਾਂਦੇ ਹੁੰਦੇ ਹੋ ਤੇ ਤੁਹਾਨੂੰ ਇਹ ਕਹਿਣਾ ਮੰਨਣਾ ਪੈਂਦਾ ਹੈਗਾ। ਹੁਣ ਜੇ ਅਸੀਂ ਲੈਜੀਮੇਟ ਅਥਾਰਟੀ ਕਹਿ ਲਈਏ ਵੀ ਜਦੋਂ ਲੋਕ ਅਥਾਰਟੀ ਜਾਂ ਪਾਵਰ ਦੇ ਵਿੱਚ ਤਾਂ ਹੁੰਦੇ ਨੇ ਤਾਂ ਲੋਕ ਸੋਚਦੇ ਨੇ ਕਿ ਉਹਨਾਂ ਦਾ ਹੁਕਮ ਮੰਨਣਾ ਜ਼ਰੂਰੀ ਹੈ, ਰਿਟਰਨ ਜਿਹੜਾ ਹੈਗਾ ਪਾਵਰ ਜਿਹੜੀ ਹੈਗੀ ਹੈ ਵਿੱਚ ਨਹੀਂ ਆਉਂਦਾ, ਮਤਲਬ ਰੈਦਰ ਦੈਨ ਅਸੀਂ ਕੋਈ ਪਾਵਰ ਦੇ ਵਿੱਚ ਨਹੀਂ, ਮੀਨਸ ਵੀ ਜਦੋਂ ਲੋਕ ਇਹ ਸਮਝਦੇ ਨੇ ਵੀ ਜਦੋਂ ਕੋਈ ਬੰਦਾ ਹਾਇਰ ਅਥਾਰਟੀ ਜਾਂ ਪਾਵਰ ਦੇ ਵਿੱਚ ਹੁੰਦਾ ਹੈਗਾ ਤਾਂ ਉਹ ਸਮਝਦੇ ਨੇ ਵੀ ਨਹੀਂ ਇਹ ਇਹ ਅਸੀਂ ਜੇ ਅਸੀਂ ਇਹਨਾਂ ਨੂੰ ਹੁਕਮ ਮੰਨਾਂਗੇ ਚੰਗੀ ਗੱਲ ਆ, ਠੀਕ ਹੈ ਨਾ। ਵੀ ਜਦੋਂ ਲੋਕ ਅਥਾਰਟੀ ਜਾਂ ਪਾਵਰ ਵਿੱਚ ਹੋਣ ਦੇ ਬਾਵਜੂਦ ਵੀ ਅਸੀਂ ਜੇ ਅਸੀਂ ਉਹਨਾਂ ਦਾ ਹੁਕਮ ਮੰਨਾਂਗੇ ਤਾਂ ਵੀ ਇਹ ਚੰਗੀ ਗੱਲ ਹੈਗੀ ਹੈ ਵੀ ਜੇ ਤਾਂ ਕਿ ਜੇ ਅਸੀਂ ਉਹਨਾਂ ਦੇ ਪਾਵਰ ਤੋਂ ਬਾਹਰ ਗਏ ਹੋ ਸਕਦਾ ਸਾਡੇ ਤੋਂ ਕੁਝ ਗਲਤ ਹੋ ਜਾਵੇ, ਹੋ ਸਕਦਾ ਸਾਨੂੰ ਤੋਂ ਸਮਾਜ ਤੋਂ ਬਾਹਰ ਨਿਕਲਿਆ ਚਲੇ ਬਾਹਰ ਵੀ ਕੱਢ ਦਿੱਤਾ ਜਾਵੇ। ਸੋ ਅਸੀਂ ਉਹਨਾਂ ਦੇ ਪ੍ਰਭਾਵ ਵਿੱਚ ਆ ਕੇ ਉਹਨਾਂ ਦੀ ਪਾਵਰ ਦੇ ਪ੍ਰਭਾਵ ਵਿੱਚ ਆ ਕੇ ਅਸੀਂ ਓਬੀਡੈਂਸ ਕਰਦੇ ਹੈਗੇ ਹਾਂ। ਸੋ ਇਸ ਤਰ੍ਹਾਂ ਕੀ ਹੁੰਦਾ ਓਬੀਡੈਂਸ ਕਰਨ ਦੇ ਕਾਰਨ ਆ ਜਾਂਦੇ ਨੇ ਵੱਖ ਵੱਖ। ਤੀਸਰਾ ਸੋਸ਼ਲ ਕੰਟਰਾਸਟ ਵੀ ਆ ਜਾਂਦਾ,
ਹੁਣ ਜੇ ਸੋਸ਼ਲ ਕੰਟਰੈਕਟਸ ਕਰ ਲਈਏ, ਇਹ ਚ ਹੁਣ ਅਸੀਂ ਨੇ ਦੇਖ ਲੈਂਦੇ ਹਾਂ ਵੀ 3 ਐਕਸਪੈਰੀਮੈਂਟ ਜਿਹੜੇ ਪਿੱਛੇ ਹੋਏ ਸੀ, ਬਿਗਮੈਨ ਦਾ, ਹਾਲੀਮਨ ਦਾ ਤੇ ਮਿਲਗ੍ਰਾਮ ਦਾ, ਲੋਕਾਂ ਨੇ ਸੋਸ਼ਲ ਕੰਟੈਕਟ ਦੇ ਵਿੱਚ ਹੀ ਆਉਂਦੇ ਹਾਂ ਤਾਂ ਹੀ ਉਹ ਉਹਨਾਂ ਨੇ ਸਿੱਧ ਕਰਤਾ ਵੀ ਨਾ ਨਹੀਂ, ਜਦੋਂ ਉਹਨਾਂ ਨੇ ਦੇਖਿਆ ਵੀ ਯੂਨੀਫਾਰਮ ਜਿਹੜੀ ਲੋਕ ਆਉਂਦੇ ਆ ਜਾਂ ਹਾਇਰ ਅਥਾਰਟੀ ਮੰਨਦੇ ਆ ਜਾਂ ਲੋਕ ਜਿਹੜੇ ਜਦੋਂ ਕਿਸੇ ਦੇ ਕੰਟੈਕਸਟ ਦੇ ਵਿੱਚ ਆਉਂਦੇ ਨੇ ਤਦ ਹੀ ਜਿਹੜਾ ਨੇ ਉਹ ਕਹਿਣਾ ਮੰਨਦੇ ਨੇ ਇੱਕ ਦੂਜੇ ਦਾ। ਜਿਵੇਂ ਮਿਲਗ੍ਰਾਮ ਦਾ ਉਹ ਪ੍ਰਯੋਗ ਆਇਆ ਕਿ ਵੀ ਟੀਚਰ ਨੇ ਕਿਹਾ ਕਿ ਵੀ ਹਾਂ ਹੈਲਪ ਕਰਾਂਗਾ, ਤਾਂ ਉਹਨਾਂ ਨੇ ਹੈਲਪ ਕਰਨ ਦੇ ਲਈ ਹੀ ਜਿਹੜੀ ਹੈਗੀ ਆ ਮਦਦ ਕੀਤੀ। ਮੀਨਸ ਜਦੋਂ ਮਿਲਗ੍ਰਾਮ ਨੇ ਕਿਹਾ, ਪਹਿਲਾਂ ਉਹਨੇ ਮਿਲਗ੍ਰਾਮ ਨੇ ਨਾ ਉਹਨੂੰ ਟੀਚਰ ਨੂੰ ਮਨਾਇਆ ਵੀ ਦੇਖ ਬੱਚਿਆਂ ਦਾ ਕੰਮ ਹੈਗਾ ਉਹਨੂੰ ਕੁਛ ਸਿਖਾਉਣਾ ਹੈਗਾ, ਤਾਂ ਉਹਨੇ ਉਹਨੂੰ ਐਗਰੀ ਕਰਤਾ ਵੀ ਹਾਂ ਠੀਕ ਹੈ ਮੈਂ ਤੇ ਪ੍ਰਭਾਵ 'ਚ ਆ ਗਿਆ, ਮੈਂ ਤੇਰੀ ਹੈਲਪ ਕਰ ਦਾਂਗਾ। ਤੇ ਜਦੋਂ ਕੋਈ ਇਸ ਤਰ੍ਹਾਂ ਕਿਸੇ ਨਾਲ ਕੋਈ ਕਮਿਟਮੈਂਟ ਕਰ ਲੈਂਦਾ ਵੀ ਹਾਂ ਮੈਂ ਤੈਨੂੰ ਹੈਲਪ ਦੇਵਾਂਗਾ, ਤਾਂ ਉਹ ਪਿੱਛੇ ਨਹੀਂ ਹਟਦਾ ਹੈਗਾ, ਤਾਂ ਉਹਨੂੰ ਹੈਲਪ ਕਰਨੀ ਹੀ ਪੈਂਦੀ ਹੈਗੀ ਹੈ। ਸੋ ਇਸ ਲਈ ਟੀਚਰ ਨੇ ਵੀ ਕਿਹਾ ਵੀ ਜਦੋਂ ਮੈਨੇ ਹੁਣ ਪ੍ਰਯੋਗਕਰਤਾ ਨਾਲ ਇਹ ਕਮਿਟਮੈਂਟ ਕੀਤੀ ਸੀ ਕਿ ਮੈਂ ਤੇਰੇ ਨਾਲ ਹੈਲਪ ਕਰਾਂਗਾ, ਤਾਂ ਮੈਨੂੰ ਹੈਲਪ ਦੇਣੀ ਪੈਣੀ ਹੈ। ਸੋ ਇਸ ਲਈ ਜਿਹੜਾ ਹੈਗਾ ਉਹਨੂੰ ਸੋਸ਼ਲ ਕੰਟੈਕਟ ਦੇ ਵਿੱਚ ਆ ਕੇ ਵੀ ਓਬੀਡੈਂਸ ਜਿਹੜੀ ਹੈ ਆਪਣੇ ਆਪ ਨੈਚੁਰਲ ਤੌਰ 'ਤੇ ਹੋ ਜਾਂਦੀ ਹੈਗੀ ਹੈ। ਹੁਣ ਸੋਸ਼ਲ ਇੰਪੈਕਟ ਜਿਹੜੀ ਥਿਊਰੀ ਆ ਜਾਂਦੀ ਹੈਗੀ ਹੈ, ਲੈਟੇਨੇ ਤੇ ਵੋਲਫ ਨੇ 1981 ਦੇ ਵਿੱਚ ਦਿੱਤੀ ਸੀਗੀ ਕਿ ਗਰੁੱਪ ਦੀ ਜਿਹੜੀ ਸਟਰੈਂਥ ਹੈ ਜਾਂ ਨੰਬਰ ਹੈ ਕਿੰਨੇ ਨੇ ਇਹ ਵੀ ਮਾਇਨੇ ਰੱਖਦਾ ਹੈਗਾ। ਸੋ ਇੰਪੈਕਟ ਜਿਹੜਾ ਹੁੰਦਾ ਇਹ ਜ਼ਰੂਰ ਓਬੀਡੈਂਸ 'ਤੇ ਪਾਉਂਦਾ, ਜਿੰਨੀ ਜ਼ਿਆਦਾ ਗਰੁੱਪ ਵੱਡਾ ਹੋਏਗਾ ਜਾਂ ਉਹਦੇ ਨੰਬਰ ਜ਼ਿਆਦਾ ਹੋਣਗੇ ਮਨੁੱਖ ਜਿਹੜਾ ਹੈਗਾ ਉਸ ਤਰ੍ਹਾਂ ਉਵੇਂ ਦਾ ਹੀ ਜਿਹੜਾ ਹੈਗਾ ਇੰਪੈਕਟ ਪਾਉਂਦਾ ਹੀ ਪਾਉਂਦਾ, ਅਸਰ ਪਾਉਂਦਾ। ਇਹ ਵੀ ਇੱਕ ਕਾਰਨ ਆ ਜਾਂਦਾ ਹੈਗਾ ਵੀ ਜੇ ਜ਼ਿਆਦਾ ਵੱਡਾ ਸਮਾਜ ਹੈਗਾ, ਜ਼ਿਆਦਾ ਵੱਡਾ ਸਿਸਟਮ ਹੈਗੀ ਹੈ, ਤਾਂ ਉਹਦੇ ਵਿੱਚ ਜਿਹੜਾ ਹੈਗਾ ਸਟਰੈਂਥ ਵੀ ਜੇ ਵੱਡੀ ਹੈਗੀ ਹੈ ਤਾਂ ਸਮਾਜ ਜ਼ਿਆਦਾ ਕੰਮ ਕਰਨ ਦਾ ਜਿਹੜਾ ਹੈਗਾ ਮਨੁੱਖ ਕੰਮ ਕਰੇਗਾ, ਕਿਉਂਕਿ ਉਹਦੀ ਪਰਸਨੈਲਿਟੀ ਡਿਵੈਲਪ ਹੋਏਗੀ। ਇੰਨੇ ਲੋਕ ਉਹਨੂੰ ਜੱਜ ਕਰ ਰਹੇ ਆ, ਇੰਨੇ ਲੋਕਾਂ ਦੇ ਵਿੱਚ ਓਬੀਡੈਂਸ ਦਿਖਾ ਰਹੇ ਆ, ਓਬੇ ਕਰ ਰਹੇ ਆਰਡਰ ਦਾ, ਤਾਂ ਉਹਦੀ ਆਪਣੇ ਆਪ ਪਰਸਨੈਲਿਟੀ ਡਿਵੈਲਪ ਹੋ ਜਾਂਦੀ ਹੈਗੀ ਹੈ। ਸੋ ਰਸਿਸਟਿੰਗ ਓਬੀਡੈਂਸ ਜਿਹੜਾ ਆ ਜਾਂਦਾ ਹੈਗਾ ਵੀ ਕੋਈ ਇਨਸਾਨ ਜਿਹੜਾ ਹੈਗਾ ਓਬੀਡੈਂਸ ਕਿਉਂ ਨਹੀਂ ਮੰਨੇਗਾ, ਓਬੀਡੈਂਸ ਦਾ ਇੱਕ ਕਾਰਨ ਆ ਜਾਂਦਾ ਹੈਗਾ ਵੀ ਜਿਹੜਾ ਕਿ ਕੋਈ ਵੀ ਕਾਰਨ ਜਿਹੜਾ ਹੈਗਾ ਕਿਉਂ ਨਹੀਂ ਮੰਨਿਆ ਜਾਂਦਾ ਓਬੀਡੈਂਸ। ਇਹਦੇ ਵੀ ਕਈ ਕਾਰਨ ਹੁੰਦੇ ਨੇ ਵੀ ਜਦੋਂ ਤੁਸੀਂ ਸਮਾਜ 'ਚ ਰਹਿੰਦੇ ਆ ਤਾਂ ਓਬੀਡੈਂਸ ਕਿਉਂ ਨਹੀਂ, ਕਈ ਵਾਰ ਕੋਈ ਤੁਸੀਂ ਦੇਖਿਆ ਹੋਣਾ ਜਦੋਂ ਤੁਸੀਂ ਕਿਸੇ ਨੂੰ ਕੋਈ ਆਰਡਰ ਕਰਦੇ ਹੋ ਤਾਂ ਜਿਹੜਾ ਹੈਗਾ ਆਰਡਰ ਨਹੀਂ ਮੰਨਿਆ ਜਾਂਦਾ, ਤੁਸੀਂ ਡਿਸਕਾਊਂਟ ਵੀ ਹੁੰਦੇ ਹੋ ਵੀ ਹਾਂ ਉਹਨੇ ਮੇਰਾ ਇਹ ਆਰਡਰ ਨਹੀਂ ਮੰਨਿਆ ਹੈਗਾ, ਤਾਂ ਇਸਦਾ ਕੀ ਕਾਰਨ ਹੈ, ਤਾਂ ਓਪੋਜੀਸ਼ਨਸ ਖੜੀਆਂ ਹੋ ਜਾਂਦੀਆਂ ਨੇ, ਇਹ ਵੀ ਗੱਲ ਹੈਗੀ ਹੈ। ਤਾਂ ਇਹਦਾ ਵੀ ਕਈ ਕਾਰਨ ਆ ਜਾਂਦੇ ਵੀ ਕਈ ਵਾਰ ਇਨਸਾਨ ਜਿਹੜਾ ਓਬੀਡੈਂਸ ਜਿਹੜਾ ਹੈਗਾ ਕਈ ਵਾਰ ਨਹੀਂ ਕੋਈ ਮੰਨਦਾ ਹੈਗਾ। ਸਭ ਤੋਂ ਪਹਿਲਾਂ ਜਿਹੜਾ ਕਾਰਨ ਆ ਜਾਂਦਾ ਹੈਗਾ ਉਹ ਹੈਗਾ ਫੀਲਿੰਗ ਰਿਸਪੋਂਸੀਬਲ ਜਿਹੜਾ ਹੈਗਾ ਇੰਪੈਥੈਟਿਕ। ਹੁਣ ਜਿਹੜੀ ਹੈਗੀ ਹੈ ਵੀ ਮੈਂ ਹੀ ਜ਼ਿੰਮੇਵਾਰ ਹਾਂ ਇਸ ਦੇ ਲਈ, ਠੀਕ ਹੈ। ਜਦੋਂ ਤੁਹਾਡੇ ਮਨ ਦੇ ਜਦੋਂ ਕੋਈ ਇਨਸਾਨ ਜਦੋਂ ਸ਼ੌਕ ਦੇ ਰਿਹਾ ਸੀ, ਜਦੋਂ ਕਹਿੰਦਾ ਵੀ ਮੈਂ ਜ਼ਿੰਮੇਵਾਰ ਹੈਗਾ ਵੀ ਇਸ ਦੇ ਲਈ, ਦੂਜਾ ਉਹ ਥੋੜ੍ਹੀ ਹੈਗਾ ਐਕਸਪੈਰੀਮੈਂਟ, ਕਿਉਂਕਿ ਮੈਂ ਕੰਮ ਕਰ ਰਿਹਾ ਇਹ, ਮੈਂ ਸ਼ੌਕ ਦੇ ਰਿਹਾ ਬੱਚੇ ਨੂੰ, ਬੱਚੇ ਦਾ ਨੁਕਸਾਨ ਹੋਣਾ ਤਾਂ ਮੇਰੇ ਕਰਕੇ ਹੋਣਾ, ਪ੍ਰਯੋਗਕਰਤਾ ਕਰਕੇ ਥੋੜ੍ਹੀ ਹੋਣਾ। ਜਦੋਂ ਤੁਹਾਡੇ ਅੰਦਰ ਇਹ ਵਾਲੀ ਫੀਲਿੰਗਨੈਸ ਆ ਜਾਂਦੀ, ਫੀਲਿੰਗ ਆ ਜਾਂਦੀ ਹੈ ਰਿਸਪੋਂਸੀਬਿਲਟੀ ਦੀ ਵੀ ਮੈਂ ਰਿਸਪੋਂਸੀਬਲ ਹਾਂ ਉਸ ਚੀਜ਼ ਦੇ ਲਈ, ਜਦੋਂ ਤੁਸੀਂ ਹਮਦਰਦੀ ਵਾਲੀ ਭਾਵਨਾ ਉਹਦੇ ਲਈ ਰੱਖ ਲੈਂਦੇ ਹੈਗੇ ਹੋ, ਤਦ ਤੁਸੀਂ ਓਬੇ ਨਹੀਂ ਕਰਦੇ ਹੈਗੇ। ਉਸ ਤਾਂ ਤੁਸੀਂ ਆਰਡਰ ਦਾ ਡਿਸਓਬੇ ਕਰਨਾ ਚਾਹੁੰਦੇ ਹੋ ਤੁਸੀਂ, ਫਿਰ ਡਿਸਓਬੇਡੈਂਟ ਜਿਹੜਾ ਹੈਗਾ ਮਾਡਲ ਜਿਹੜਾ ਆ ਜਾਂਦਾ ਹੈਗਾ। ਜੇਕਰ ਦੂਜੇ ਲੋਕ ਜਿਹੜੇ ਤੁਹਾਨੂੰ ਦੇਖ ਕੇ ਉਹ ਕਹਿੰਦੇ ਨੇ ਆਰਡਰ ਨਹੀਂ ਮੰਨਦੇ, ਜਦੋਂ ਕੁਛ ਗਰੁੱਪ ਦੇ ਵਿੱਚ ਲੋਕ ਬੈਠੇ ਆ, ਕੁਝ ਲੋਕ ਕਿਸੇ ਦਾ ਆਰਡਰ ਨਹੀਂ ਮੰਨਦੇ, ਤਾਂ ਤੁਹਾਡੇ ਅੰਦਰ ਵੀ ਇਹ ਫੀਲਿੰਗ ਆਏਗੀ ਵੀ ਅਸੀਂ ਕਿਉਂ ਕਹਿਣਾ ਮੰਨੀਏ ਜਦੋਂ ਉਹ ਤਾਂ ਮੰਨਦੇ ਨਹੀਂ ਪਏ ਹੈਗੇ ਸਭ ਦਾ ਕਹਿਣਾ। ਸਪੋਜ਼ ਕਰੋ ਅਧਿਆਪਕ ਨੇ ਕੋਈ ਕੰਮ ਦਿੱਤਾ ਹੈਗਾ ਸਟੂਡੈਂਟਸ ਨੂੰ ਵੀ ਤੁਸੀਂ ਭਾਈ ਇਹ ਕੰਮ ਕੱਲ੍ਹ ਕਰਕੇ ਆਉਣਾ ਹੈਗਾ,
ਤਾਂ ਉਹਦੇ 10 ਸਾਲਾਂ ਦੇ ਵਿੱਚੋਂ 5 ਬੱਚੇ ਕਰਕੇ ਨਹੀਂ ਆਉਂਦੇ ਹੈਗੇ, ਤਾਂ ਜਿਹੜੇ 5 ਕਰ ਲਿਆਉਂਦੇ ਨੇ, ਤੇ ਜਿਹੜੇ 5 ਨਹੀਂ ਕਰਦੇ ਹੈਗੇ ਤਾਂ ਉਹਨਾਂ ਨੂੰ ਦੇਖ ਕੇ ਅਗਲੇ ਦਿਨ 5 ਉਹ ਵੀ ਨਹੀਂ ਕਰਕੇ ਆਉਂਦੇ ਵੀ ਉਹਨੇ ਨਹੀਂ ਕੀਤਾ ਤਾਂ ਮੈਂ ਵੀ ਨਹੀਂ ਕੰਮ ਕਰੂੰਗਾ। ਸੋ ਜੇ ਉਹ ਅਧਿਆਪਕ ਦੀ ਅਸਾਈਨਮੈਂਟ ਨੂੰ 2 ਮਨਾ ਕਰਦੇ ਤੇ 2 ਨਾਲ ਉਹਨੂੰ ਦੇਖ ਕੇ ਮਨਾ ਕਰ ਦਿੰਦੇ ਨੇ, ਸੋ ਇਹ ਮੈਜੋਰਿਟੀ ਨੂੰ ਦੇਖ ਕੇ ਜਦੋਂ ਡਿਸਓਬੇ ਕਰਦੇ ਹਾਂ ਅਸੀਂ ਆਰਡਰ ਨੂੰ, ਇਹ ਉਹ ਆ ਜਾਂਦਾ ਹੈ। ਸੋ ਕੁਐਸਚਨਿੰਗ ਜਿਹੜਾ ਹੈਗਾ ਨੋਰਮਸ ਆ ਜਾਂਦੇ, ਕੁਛ ਸਟੇਟਸ ਆਫ ਅਥਾਰਟੀ ਆ ਜਾਂਦੀ ਹੈਗੀ ਹੈ। ਹੁਣ ਅਥਾਰਟੀ ਆਫ ਪਾਵਰ ਜਿਹੜੇ ਜਦੋਂ ਕਦੀ ਵਾਰ ਚੈਲੰਜ ਕਰਨ ਆ ਜਾਂਦੀ ਹੈ ਸਮਾਜ ਦੇ ਵਿੱਚ। ਹੁਣ ਗਾਰਡ ਦੀ ਯੂਨੀਫਾਰਮ ਜਿਹੜੀ ਸੀਗੀ, ਉਹ ਇੱਕ ਗਾਰਡ ਸੀਗਾ ਵੀ ਹਾਂ ਉਹਨੇ ਗਾਰਡ ਯੂਨੀਫਾਰਮ ਉਹਦੀ ਇੱਕ ਅਥਾਰਟੀ ਦਿਖਾਉਂਦੀ ਸੀ, ਪਰ ਜਦੋਂ ਨਹੀਂ ਉਹਨੇ ਪਾਈ ਤਾਂ ਕਿਸੇ ਨੇ ਆਰਡਰ ਮੰਨਿਆ ਹੀ ਨਹੀਂ ਹੈਗਾ। ਹੁਣ ਜਿਸ ਤਰ੍ਹਾਂ ਡਾਕਟਰ ਹੈਗੇ ਆ, ਡਾਕਟਰ ਨੂੰ ਜਿਹੜਾ ਹੈਗਾ ਅਸੀਂ ਕਈ ਵਾਰ ਹੈਗੇ ਆ ਅਸੀਂ ਜਿਹੜਾ ਉਹਦੇ ਕਈ ਵਾਰ ਜਿਹੜਾ ਉਸਦੇ ਬਿਹੇਵ ਨੂੰ ਅਸੀਂ ਕਈ ਵਾਰ ਪ੍ਰਸ਼ਨ ਕਰ ਦਿੰਦੇ ਹੁੰਦੇ ਵੀ ਇਹਨਾਂ ਡਾਕਟਰ ਠੀਕ ਨਹੀਂ ਕੀਤਾ ਤੁਸੀਂ, ਇਹਨਾਂ ਨੇ ਕਿਉਂ ਨਹੀਂ ਉਹ ਕੀਤਾ ਹੈਗਾ। ਬਲਾਇੰਡਲੀ ਜਿਹੜਾ ਹੈਗਾ ਅਸੀਂ ਆਰਡਰ ਜਿਹੜਾ ਹੈਗਾ ਨਹੀਂ ਮੰਨਦੇ ਹੁੰਦੇ, ਅਸੀਂ ਦੇਖਦੇ ਵੀ ਡਾਕਟਰ ਕਿਹੜਾ ਸੱਚੇ ਸੀ। ਉਹ ਵਾਲਾ ਐਕਸਪੈਰੀਮੈਂਟ ਵਿੱਚ ਵੀ ਜਾਈਏ ਵੀ ਕਿਹੜਾ ਡਾਕਟਰ ਹੈਗਾ ਵੀ ਜਿਹੜੇ ਇਸ ਤਰ੍ਹਾਂ ਕਹਿਤਾ ਡੋਜ਼ ਵਧਾ ਦਿਉ। ਸੋ ਇਸ ਤਰ੍ਹਾਂ ਕਈ ਵਾਰੀ ਪ੍ਰਸ਼ਨ ਉੱਠ ਖੜਦੇ ਨੇ ਇਨਸਾਨ ਦੇ ਸਾਹਮਣੇ, ਕੁਸ਼ਚਨਿੰਗ ਹੋ ਜਾਂਦੀ ਹੈਗੀ ਹੈ ਵੀ ਇਹ ਕੌਣ ਹੈ ਤੁਹਾਡੀ ਜਿਹੜਾ ਸਾਡੇ ਉੱਤੇ ਕਿਹੜਾ ਸਾਨੂੰ ਇਹ ਆਰਡਰ ਦੇ ਰਹੇ। ਜਦੋਂ ਤੁਹਾਡੇ ਆਰਡਰ ਦੇ ਇੱਕ ਪਰਸਨੈਲਿਟੀ ਦੇ ਉੱਪਰ ਸਾਹਮਣੇ ਪ੍ਰਸ਼ਨ ਖੜੇ ਹੋ ਜਾਣ, ਤਦ ਵੀ ਤੁਸੀਂ ਡਿਸਓਬੇ ਕਰਦੇ ਹੋ ਕਿਸੇ ਆਰਡਰ ਦਾ। ਹੁਣ ਟਾਈਮ ਫਾਰ ਡਿਸਕਸ਼ਨ, ਜੇ ਸਬਜੈਕਟ ਨੂੰ ਥੋੜ੍ਹਾ ਜਿਹਾ ਟਾਈਮ ਮਿਲ ਜਾਂਦਾ ਹੈਗਾ, ਜਿਵੇਂ ਮਿਲਗ੍ਰਮ ਦੇ ਵਿੱਚ ਜਿਹੜਾ ਟੀਚਰ ਸਮਾਂ ਲੈ ਕੇ ਆਪਣਾ ਸ਼ੱਕ ਦੂਜਿਆਂ ਦੇ ਨਾਲ ਡਿਸਕਸ ਕਰ ਲੈਂਦਾ ਵੀ ਜੇ ਮੈਂ ਉਸ ਬੱਚੇ ਨੂੰ ਸ਼ੌਕ ਦੇ ਰਿਹਾ ਗਲਤੀ ਕਰਨ ਦੇ ਵਿੱਚ, ਕੀ ਇਹ ਠੀਕ ਹੈ ਮੇਰਾ ਸ਼ੌਕ ਦੇਣਾ ਉਹਨੂੰ, ਇੱਕ ਲਰਨ ਉਹਨੇ ਨਹੀਂ ਕੀਤਾ, ਕੀ ਮੇਰਾ ਉਹਨੂੰ ਸ਼ੌਕ ਦੇਣਾ ਚੰਗੀ ਗੱਲ ਹੈ। ਜਦੋਂ ਅਸੀਂ ਕਿਸੇ ਚੀਜ਼ ਨਾਲ ਡਿਸਕਸ ਕਰ ਲੈਂਦੇ ਹੁੰਦੇ ਹਾਂ ਉਸ ਸਮੇਂ ਵੀ ਜਿਹੜਾ ਹੈਗਾ ਅਸੀਂ ਡਿਸਓਬੇ ਕਰ ਦਿੰਦੇ ਹੁੰਦੇ ਹਾਂ ਕਿਸੇ ਦੇ ਆਰਡਰ ਨੂੰ, ਅਸੀਂ ਨਹੀਂ ਮੰਨਦੇ ਹੈਗੇ। ਸੋ ਰੀਐਕਟਿਵਨੈਸ, ਜਦੋਂ ਰੀਐਕਟਿਵਨੈਸ ਜਿਹੜੀ ਆਉਂਦੀ ਜਦੋਂ ਪਰਸਨ ਬਹੁਤ ਜ਼ਿਆਦਾ ਜਿਹੜਾ ਹੈਗਾ ਪ੍ਰੈਸ਼ਰ ਵਿੱਚ ਹੁੰਦਾ ਹੈਗਾ, ਉਦੋਂ ਵੀ ਉਹ ਓਬੇ ਨਹੀਂ ਕਰਦਾ ਹੁੰਦਾ। ਹੁਣ ਜਦੋਂ ਮਿਲਗ੍ਰਮ ਨੇ ਉਹਨੂੰ ਐਕਸਪੈਰੀਮੈਂਟ ਕਰਤਾ ਨੂੰ ਟੀਚਰ ਨੂੰ ਕਿਹਾ ਵੀ ਤੂੰ ਉਹਨੂੰ ਸ਼ੌਕ ਦੇ, ਚਾਹੇ ਉਹ ਗਲਤ ਬੋਲ ਲਿਆ ਲਰਨਰ, ਵੀ ਉਹਨੂੰ ਪ੍ਰੈਸ਼ਰ ਪਾਇਆ ਜਾ ਰਿਹਾ ਸੀ ਉਹਦੇ ਉੱਤੇ ਵੀ ਨਹੀਂ ਤੂੰ ਇਲੈਕਟ੍ਰਿਸਿਟੀ ਸ਼ੌਕ ਦੇਣਾ ਹੀ ਦੇਣਾ ਜੇ ਲਰਨਰ ਗਲਤ ਬੋਲੇਗਾ, ਜਦਕਿ ਉਸਦੀ ਆਪਣੀ ਅੰਤਰ ਕੌਨਸ਼ੀਅਸ ਕਈ ਵਾਰ ਕਹਿੰਦੀ ਹੈ ਵੀ ਨਹੀਂ ਜੇ ਮੈਂ ਉਹਨੂੰ ਸ਼ੌਕ ਦਾਂਗਾ ਤਾਂ ਸ਼ਾਇਦ ਉਹਨੂੰ ਕੋਈ ਫਿਜ਼ੀਕਲੀ ਹਾਰਮ ਹੋ ਸਕਦਾ ਹੈ। ਬਟ ਉਹ ਫਿਰ ਵੀ ਜਿਹੜਾ ਹੈਗਾ ਉੱਪਰੋਂ ਪ੍ਰੈਸ਼ਰ ਕਰਕੇ, ਇੱਕ ਉੱਪਰੋਂ ਜਦੋਂ ਕੋਈ ਹਾਇਰ ਅਥਾਰਟੀ ਉਹਨੂੰ ਪ੍ਰੈਸ਼ਰ ਕਰਦੀ ਹੈ ਵੀ ਨਹੀਂ ਤੂੰ ਇਹ ਕੰਮ ਕਰਨਾ ਹੀ ਕਰਨਾ ਹੈਗਾ, ਤੇ ਉਦੋਂ ਉਹ ਫਿਰ ਡਿਸਓਬੇ ਕਰਦਾ ਹੈਗਾ ਆਰਡਰ ਨੂੰ। ਸੋ ਇਸ ਤਰ੍ਹਾਂ ਕਈ ਕਾਰਨ ਨੇ ਰਸਿਸਟਿੰਗ ਡਿਸਟ੍ਰਿਕਟਿਵ ਜਿਹੜਾ ਓਬੀਡੈਂਸ ਜਿਹੜਾ ਆ ਜਾਂਦਾ, ਵੀ ਕਈ ਕਾਰਨ ਨੇ ਜਦੋਂ ਮਨੁੱਖ ਡਿਸਓਬੇ ਕਰਦਾ ਹੈਗਾ। ਜਦੋਂ ਉਹਦੇ ਅੰਦਰ ਫੈਲਿੰਗ ਇਹ ਆ ਜਾਂਦੀ ਹੈ ਰਿਸਪੋਂਸੀਬਿਲਿਟੀ ਦੀ ਵੀ ਮੈਂ ਰਿਸਪੋਂਸੀਬਲ ਹਾਂ ਇਸ ਕੰਮ ਲਈ, ਜਾਂ ਉਹ ਇੰਪੈਥੈਟਿਕ ਹੋ ਜਾਂਦਾ ਕਿਸੇ ਪ੍ਰਤੀ ਸੰਪਤੀ ਰੱਖ ਲੈਂਦਾ ਹੈਗਾ, ਜਾਂ ਉਹ ਕਹਿੰਦਾ ਵੀ ਮੈਂ ਇੱਕ ਦੂਜੇ ਲੋਕ ਨਹੀਂ ਮੰਨ ਰਹੇ ਤਾਂ ਮੈਂ ਕਿਉਂ ਮੰਨਣਾ। ਇਹ ਕੁਸ਼ਚਨਿੰਗ ਵੀ ਕਈ ਵਾਰੀ ਹਾਇਰ ਅਥਾਰਟੀ ਦੇ ਸਾਹਮਣੇ ਕਹਿੰਦੇ, ਜਦੋਂ ਓਪੋਜੀਸ਼ਨ ਖੜੀ ਹੋ ਜਾਂਦੀ ਹੈ ਤਾਂ ਕੁਸ਼ਚਨਿੰਗ ਸ਼ੁਰੂ ਹੋ ਜਾਂਦੀ ਹੈ ਵੀ ਇਹਨਾਂ ਨੇ ਨਹੀਂ ਕੀਤਾ ਤਾਂ ਮੈਂ ਕਿਉਂ ਕਰਾਂਗਾ, ਤੇ ਕਈ ਵਾਰ ਜਿਹੜਾ ਡਿਸਓਬੇ ਕਰ ਰਿਹਾ ਹੁੰਦਾ ਉਹਨੂੰ ਟਾਈਮ ਮਿਲ ਜਾਂਦਾ ਹੈਗਾ ਡਿਸਕਸ ਕਰਨ ਦਾ ਵੀ ਹਾਂ ਇਹਦੇ 'ਚ ਕੁਛ ਗਲਤ ਤਾਂ ਨਹੀਂ ਹੈਗਾ ਜੋ ਮੈਂ ਕਰ ਰਿਹਾ ਹੈਗਾ, ਤਦ ਵੀ ਉਹ ਆਰਡਰ ਜਿਹੜਾ ਹੈਗਾ ਡਿਸਓਬੇ ਕਰਦਾ ਹੈਗਾ। ਸੋ ਇਸ ਤਰ੍ਹਾਂ ਜਿਹੜੇ ਸੀਗੇ ਕਈ ਕਾਰਨ ਹੁੰਦੇ ਨੇ ਡਿਸਓਬੇ ਕਰਨ ਦੇ। ਸੋ ਬੱਚਿਓ ਅੱਜ ਤੁਹਾਨੂੰ ਮੈਂ ਜਿਹੜਾ ਕਰਵਾਇਆ ਅੱਛੀ ਤਰ੍ਹਾਂ ਨਾਲ, ਜਿਹੜਾ ਡਿਟੇਲ ਤੁਸੀਂ ਨੇ ਓਬੀਡੈਂਸ ਦੇ ਵਿੱਚ ਮਿਲਗ੍ਰਮ ਦਾ ਐਕਸਪੈਰੀਮੈਂਟ ਕਰਵਾਇਆ ਮੈਂ ਤੁਹਾਨੂੰ ਅੱਛੀ ਤਰ੍ਹਾਂ ਨਾਲ, ਜਿਹਦੇ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਇੱਕ ਮਨੁੱਖ ਕਿਸੇ ਦੇ ਪ੍ਰਭਾਵ ਵਿੱਚ ਆ ਕੇ ਓਬੇ ਕਰਦਾ ਹੈਗਾ। ਪੈਕਮੈਨ ਦਾ ਜਿਹੜਾ ਬੜਾ ਮਸ਼ਹੂਰ ਐਕਸਪੈਰੀਮੈਂਟ ਸੀਗਾ ਜਿਹੜਾ ਗਾਰਡ ਨੇ ਡਰੈਸ ਪਾ ਕੇ ਕੀਤਾ ਸੀਗਾ, ਜਿਹਦੇ ਤੋਂ ਸਮਝਿਆ ਸੀਗਾ ਵੀ ਕਿਸ ਤਰ੍ਹਾਂ ਮਨੁੱਖ ਜਿਹੜਾ ਹੈਗਾ ਦੂਜੇ ਲੋਕਾਂ ਦੇ ਪ੍ਰਭਾਵ ਚ ਆ ਕੇ
ਓਵੀਡੈਂਸ ਕਰਦਾ ਹੈਗਾ। ਸੋ ਇਸ ਤਰ੍ਹਾਂ ਰੀਜ਼ਨ ਵੀ ਕੀ ਸੀਗੇ, ਕਈ ਕਈ ਕਾਰਨ ਵੀ ਤੁਹਾਨੂੰ ਮੈਂ ਇਹਨਾਂ ਦੇ ਵੱਖ ਵੱਖ ਕਾਰਨ ਦੱਸੇ ਵੀ ਜਦੋਂ ਅਸੀਂ ਓਵੀਡੈਂਸ ਕਰਦੇ ਹੈਗੇ ਹਾਂ ਜਿਹੜਾ ਹੈਗਾ ਫੇਸ ਟੂ ਡੋਰ ਟੂ ਸਟੈਪ ਜਿਹੜਾ ਆ ਗਿਆ, ਅਲੱਗ ਅਲੱਗ ਜਿਹੜੇ ਕਾਰਨ ਸੀਗੇ। ਅੱਛਾ, ਰਿਸਿਸਟਿੰਗ ਵੀ ਹੁੰਦੀ ਹੈ, ਡਿਸਓਬੇ ਵੀ ਕੀਤਾ ਜਾਂਦਾ ਹੈਗਾ। ਸੋ ਅੱਜ ਦੇ ਯੂਨਿਟ ਵਿੱਚ ਸੋਸ਼ਲ ਇਨਫਲੂਐਂਸ ਦੇ ਵਿੱਚ ਤਿੰਨ ਚੀਜ਼ਾਂ ਜਿਹੜੀਆਂ ਆਪਾਂ ਨੇ ਕਨਫਰਮਿਟੀ, ਉਸ ਤੋਂ ਬਿਨਾਂ ਅਸੀਂ ਨੇ ਜਿਹੜੀਆਂ ਥਿਊਰੀ ਸੀ ਇਹਦੇ ਵਿੱਚ ਫੈਕਟਰ ਅਫੈਕਟਿੰਗ ਰੀਜ਼ਨ ਡਿਸਐਡਵਾਂਟੇਜਸ ਔਰ ਜਿਹੜੀਆਂ ਅਸੀਂ ਮਾਇਨੋਰਿਟੀ ਜਿਹੜੀ ਇਨਫਲੂਐਂਸ ਦੇਖਿਆ। ਕੰਪਲਾਈਂਸ ਦੇ ਵਿੱਚ ਅਸੀਂ ਪ੍ਰਿੰਸੀਪਲਸ ਦੇਖੇ, ਸਟ੍ਰੈਟੇਜੀਸ ਦੇਖੀਆਂ ਅਲੱਗ ਅਲੱਗ, ਔਰ ਸਟ੍ਰੈਟੇਜੀਸ ਕਿਸ ਤਰ੍ਹਾਂ, ਹਾਊ ਟੂ ਗੇਨ ਕੰਪਲਾਈਂਸ, ਗੇਨਿੰਗ ਕਿਸ ਤਰ੍ਹਾਂ ਕੀਤਾ ਜਾਂਦਾ, ਇਹਦੇ ਬਾਰੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਮਨੁੱਖ ਕੰਪਲਾਈ ਕਿਵੇਂ ਕਰਦਾ ਹੈ। ਓਬੀਡੈਂਸ ਦੱਸਿਆ ਵੀ ਕਿਸ ਤਰ੍ਹਾਂ ਮਨੁੱਖ ਓਬੀਡੈਂਸ ਹੁੰਦਾ ਅਤੇ ਓਬੀਡੈਂਟ ਹੁੰਦਾ, ਅਤੇ ਕਿਸ ਤਰ੍ਹਾਂ ਮਨੁੱਖ ਜਿਹੜਾ ਹੈਗਾ ਡਿਸਓਬੇ ਕਰਦਾ ਹੈਗਾ। ਸੋ ਅਲੱਗ ਅਲੱਗ ਜਿਹੜੇ ਮੈਂ ਤੁਹਾਨੂੰ ਇਹਨਾਂ ਦੇ ਤਿੰਨਾਂ ਦੇ ਦੱਸਿਆ ਸੀ, ਇਸ ਦੇ ਅਸਰ ਦੇ ਅਸਰ ਅਸੀਂ ਜ਼ਰੂਰ ਕਰਦੇ ਹਾਂ ਨਾ ਤਿੰਨਾਂ ਚੀਜ਼ਾਂ ਦਾ ਸਮਾਜ ਦੇ ਵਿੱਚ ਰਹਿ ਕੇ। ਸੋ ਅਗਲਾ ਜਿਹੜਾ ਸਾਡਾ ਲਾਸਟ ਯੂਨਿਟ ਹੋਏਗਾ ਕਲਚਰ ਅਤੇ ਸੈਲਫ, ਉਸਨੂੰ ਆਪਾਂ ਡਿਟੇਲ 'ਚ ਪੜਾਂਗੇ। ਪਰ ਇਸ ਦੇ ਨਾਲ ਨਾਲ ਤੁਸੀਂ ਇਗਨੂ ਦੇ ਨੋਟਸ ਜ਼ਰੂਰ ਪੜਿਓ ਤਾਂ ਕਿ ਤੁਹਾਨੂੰ ਕਲੈਰਿਟੀ ਜ਼ਿਆਦਾ ਹੋ ਜਾਏ ਹਰ ਇੱਕ ਵਿਸ਼ੇ ਦੇ ਵਿੱਚ, ਹਰ ਇੱਕ ਸਬਜੈਕਟ ਦੇ ਵਿੱਚ, ਤਾਂ ਕਿ ਤੁਸੀਂ ਕਲੀਅਰਲੀ ਤੁਹਾਨੂੰ ਸਾਰੇ ਕਨਸੈਪਟ ਕਲੀਅਰ ਹੋ ਜਾਣ। ਇਸ ਦੇ ਨਾਲ ਹੀ ਤੁਹਾਡਾ ਬਹੁਤ ਬਹੁਤ ਧੰਨਵਾਦ, ਥੈਂਕ ਯੂ।